ਭਾਈ ਬਾਬਾ ਜੀ ਦਾ ਬੜਾ ਪ੍ਰਸਿੱਧ ਹੈ ਚੱਲ ਪਿਆ ਕੰਮ ਖਿੱਚ ਕੇ ਰੱਖੋ ਮਾੜਾ ਜਾ ਪਹਿਲਾ ਸਕੋਰ ਬਈ ਵਾਲੀਏ ਚੌਂਟੀ ਨੇ ਲਾਤਾ ਚੌਂਟੀ ਨੇ ਜੋੜ ਦਿੱਤਾ ਹੈ ਰਾਜਵਿੰਦਰ ਕਰੀ ਚਲੋ ਸ਼ੇਅਰ ਕਰੀ ਚਲੋ ਵੀਰੇ ਇਧਰਲੇ ਪਾਸੇ ਕਹਿੰਦੇ ਬਾਬਾ ਖੇਡਦਾ ਚੈਣੇ ਵਾਲੀ ਆ ਤੇ ਫਿੱਟਾ ਚੈਣੇ ਵਾਲੀ ਕਹਿੰਦੇ ਖਿਆਲੀ ਆਉਂਦੇ ਵੱਡੇ ਟੂਰਨਾਮੈਂਟ ਦੇ ਬਹੁਤ ਤਕੜਾ ਪ੍ਰਦਰਸ਼ਨ ਕੀਤਾ ਚੈਣੇ ਵਾਲੀ ਪਰਮ ਨੇ ਹਾਂਜੀ ਆਓ ਸਾਹਮਣੇ ਚੈਣੇ ਵਾਲੀ ਓਕੇ ਓਕੇ ਮੈਨੂੰ ਬਰਨਾਲਾ ਵੀਰੇ ਇਧਰ ਫਿੰਦਰਾ ਭਰਾ ਸਾਡਾ ਰਾਈ ਮਾਜਰੇ ਵਾਲਾ ਉਹ ਕਹਿੰਦਾ ਜੇ ਸੰਗਤ ਨੰਬਰ ਜੋੜ ਦਿੱਤੇ 500 ਦਿੱਤਾ ਜਾਣਾ ਇਧਰ ਸਾਡਾ ਵੀਰ ਆ ਕਾਲਾ ਭਰਾ ਸਾਡਾ ਪੁਲਸੀ ਆ ਭਾਈ ਕਹਿੰਦਾ ਵੀ ਜੇ ਅੰਗਰੇਜ਼ਾਂ ਦੇ ਪਾਰਟੀ ਦਾ ਤੇ ਆਉਣ ਵਾਲੇ ਕਿਸੇ ਵੀ ਵੱਡੇ ਮੇਲੇ ਦੇ ਉੱਤੇ ਬਰਨਾਲੇ ਵਾਲਾ ਸੇਠ ਉਹ ਕਹਿੰਦਾ ਵੀ ਜੇ ਜੱਸੀ ਜੰਤੀ ਦੇ ਬਾਲ ਮਾਰਦਾ ਹੈ ਔਰ ਜੰਤੀ ਜੱਸੀ ਤੇ ਵੀਰ ਕਹਿੰਦਾ ਵੀ ਆਪਾਂ ਪਾਰਟੀ ਕਰ ਦਿਆਂਗੇ ਮੁੰਡਿਆਂ ਨੂੰ ਮਾਨ ਸਨਮਾਨ ਹੋਣਗੇ ਇੱਕ ਬਰਾਬਰ ਸਕੋਰ ਹੋ ਗਿਆ ਇੱਕ ਬਰਾਬਰ ਵੀਰੇ ਨੰਬਰ ਜੋੜ ਗਿਆ ਇੱਕ ਇੱਕ ਦੀ ਬਰਾਬਰੀ ਆ ਹਾਲੇ ਤੇ ਸ਼ੁਰੂਆਤ ਹੋਈ ਹੈ ਬਾਕੀ ਹਾਲੇ ਤੇ ਸ਼ੁਰੂਆਤ ਹੋਈ ਹੈ ਇੱਧਰ ਸਮਿਤ ਨੇ ਬਾਲ ਜਿਹੜੀ ਸੁੱਕੀ ਲਾ ਦਿੱਤੀ ਅਤੇ ਬਾਈਆਂ ਵੱਲੋਂ ਇੱਕ ਸੌ ਪੁੱਜਣਾ ਕਰ ਦਿੱਤਾ ਸ਼ਾਹਪੁਰ ਵਾਲੇ ਮੁੰਡੇ ਆਏ ਹੋਏ ਆ ਉੱਧਰ ਕਿਹੜਾ ਵਿੱਕੀ ਇੰਗਲੈਂਡ ਸਾਡਾ ਵੀਰ ਕਹਿੰਦਾ ਆਸੂ ਚਨੇਟੀ ਨਹੀਂ ਆਇਆ ਅੰਕਿਤ ਪਥਰੇੜੀ ਨਹੀਂ ਆਇਆ ਵੀਰੇ ਕਰੀ ਚਲੋ ਸ਼ੇਅਰ ਕਰੀ ਚਲੋ ਵੀਰੇ ਗੁਰੀ ਦਾ ਸਨਮਾਨ ਸੀ ਚਾਂਦੀ ਚੈਨਲ ਗੁਰੀ ਤੇ ਗੁੱਲੀ ਦਾ ਸਨਮਾਨ ਚਾਂਦੀ ਦੀ ਚੈਨਲ ਨਾਲ ਕੀਤਾ ਜਾਣਾ ਲਾਓ ਸਾਹਮਣੇ ਇਧਰ ਖੇਡ ਬੱਲੇ 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 ਨੰਬਰ ਇੱਕ ਹੋਰ ਯਾਰ ਕਮੈਂਟ ਕਿਉਂ ਰੁਕਦੇ ਆ ਸਮਝ ਨਹੀਂ ਆ ਰਹੀ ਸਣੀ ਆਇਆ ਹੋਇਆ ਢੁਲੀ ਵਾਲੀ ਸਣੀ ਆਇਆ ਹੋਇਆ ਆਓ ਚਰਚੇ ਆ ਮੇਰੇ ਮਿੱਤਰੋ ਖੇਡ ਮਨਾਵੇ ਐ ਨਹੀਂ ਪਤਾ ਲੱਗਣਾ ਬਣੂ ਵੱਜੀ ਆ ਕਿ ਨਾ ਵੱਜੀ ਆ ਬਹਾਦਰ ਗੜਦਾ ਰਵੀ ਮੁੰਡਿਆਂ ਨੇ ਸੱਦਿਆ ਹੋਇਆ ਹੈ ਟੀਮਾਂ ਕਹਿੰਦੇ ਦੋਨੋਂ ਔਰ ਟੌਪ ਦੀਆਂ ਨੇ ਇੱਕ ਇੱਕ ਦੀ ਬਰਾਬਰੀ ਆ ਨੰਬਰ ਦੂਜਾ ਹੁਣ ਕੌਣ ਜੋੜਦਾ ਆਪਣੀ ਟੀਮ ਦੇ ਲਈ ਇਹਦੇ ਕਦੇ ਸਮੇਂ ਦੀਆਂ ਬਾਤਾਂ ਜਿਹੜੀਆਂ ਹੋਣਗੀਆਂ ਮੇਰੇ ਮਿੱਤਰੋ ਮੈਂ ਜੇ ਦੱਸਿਆ ਜੇ 10 ਤੋਂ ਥੱਲੇ ਲਓ ਸਾਹਮਣੇ 100 ਦੇ ਮਾਰ ਸ਼ਾਹਪੁਰੀ ਵੀਰਾਂ ਵੱਲੋਂ ਆ ਗਿਆ ਦਿਲੋਂ ਧੰਨਵਾਦ ਪਿੰਦਰੀ ਸਕੋਰ ਕਿੰਨੇ ਬਈ ਅਰਸ਼ ਵੱਲੋਂ ਵਾਹ ਬਈ ਵਾਹ ਉਹ ਰਾਜ ਸ਼ਰਮਾ ਭਰਾ ਸਾਡਾ ਘਨੌਰ ਵਾਲਾ ਕਹਿ ਰਿਹਾ ਵੀ ਜੇਕਰ ਮੈਂਡੀ ਸ਼ਰਮਾ ਕਲਬ ਚੈਣੇ ਆਪਦੀ ਟੀਮ ਦੇ ਪੁਆਇੰਟ 10 ਤੋਂ ਥੱਲੇ ਥੱਲੇ ਰਹਿੰਦੇ ਆ ਔਰ ਰਾਜਸਰ ਦੀ ਟੀਮ ਜਿੱਤ ਗਈ ਇੱਥੋਂ ਤੇ ਬਹਾਦਰਗੜੀਏ ਰਵੀ ਨੂੰ ਤੇ ਨਾਲ ਰਾਜਸਰ ਦੇ ਜੱਸੇ ਨੂੰ ਰਵੀ ਦਾ ਮੈਚ ਹੀ ਚੱਲੀ ਜਾਂਦਾ ਵੀਰੇ 5 ਕਿਲੋ ਔਰ ਦੇਸੀ ਘਿਓ ਦੇਵਾਂਗੇ ਆਪਾਂ 5-5 ਕਿਲੋ ਦੇਸੀ ਘਿਓ ਦਿੱਤਾ ਜਾਵੇਗਾ ਪਰ ਸਾਹਮਣੇ ਕਹਿੰਦੇ ਔਰ ਕੋਬਰ ਗਲਣ ਗਲਤੀ ਕਰ ਗਿਆ ਔਰ ਸਫਲਤਾ ਜਿਹੜੀ ਮੇਰੇ ਮਿੱਤਰੋ ਮਹਿੰਦੀ ਸ਼ਰਮਾ ਕਲਬ ਕੈਨੇਡਾ ਦੀ ਟੀਮ ਦੇ ਖਾਤੇ ਵਿੱਚ ਜਾ ਸਾਹਮਣੇ ਇੱਧਰ ਵੀ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਫਿੰਦਰਾ ਰਾਈ ਮਾਜਰੇ ਵਾਲਾ ਉਹ ਕਹਿੰਦਾ ਵੀ ਜੇ ਮੇਰੇ ਹਿਸਾਬ ਨਾਲ ਇੱਕ ਬਰਾਬਰ ਹੈ ਵੀਰੇ ਨਤਮਨ ਸਿੰਗਲੈਂਡ ਦੀ ਸਮੈਸ਼ ਮਾਰ ਦਿੰਦੇ ਉਗਰਸੈਣ ਕਿਹੜਾ ਪਿੰਡ ਆਪਣਾ ਉਗਰਸੈਣ ਮੂੰਡ
400 ਦੇ ਨਾਲ ਵੱਡੇ ਮਾਰ ਕੀਤੇ ਜਾਣਗੇ। ਦੂਜਾ ਲਾਏ ਪੀਬੀ ਸੱਬੀ ਵਾਲੀਬਾਲ ਵੀਰੇ। ਉਧਰ ਇੱਕ ਮਿੰਟ ਵੀਰ ਜੀ, ਇੱਕ ਮਿੰਟ ਭਾਜੀ। ਵਿੱਕੀ ਇੰਗਲੈਂਡ ਵੱਲੋਂ ਵੀਰ ਸਾਡਾ ਕਹਿੰਦਾ ਜੇ ਸੁਮਿਤ ਤੇ ਜਿੰਦਰ ਵਧੀਆ ਵਧੀਆ ਨੰਬਰਦਾਰ ਵਧੀਆ 500 ਦਾ ਸੁਖੇ ਬਾਈ, ਉਹ ਮੁੰਡਾ ਕਿੱਥੇ ਬੈਠਾ ਬਾਈ? ਉਹਦੇ ਕੋਲ ਸਾਨੂੰ ਦੋਨਾਂ ਨੂੰ ਇੱਕ ਇੱਕ ਗਰਾਊਂਡ ਦੇ ਦਿੱਤਾ ਵੀਰੇ। ਇੱਕ ਮੁੰਡਾ ਇੱਥੇ ਬੈਠਾ ਦਿਲਸ਼ਾਹ, ਤੁਸੀਂ ਉਹਦੇ ਕੋਲ ਗੱਲ ਕਰ ਲਓ। ਇੱਕ ਇੱਕ ਇੱਥੇ ਮੁੰਡਾ ਬੈਠਾ ਵੀਰ ਜੀ, ਹਾਂ ਇਹਨਾਂ ਨਾਲ ਗੱਲ ਕਰ ਲਿਓ, ਮੈਂ ਇੱਧਰ ਹੈਗਾ। ਵਧੀਆ ਵਧੀਆ ਵੀਰੇ, ਤਨਵਰ ਜੀ ਵਧੀਆ, ਕੁਲਦੀਪ ਤਨਵਰ ਜੀ। ਓਕੇ ਜੀ, ਉੱਧਰ ਸ਼ਾਹਪੁਰ ਵਾਲਾ ਪੰਜਾਬ, ਓਕੇ ਜੀ ਸ਼ਾਹਪੁਰ ਵਾਲਾ ਪੰਜਾਬ ਆ ਭਰਾ ਸਾਡਾ। ਵੀਰ ਕਹਿੰਦਾ ਵੀ ਜੇ ਗੁੱਲੀ ਸੁੱਕੀ ਬਾਲ ਮਾਰਦਾ ਤੇ ਆਪਾਂ 500 ਦੇ ਦੇਣਾ। ਓਕੇ ਜੀ, ਪੰਜਾਬ ਵੱਲੋਂ ਜੇ ਗੁੱਲੀ ਭਰਾ ਸਾਡਾ ਸੁੱਕੀ ਬਾਲ ਮਾਰਦਾ 500 ਦਿੱਤਾ ਜਾਣਾ। ਓਕੇ ਓਕੇ, ਮੈਂਡੀ ਸ਼ਰਮਾ ਜੀ। ਓਕੇ ਜੀ, ਉਧਰ ਜੇ ਸੁੱਖੂ ਆ ਭਰਾ ਸਾਡਾ ਬਲਦੇੜੀ ਵਾਲਾ, ਓਕੇ ਓਕੇ ਸ਼ਰਮਾ ਜੀ, ਮਾਰਦਾ ਤੇ 400 ਰੁਪਈਆ ਦਿੱਤਾ ਜਾਣਾ ਪਿੰਦਰ ਰਾਈ ਮਾਜਰੇ ਵਾਲੇ ਵੱਲੋਂ। ਹਾਰ ਠੀਕ ਹੈ ਜੀ। ਇੱਧਰ ਸੁੱਖਾ ਮਵੀ ਵੀਰ ਸਾਡਾ ਕ੍ਰਿਕਟ ਟੀਮ ਵਾਲੇ ਵੀਰ ਕਹਿੰਦੇ ਵੀ ਹੈ ਜਿਹੜਾ ਵੀ ਖਿਡਾਰੀ ਰਾਜਸਥਾਨ ਦੇ ਜੱਸੇ ਦੇ ਦਾਣ ਲਾ ਦੇ ਆਪਾਂ 100 ਦੇਵਾਂਗੇ, ਵੱਡੇ ਮਾਣ ਹੋਣਗੇ। ਔਰ ਨਾਲ ਹੀ ਸੁਖੀਮਾ ਕਹਿੰਦੇ ਵੱਡੀਆਂ ਲੱਗੀਆਂ ਪੱਗਾਂ ਨੇ ਥੱਲੇ ਰਹਿ ਜਾਣਾ ਤਾਂ 50,000 ਨੂੰ ਮਹਿੰਦੀ ਸ਼ਰਮਾ ਵੱਲੋਂ। ਔਰ ਮਹਿੰਦੀ ਸ਼ਰਮਾ ਕਹਿੰਦੇ ਭਰਾ ਸਾਡਾ ਵਰਿਆਮ ਖੇੜੇ ਵਾਲਾ ਉਹ ਵੀ ਲਾਈਵ ਤੇ ਆਇਆ, ਉਹ ਵੀਰ ਸਾਡਾ ਕਹਿੰਦਾ ਵੀ ਜੇ ਰਾਜਸਥਾਨ ਦੀ ਟੀਮ ਦੇ 10 ਤੋਂ ਥੱਲੇ ਥੱਲੇ ਰਹਿ ਗਏ ਆ ਤੇ ਚੈਨਲ ਵਾਲੀ ਉਹਦੇ ਹਾਰਦਾ ਆਪਾਂ ਉਹ 5,500 ਦੇ ਨਾਲ ਮਾਣ ਕਰਾਂਗੇ ਜਿਹੜੇ ਮੁੰਡੇ ਨੇ ਹੁਣ ਬਾਅਦ ਨੈਟ ਦੇ ਵਿੱਚ ਲਾਈ ਗਿਆ। ਉਧਰ ਵੀਰ ਆ ਸਾਡੇ ਸੁੱਖੀ ਫਾਈਨਲ ਜਿੱਤਣ ਤੇ, ਆਗਰ ਸਾਹਿਬ ਫਾਈਨਲ ਜਿੱਤਣ ਤੇ ਬਾਈ ਵਿੱਕੀ ਕੋਚ ਤੇ ਨਾਲ ਫਤਿਹਗੜ੍ਹ ਛੱਡਣ ਵਾਲੇ ਵੀਰ ਆਏ ਹੋਏ ਆ, ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਕਾਲਾ ਸਾਡਾ ਵੀਰ ਕਹਿੰਦਾ ਵੀ ਉਧਰ ਮਰਦੇੜੀ ਵਾਲਾ ਅੰਗਰੇਜ਼ ਜਿੰਨੇ ਨੰਬਰ ਜੋੜਦਾ ਹਰ ਇੱਕ ਨੰਬਰ ਦਾ ਆਪਾਂ 200 ਦੇ ਦੇਣਾ। ਸ਼ਾਹਪੁਰੀ ਮੁੰਡੇ ਵੀ ਪੂਰੇ ਫਿੱਟ ਹੈ, ਰਾਈ ਮਾਜਰੇ ਵਾਲਾ ਪਿੰਦਰ ਵੀ ਆਇਆ ਹੋਇਆ, ਇਹਨਾਂ ਬੋਲਾਂ ਦਾ ਵੀ ਮਾਣ ਕਰਕੇ ਗਏ ਆ ਵੀਰ ਸਾਡੇ। ਮੈਂ ਤਾਂ ਬੜਾ ਚੋਟੀ ਦਾ, ਪਰ ਇਧਰਲੀ ਸਾਰ ਆਨੰਦਗੜ੍ਹ ਦੀ ਟੀਮ ਆ, ਵੱਡੀ ਟੀਮ ਆ, ਬੋਲ ਵਾਲਾ ਮੁੰਡਿਆਂ ਦਾ ਤੇ ਇਹਨੂੰ ਦੁਨੀਆ ਜੱਸਾ ਕਹਿੰਦੀ ਆ, ਇਹਦਾ ਆਨੰਦਗੜ੍ਹ ਪਿੰਡ ਹੈ ਇਹ ਜੱਸਾ ਮੇਰੇ ਮਿੱਤਰੋਂ ਆਨੰਦਗੜ੍ਹ ਦੀ। ਸੈਮੀ ਰਹਿੰਦੇ ਆ ਵੀਰੇ, ਸੈਮੀ ਰਹਿੰਦੇ ਆ ਜੀ। ਖਿਡਾਰੀ ਔਰ ਸਾਹਮਣੇ ਬੱਲੇ ਬੱਲੇ ਕਰਵਾ ਗਿਆ ਮੇਰੇ ਮਿੱਤਰੋਂ, ਚਰਚੀਆਂ ਮੁੰਡੇ ਵੀ ਖੇਡਦੇ ਔਰ ਰਿਕਾਰਡ ਵੀ ਚੈੱਕ ਕਰੀ ਇਤਿਹਾਸ। ਓਕੇ ਜੀ, ਜੱਸੇ ਦੇ ਲਈ ਮਹਿਲਾ ਦਾ ਵੀ 100 ਜਿਹੜਾ ਸ਼ਾਹਪੁਰੀ ਵੀਰਾਂ ਵੱਲੋਂ ਪੁੱਜਦਾ ਕਰ ਦਿੱਤਾ ਗਿਆ। ਇੱਧਰ ਇੱਕ ਵਾਰੀ ਸਕੋਰ ਦੱਸੀ ਬਾਈ ਕਿੰਨੇ ਆ, ਇੱਧਰ ਸਕੋਰ ਕਿੰਨੇ ਆ ਬਣ ਜੀ? ਇੱਧਰ ਹਲੇ ਖਾਤਾ ਨਹੀਂ ਖੁੱਲਿਆ, ਇੱਕ ਹੋ ਗਿਆ ਨਾ, ਇੱਕ ਤੇ 8 ਦੀ ਟੱਕਰ ਆ, ਇੱਕ ਨੰਬਰ ਆਨੰਦਗੜ੍ਹ ਦੀ ਟੀਮ ਦਾ ਤੇ ਦੂਸਰੀ ਸਾਈਡ 8 ਨੰਬਰ ਨਹੀਂ ਆ ਨਹੀਂ ਆ ਇੱਧਰ ਸ਼ਾਇਦ ਕਰ ਗਿਆ ਮੁੰਡਿਆ। ਸਕੋਰ ਬਣ ਜੀ, ਛੋਟਾ ਬਣ ਦਾ ਸਕੋਰ, ਇੱਕ ਬਰਾਬਰ ਸਕੋਰ ਆ ਵੀਰੇ, ਇੱਕ ਬਰਾਬਰ ਜੀ। ਲਓ ਸਾਹਮਣੇ ਦੇ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ। ਇਧਰ ਕਾਲਾ ਵੀ ਸਾਡੀ ਜ਼ਿੰਦਗੀ ਦਾ ਮਾਣ ਆ ਵੀਰ ਸਾਡਾ, ਦਵਾਵਾਂ ਨੇ ਵੀਰਾਂ ਦੇ ਲਈ। ਆਓ ਚਰਚਿਆ ਮੇਰੇ ਮਿੱਤਰੋ, ਅੰਗਰੇਜ਼ 13 ਲੱਖਾਂ ਨੌਜਵਾਨਾਂ ਜੇ ਕਿਤੇ ਇੱਥੇ 19-21 ਹੋ ਗਈ ਫੇਰ ਪਿੰਡ ਜਿੱਤਪੁਰ ਨਹੀਂ ਬਹਜੂ, ਇੱਕ ਗੱਲ ਪੱਕੀ ਆ ਨੌਜਵਾਨਾਂ, ਮੈਨੂੰ ਲੱਗਦਾ ਵੀ ਇੱਧਰ ਮੁੰਡੇ ਕੰਮ ਹੋਰ ਹੁੰਦਾ ਲੱਗਦਾ, ਆਓ ਕੰਮ ਹੋਰ ਹੁੰਦਾ ਜਾਂ ਲੱਗਦਾ। ਨੰਦਗੜੀਆ ਤੱਤੂ ਸਮਝਾ ਲਾ ਮੁੰਡਿਆਂ ਨੂੰ, ਮੈਨੂੰ ਕੰਮ ਹੋਰ ਹੁੰਦਾ ਲੱਗਦਾ, ਆਓ ਬੱਲੇ 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 ਬੱਲੇ, ਮੈਨੂੰ ਕੰਮ ਹੋਰ ਹੁੰਦਾ ਲੱਗਦਾ। ਤੱਤੂ ਵੀ ਪੁਰਾਣੇ ਸਮਿਆਂ ਤੋਂ ਖੇਡਦਾ ਆ ਰਿਹਾ, ਇਹ ਵੀ ਚੰਗੇ ਉਸਤਾਦਾਂ ਦਾ ਚੰਗਾ ਖਿਡਾਰੀ ਆ, ਲੰਮਾ ਸਮਾਂ ਹੋ ਗਿਆ ਮੁੰਡੇ ਨੂੰ। ਮੈਂ ਪੁੱਛਿਆ ਬਾਈ ਨੂੰ, ਮੈਂ ਕਿਹਾ ਬਾਈ ਕਿੰਨੇ ਸਾਲ ਹੋ ਗਏ ਖੇਡਦੇ ਨੂੰ, ਕਹਿੰਦਾ ਪੁੱਤ 16 ਸਾਲ ਹੋ ਗਏ।
ਇਹਨਾਂ ਗਰਾਊਂਡਾਂ ਨਾਲ ਜੁੜਿਆ ਹੋਇਆ ਲੰਮਾ ਸਫ਼ਰ ਤੈਅ ਕੀਤਾ ਹਲਕੜਿਆਂ ਦੇ ਮੇਲੇ ਦਾ। ਮੁੰਡਾ ਮੇਰੇ ਮਿੱਤਰੋਂ ਕੂਲਰ ਦਾ ਜੇਤੂ ਪਰ ਸਾਹਮਣੇ ਆ ਛੋਟੂ ਮਾਜਰਾ ਜਿਹੜੇ ਨੇ ਹੁਣ ਗਲਤੀ ਕਰ ਦਿੱਤੀ ਆ। ਠੁੱਲੀ ਵਾਲੀ ਆ ਸਣੀ ਦੁਨੀਆਂ ਦਾ ਮਹਾਨ ਖਿਡਾਰੀ ਨੰਬਰ ਦੱਸੋ ਉੱਧਰ ਦੇ ਪਾਸੇ ਕਹਿੰਦੇ ਮੈਂ ਜੇ ਇੱਕ ਤੇ ਵੀ ਤਗੜਾ ਖੇਡਾ ਜਾ ਰਿਹਾ ਉਹ ਬੰਦੇ ਬੰਦੇ ਹੋ ਗਈ ਆ। ਉੱਧਰ ਦੇ ਪਾਸੇ ਕਹਿੰਦੇ ਅੱਜ ਦੇ ਅੰਗਰੇਜ਼ ਹੋਲੀ ਧੁੱਕੀ ਗੱਡੀ ਆਉਂਦੇ ਆ ਸਾਈਡਾਂ ਵੇਂਦਿਆਂ ਵੇਂਦਿਆਂ ਆਹ ਚੇਂਜ ਹੋ ਗਿਆ ਨੰਬਰ ਦੱਸ ਕਿੰਨੇ ਕਿੰਨੇ ਹੋ ਗਏ ਬਿੰਦਰੀ ਬਾਈ ਨੌ ਤੇ ਇੱਕ ਆ ਨੌ ਤੇ ਇੱਕ ਦੀ ਟੱਕਰ ਆ। ਓਕੇ ਜੀ ਓਕੇ ਜੀ ਉੱਧਰ ਬਾਈ ਵਿੱਕੀ ਇੰਗਲੈਂਡ ਸਾਡਾ ਯਾਰਾਂ ਦਾ ਯਾਰ ਹੈ ਉਹ ਕਹਿੰਦਾ ਵੀ ਆਪਾਂ ਸਵਿੰਧੂ ਦਾ ਵੀ ਸਨਮਾਨ ਕਰ ਦਿਆਂਗੇ ਅਗਲੇ ਸਾਲ ਜੇ ਮੁੰਡੇ ਜਿੱਤਦੇ ਆ। ਦੂਜਾ ਲਾਈਵ ਰੇ ਪੀਵੀ ਸੱਤੀ ਵਾਲੀ ਗੱਲ ਲਾਈਵ ਰੇ ਕਹਿੰਦਾ ਵੀ ਪਿੰਡ ਦੇ ਮੇਲੇ ਤੇ ਜੇ ਮੁੰਡੇ ਜਿੱਤ ਜਾਂਦੇ ਮਰਦੇੜੀ ਵਾਲੇ ਤੇ ਬਿਗ ਸਰਪ੍ਰਾਈਜ਼ ਦੇ ਨਾਲ ਵੱਡਾ ਮਾਣ ਕਰ ਦੇਣਾ ਸਾਡੇ ਯਾਰ ਪੁੱਜੇ ਹੋਏ ਆ। ਛੋਟੂ ਦਾ ਮੈਂ ਪੀਵੀ ਸੱਤੀ ਤੇ ਚੱਲਦਾ ਬਣ ਕੇ ਥੋੜਾ ਜਿਹਾ ਵੀਰੋ ਤੁਸੀਂ ਸਾਡੇ ਇੱਧਰ ਦੋ ਇੱਕ ਆ ਮੇਰੇ ਹਿਸਾਬ ਨਾਲ ਦੋ ਰੈ ਸਰ ਇੱਕ ਚੈਣੇ ਵਾਲ ਵੀਰੇ ਬਾਕੀ ਪਤਾ ਕਰ ਲੈਂਦੇ ਆ ਜੀ। ਓਕੇ ਜੀ ਦੋ ਤੇ ਇੱਕ ਦੀ ਟੱਕਰ ਹੈ ਜੀ ਲਓ ਇੱਧਰ ਬਾਈ ਮਗਾਈ ਰੋਟੀ ਯਾਰ ਉਹ ਬਾਈ ਯਾਰ ਜਿਹੜੇ ਜਿਹੜੇ ਗੁੱਲੀ ਨੂੰ ਪਿਆਰ ਕਰਦੇ ਆ ਤਾੜੀ ਤਾਂ ਮਾਰੋ ਯਾਰ ਮੁੰਡੇ ਲਈ ਇਹ ਕਾਲਾ ਪੁਲਸੀਆ ਕਿਸੇ ਨੇ ਗੁੱਲਾ ਘੜਾ ਚ ਵੇਖਣਾ ਤੇ ਉਹ ਵੀ ਆਇਆ ਹੋਇਆ ਵੀਰ ਸਾਡਾ ਦਵਾਮਾ ਨੇ ਸਾਡੇ ਭਰਾ ਦੇ ਲਈ ਇਧਰਲੇ ਪਾਸੇ ਤੇ ਹਾਲੇ ਹੈ ਇੱਕ ਇੱਕ ਨੰਬਰ ਹੀ ਆ ਦੋਨੋਂ ਟੀਮਾਂ ਦਾ ਦੋਨੋਂ ਟੀਮਾਂ ਕਹਿੰਦੇ ਚੋਟੀ ਦੀਆਂ ਟੀਮਾਂ ਆਹ ਕਹਿੰਦੇ ਬਰਾਬਰੀ ਦੀਆਂ ਟੀਮਾਂ ਵੀ ਆ ਪਰ ਜਿੱਤੂਗਾ ਕੌਣ ਕਿਤੇ ਵਕਤ ਦੇ ਫੈਸਲੇ ਕਰਦੇ ਨੇ ਵੀ ਕਿਸੇ ਦਾ ਪਿਆਰ ਪਾਵਣ ਕੋਈ ਉਹ ਭਲਾ ਕੋਈ ਕੀ ਨਹੀਂ ਕਰਦਾ ਉਹ ਪਰਬਤ ਭੋਰ ਦਿੰਦਾ ਏ ਉਹ ਰੀਝਾਂ ਵੀ ਨਹੀਂ ਕਰਦਾ ਮੁਹੱਬਤ ਕੈਦ ਵੀ ਹੁੰਦੀ ਹੈ ਤੇ ਸੱਚਾ ਇਸ਼ਕ ਨਹੀਂ ਮਰਦਾ ਕਿਸੇ ਦਾ ਪਿਆਰ ਪਾਵਣ ਵੀ ਭਲਾ ਕੋਈ ਕੀ ਨਹੀਂ ਕਰਦਾ। ਵਧੀਆ ਪੁਆਇੰਟ ਮੰਨਦ ਕੇ ਚੇਂਜ ਹੋਈ ਹੈ ਇੱਕ ਇੱਕ ਚੇਂਜ ਬਾਕੀ ਆਪਾਂ ਵਾਲੀਬਾਲ ਦੀ ਹਰ ਚਰਚੇ ਆ ਵੀਰਾਂ ਦੇ ਉੱਧਰ। ਓਕੇ ਜੀ ਉੱਧਰ ਸੁਖਜਿੰਦਰ ਆ ਭਰਾ ਸਾਡਾ ਦਾਊਦਪੁਰੀ ਉਹ ਵੀ ਲਾਈਵ ਜੁੜਿਆ ਹੋਇਆ ਪਰ ਇੱਧਰ ਕਹਿੰਦੇ ਜਿੰਦਰ ਨੇ ਨੰਬਰ ਜੋੜ ਦਿੱਤਾ ਗੁੱਲੀ ਜਿਹੜਾ ਪਹਿਲਾ ਨੰਬਰ ਜੋੜਿਆ ਸੀ ਵੀਰੇ ਉਹਦੇ ਲਈ 500 ਆਇਆ ਵਿੱਕੀ ਇੰਗਲੈਂਡ ਵੱਲੋਂ। ਠੀਕ ਆ ਵੀਰੇ ਤੁਸੀਂ ਆਪਣਾ ਸਾਰਾ ਹਿਸਾਬ ਕਿਤਾਬ ਉੱਧਰ ਆਪ ਕਰ ਲੈਣਾ ਪਰ ਉੱਧਰ ਕਾਲੇ ਪੁਲਸੀਏ ਨੇ ਕਮਾਲ ਦੇਰੀ ਕਰ ਦਿੱਤੀ ਆ ਨੋਟਾਂ ਦਾ ਮੀਂਹ ਭਰਾਇਆ ਮੁੰਡਿਆਂ ਨੇ ਔਰ ਅੱਜ ਦੇ ਵੱਡੇ ਕੱਪ ਦੇ ਉੱਤੇ ਬਾਕੀ ਮਾਣ ਕਰਦੇ ਆ ਕਹਿੰਦੇ ਏਰੀਏ ਦੀ ਟੀਮ ਦੇ ਉਹ ਮੈਚ ਜਿੱਤਣ ਤੇ ਆ ਬਾਈ ਕਿ ਫਾਈਨਲ ਜਿੱਤਣ ਤੇ ਉਹ ਸਾਡ ਪਤਾ ਤਾਂ ਲੱਗੇ ਬਾਈ ਰਵੀ ਪਾਸੋ ਰਵੀ ਪਾਸੋ ਵੀਰੇ ਕਿਵੇਂ ਬੋਲੀਏ ਮੈਨੂੰ ਐਂ ਤਾਂ ਦੱਸੋ ਮੈਚ ਤੇ ਆ ਕਿ ਫਾਈਨਲ ਤੇ ਆ 11 ਇੱਕ ਕੀ ਹੋ ਗਿਆ ਵਾਹ ਉਹ ਲੈਟ ਵੀਰੇ ਲੈ ਵੀ ਇੱਕ ਇੱਕ ਸੈਮੀ ਦੇ ਵੀਰੇ ਰੈਕੋਰਡ 27 ਬਾਈ ਪੁਰੀਆ ਤੇ ਬਾਬਾ ਲਗਾਣਾ ਬਾਬਾ ਕੌੜਾ ਅਸੀਂ ਘਰਾਂ ਨੇ ਲਕਲਵਾ ਜੀ ਭਾਈ ਰੋਟੀ ਖਾਣੀ ਹੈ ਤਿੰਨ ਰੋਟੀਆਂ ਤੇ ਥੋੜੀ ਸਬਜ਼ੀ ਧਰ ਲਿਆ ਜਾਂਗਾ। ਝਨੇਰ ਦੀ 2 ਦਸੰਬਰ ਹੋ ਗਈ ਫਾਈਨਲ 2 ਦਸੰਬਰ ਵੀਰੇ ਇਹ ਅੰਗਰੇਜ਼ ਆ ਬਾਈ ਯਾਰ ਜਿਹਨੂੰ ਜਿਹਨੂੰ ਅੰਗਰੇਜ਼ ਦੀ ਖੇਡ ਵਧੀਆ ਲੱਗਦੀ ਹੈ ਕੱਟਾੜੀ ਤਾਂ ਮਾਰੇ ਯਾਰ ਮੁੰਡੇ ਲਈ ਗੱਭਰੂ ਨੇ ਕਮਾਲ ਜਿਹੜੀ ਕਰ ਦਿੱਤੀ ਆ
ਅੰਗਰੇਜ਼ ਮਰਦੇਣੀ ਦੀ ਧਰਤੀ ਦਾ ਦੁਨੀਆ ਦਾ ਮਹਾਨ ਖਿਡਾਰੀ ਮੇਰੇ ਮਿੱਤਰੋ ਨੰਬਰ 12 ਤੇ 1 ਦੀ ਟੱਕਰ ਆ ਆਓ 13ਵੇਂ ਨੰਬਰ ਦੀ ਭਾਲ ਦੇ ਵਿੱਚ ਆ ਮੁੰਡੇ ਨੰਬਰ 13ਵਾਂ ਜਿੰਦਰ ਨੇ ਜੋੜ ਦਿੱਤਾ ਰਾਵੀ ਰਵੀ ਦੇ ਮੈਚ ਇੱਦਾਂ ਤੇ ਉਗਰ ਸਿੰਘ ਜੀ ਕਹਿ ਰਹੇ ਨੇ ਵੀ ਆਪਾਂ ਜੇ ਫਾਈਨਲ ਜਿੱਤੇ ਰਵੀ ਤੇ ਉਗਰ ਸਿੰਘ ਜੀ ਕਹਿੰਦੇ ਵੀ ਰਵੀ ਨੂੰ ਆਪਾਂ 500 ਦੇਵਾਂਗੇ ਵੱਡੇ ਮਾਨ ਸਨਮਾਨ ਜਿਹੜੇ ਉਹ ਰਵੀ ਨੂੰ ਦਿੱਤੇ ਜਾਣਗੇ ਪਰ ਇੱਕ ਇੱਕ ਹਾਲੇ ਤੇ ਜੋੜਦਾ ਮੁੰਡਿਆਂ ਦੀ ਲੈ ਵੀ ਮਾਜਰੇ ਵਾਲਿਆ ਬੇਸ਼ੱਕ ਗੱਡੀ ਥੋੜੀ ਅਣਫਿੱਟ ਆ ਪਰ ਜੇ ਆ ਮੈਚ ਦੇ ਵਿੱਚ ਵਾਪਸੀ ਕਰਕੇ ਇੱਥੋਂ ਜਿੱਤੇ ਆ ਉਹ ਤੈਨੂੰ ਟਾਪ ਮਿਲੇ ਲੋਕੀ ਗੱਲਾਂ ਕਰਦੇ ਵੀ ਮਾਜਰੇ ਵਾਲਾ ਤੇ ਸਾਰਾ ਸਾਰਾ ਮੇਲਾ ਗਲਤੀ ਨੀ ਕਰਦਾ ਪਰ ਜੇ ਹੁਣ ਮੈਚ ਇੱਥੋਂ ਜਿਤਾਵੇ ਉਹ ਤੈਨੂੰ ਤਾਂ ਮੰਨੀਏ ਤੂੰ ਵੀ ਆਪਣੇ ਆਪ ਨੂੰ ਖੱਬੀ ਖਾਨ ਖਵਾਉਣਾ ਉਹ ਫਰ ਤਿਆਰੀ ਵੀ ਯਾਰੀ ਵਿੱਚ ਨਫੇ ਨੁਕਸਾਨ ਨਹੀਂ ਉਹ ਦੇਖੀ ਦੇ ਮੰਜ਼ਿਲਾਂ ਦੇ ਸਾਹਮਣੇ ਤੂਫਾਨ ਨਹੀਂ ਉਹ ਦੇਖੀ ਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਂ ਉਹ ਜੋੜੀ ਦਾ ਆਪਣੇ ਪਿਆਰਿਆਂ ਦਾ ਉਹ ਦਿਲ ਨਹੀਂ ਉਹ ਤੋੜੀ ਦਾ ਆਪਣੇ ਪਿਆਰਿਆਂ ਦਾ ਦਿਲ ਨਹੀਂ ਉਹ ਤੋੜੀ ਦਾ ਗੱਲ ਤੇ ਸੱਚ ਨੌਜਵਾਨਾਂ ਪਲੇਅਰਾਂ ਦੇ ਮਾਣ ਸਤਿਕਾਰ ਕੀਤੇ ਜਾ ਰਹੇ ਨੇ ਬਾਈ ਜੀ ਅੰਗਰੇਜ਼ ਜਿਹੜੀ ਪਹਿਲਾਂ ਬਾਲ ਲਾਈ ਸੀ ਉਸ ਬਾਲ ਤੋਂ ਖੁਸ਼ ਹੋ ਕੇ ਵਿੱਕੀ ਇੰਗਲੈਂਡ ਵੱਲੋਂ ਵੱਡੇ ਮਨ ਆਇਆ ਉਹਦੇ ਨਾਲ ਗੱਲਾਂ ਜਿਹੜੀਆਂ ਬਾਤਾਂ ਸਿੱਧੀਆਂ ਹੋਣਗੀਆਂ ਪਰ ਸਾਹਮਣੇ ਮੇਰੇ ਮਿੱਤਰੋ ਸੁੱਖੂ ਵਰਗੇ ਖਿਡਾਰੀ ਖੇਡਦੇ ਆ ਠੁੱਲੀ ਵਾਲ ਪਿੰਡ ਆ ਸਨੀ ਦਾ ਬੜੀ ਚੜ੍ਹਾਈ ਆ ਤੇ ਸੱਤਾ ਵੀ ਆਇਆ ਹੋਇਆ ਔਰ ਚਰਚਿਆ ਮੇਰੇ ਮਿੱਤਰੋ ਹੰਸਾਂ ਦੀ ਜੋੜੀ ਦੇ ਇੱਥੇ ਰੱਖ ਇੱਥੇ ਰੱਖ ਸਵਾਦ ਆਓ ਸਵਾਦ ਆਓ ਸਵਾਦ ਵਾਲੀਬਾਲ ਦਾ ਓਕੇ ਜੀ ਉਧਰ ਵਿੱਕੀ ਇੰਗਲੈਂਡ ਵਾਲਾ ਕਹਿੰਦਾ ਵੀ ਆਨੰਦਗੜ੍ਹ ਦੀ ਟੀਮ ਦਾ ਜੇ ਨੰਬਰ ਇੱਕੋ ਹੀ ਰਹਿੰਦਾ ਬਾਈ ਜੀ ਰੋਟੀ ਸਕਦੇ ਆ ਜੀ ਰੋਟੀ ਸਾਕ ਕੇ ਫੇਰ ਕਮੈਂਟ ਪੜਾਂਗੇ ਵੀਰੇ ਮੈਚ ਦਾ ਆਨੰਦ ਲਿਓ ਜੀ ਪ੍ਰਸ਼ਾਦਾ ਸਕ ਲਈਏ ਬਾਈ ਲਓ ਸਾਹਮਣੇ ਲਓ ਸਾਹਮਣੇ ਸ਼ਾਹਪੁਰੀ ਮੁੰਡਿਆਂ ਵੱਲੋਂ ਵੀ ਵੱਡੇ ਮਾਣ ਆਏ ਆ ਅੰਗਰੇਜ਼ ਦੀ ਖੇਡ ਤੋਂ ਖੁਸ਼ ਹੋ ਕੇ ਅੱਜ ਪਹਿਲਾਂ ਵਾਲਾ ਅੰਗਰੇਜ਼ ਵੇਖਣ ਨੂੰ ਮਿਲਿਆ ਭਲੇਖੇ ਵਾਲੇ ਬੈਠੇ ਆ ਆਓ ਸਾਹਮਣੇ ਕਹਿੰਦੇ ਮੈਚ ਦੇ ਸਾਰਾ ਤਗੜਾ ਗਿਆਨ ਨੰਬਰ ਇੱਕ ਦੇ ਮੁੰਡੇ ਕਹਿੰਦੇ ਹੱਦੋਂ ਵੱਧ ਤਗੜਾ ਪ੍ਰੈਸ਼ਰ ਕੀਤੀ ਆਉਂਦੇ ਆ ਪਰ ਇੱਧਰਲੇ ਪਾਸੇ ਬਾਈ ਦੱਸਿਓ ਵੀ ਵਧਿਆ ਪੁਆਇੰਟ ਕਿ ਨਹੀਂ ਪੰਡਿਤ ਜੀ ਬਾਈ 13 ਇੱਕ ਓਕੇ ਜੀ 13 ਤੇ 17 ਤੇ ਆਪਾਂ ਨਾ ਓਕੇ ਜੀ 13 ਤੇ 1 ਦੀ ਖੇਡ ਆ 13 ਨੰਬਰ ਆ ਮਰਦੇੜੀ ਦੀ ਟੀਮ ਨੇ ਇੱਕ ਨੰਬਰ ਆਨੰਦਗੜ੍ਹ ਦੀ ਟੀਮ ਦਾ ਲਓ ਸਾਹਮਣੇ ਦੱਸਿਆ ਸੈਂਟਰ ਦੇ ਵਿੱਚ ਆ ਨੌਜਵਾਨਾ ਆਹ ਬੱਲੇ ਬੱਲੇ ਕਰਾਉਣੀ ਪੈਣੀ ਆ ਲਓ ਸਾਹਮਣੇ ਉੱਧਰ ਉਹ ਬੱਲੇ 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 ਉੱਧਰ ਜੇ ਮਰਦੇੜੀ ਜਿੱਤੇ ਕਿੰਨਾ ਬੱਲੋ ਜੀ ਬਾਈ ਰੁਕੇ ਮਿੰਟ ਪੜਾ ਵੀਰੇ ਖਾਣਾ ਖਾ ਲਈਏ ਜੀ ਖਾਣਾ ਜੇ ਮਰਦੇੜੀ ਵਾਲੇ ਮੁੰਡੇ ਦਿੱਤੇ ਤੇ ਇੱਧਰ ਕੀ ਸਕੋਰ ਆ ਜੀ 2 ਨੰਬਰ ਗਰਾਊਂਡ ਦਾ ਸਕੋਰ ਵੀ ਦੱਸ ਰਹੀ ਹੈ ਨਾਲ ਹੀ 2 ਨੰਬਰ ਇੱਧਰਲੇ ਪਾਸੇ ਮੈਂਡੀ ਸ਼ਰਮਾ ਕਹਿੰਦੇ ਕੈਨੇਡਾ ਦੀ ਟੀਮ ਦੇ ਨੇ ਔਰ 1 ਨੰਬਰ ਆ ਜਿਹੜਾ ਰਾਏਸਰ ਦੀ ਟੀਮ ਦਾ ਜੀ 2 ਤੇ 1 ਦਾ ਮੁਕਾਬਲਾ ਔਰ ਜਿਹੜਾ ਖੇਡਦੇ ਮੈਦਾਨ ਦੇ ਵਿੱਚ ਖੇਡਦਾ ਜਾ ਰਿਹਾ ਵੀ ਕਦੇ ਉੱਤੇ ਕਦੇ ਥੱਲੇ ਆ ਤੇ ਕਦੇ ਪੂਰੀ ਬੱਲੇ ਬੱਲੇ ਆ ਕਦੇ ਤਾਂ ਸੰਭਾਲੇ ਸਾਥੋਂ ਜਾਂਦੇ ਨੋਟ ਨਾ ਔਰ ਕਦੇ ਕੱਖੋਂ ਹੌਲੇ ਨਾਲ ਕਮਾਈਆਂ ਰਹਿੰਦੀਆਂ ਤੇ ਸਦਾ ਨਹੀਂ ਹਾਲਾਤ ਰਹਿੰਦੇ ਮਾਰੇ ਬੰਦੇ ਦੇ ਤੇ ਸਦਾ ਨਹੀਂ ਉਹ ਬੰਦਿਆ ਚੜ੍ਹਾਈਆਂ ਰਹਿੰਦੀਆਂ ਔਰ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਤੇ ਸਦਾ ਨਹੀਂ ਉਹ ਬੰਦਿਆ ਚੜ੍ਹਾਈਆਂ ਰਹਿੰਦੀਆਂ ਮੈਚ ਦੇ ਤਗੜਾ ਖੇਡਿਆ ਜਾ ਰਿਹਾ ਇੱਧਰ ਦੇ ਪਾਸੇ ਵੀ ਇੱਕ ਤੇ ਕਦੇ 2 ਦੀ ਟੱਕਰ ਹੈ ਹਾਂਜੀ ਲਓ ਸਾਹਮਣੇ ਇੱਧਰ ਇੱਧਰ ਵੀ ਮਿੱਤਰਾ ਫਰਕ ਵੱਡਾ ਪੈ ਗਿਆ ਨੰਬਰ ਲਾਸਟ ਹੈ ਜੀ ਵਰਿੰਦਰੀ ਜੀ ਨੰਬਰ ਲਾ
ਕਿਵੇਂ ਜੀ? ਓਕੇ ਜੀ, ਵੀਰ ਕਹਿੰਦੇ ਆ ਵੀ ਜੇ ਆਹ ਟੂਰਨਾਮੈਂਟ ਪਿੰਡਾਂ ਦਾ ਤੇ ਅਸੀਂ 500-500 ਦੇ ਵੱਡੇ ਮਨ ਕਰਨੇ ਸੀ, ਪਰ ਸਾਹਮਣੇ ਮੈਂ ਵੇਖਦਾ ਵੀ ਹੁਣ ਤੇ ਇੱਕ ਸਾਲਾ ਵੀਰ ਘੱਟੋ ਘੱਟ 5000 ਰੁਪਇਆ ਉਹ ਪਲੇਅਰਾਂ ਨੂੰ ਵੰਡ ਚੁੱਕੇ ਆ। ਉਧਰ ਵਿੱਕੀ ਇੰਗਲੈਂਡ ਵਾਲਾ ਕਹਿੰਦਾ ਵੀ ਆਪਾਂ 3100 ਦੇ ਦਿਆਂਗੇ ਜੇ ਮੁੰਡੇ ਇੱਕ ਨੰਬਰ ਹੀ ਦਿੰਦੇ ਆ ਉਹ ਆਨੰਦਗੜ੍ਹ ਦੀ ਟੀਮ ਨੂੰ। ਲਾ ਪੱਲੇ 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 ਉਹ ਪੱਲੇ 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 ਨੰਬਰ ਲਾਸਟ ਉਹ ਬਾਈ ਰੌਲਾ ਰੱਪਾ ਨੰਬਰ ਲਾਸਟ ਜੇ ਤੇ ਨੰਬਰ ਲਾਸਟ ਆਓ ਸਾਹਮਣੇ ਮੇਰੇ ਮਿੱਤਰੋ ਬੱਲੇ ਬੱਲੇ ਹੋਈ ਪਈ ਆ। ਇੱਧਰ ਮੈਚ ਬੜਾ ਚੋਟੀ ਦਾ ਗੁੱਲੀ ਵਰਗੇ ਟਰਾਈਆਂ ਕਰਦੇ ਆ ਮੋਹਿਤ ਵਰਗੇ ਸੁੱਖੇ ਵਰਗੇ ਅੰਗਰੇਜ਼ ਵਰਗੇ ਆਓ ਚਰਚੇ ਆ ਠੁੱਲੀ ਵਾਲੀਏ ਸਣੀ ਨੇ ਮੇਰੇ ਮਿੱਤਰੋ ਰਿਕਾਰਡ ਫੱਡੇ ਆ ਰਿਕਾਰਡ ਅੱਜ ਬਣ ਜਾਣਗੇ ਤੇ ਟੁੱਟਣਗੇ ਵੀ ਬੜੇ ਇਹ ਗੱਲ ਸਾਂਝਾ ਹੋ ਜਾਣਾ। ਆਓ ਜਿੱਧਰ ਤੋਂ ਆਸਾਂ ਉਮੀਦਾਂ ਵੱਡੀਆਂ ਨੇ ਆਸਾਂ ਉਮੀਦਾਂ ਜਿਹੜੀਆਂ ਬੜੀਆਂ ਵੱਡੀਆਂ ਨੇ ਮਿੱਤਰਾਂ ਵੱਡੀਆਂ ਨਗਦ ਰਾਸ਼ੀਆਂ ਲੱਗੀਆਂ ਹੋਈਆਂ ਜਿੱਤ ਹਾਰ ਇੱਕ ਪਾਸੇ ਮੇਰੇ ਮਿੱਤਰੋ ਹੋਕਿਆਂ ਦੇ ਫੈਸਲੇ ਤੇ ਹਾਲੇ ਹੋਣਗੇ ਨੰਬਰ ਮੇਰੇ ਮਿੱਤਰੋ ਲਾਸਟ ਆ ਠੁੱਲੀ ਵਾਲੀ ਆ ਸਣੀ ਦੀ ਠੇਟਾ ਤੇ ਕਦੇ ਮਰਦੈੜੀ ਵਾਲੇ ਨੇ ਤੇ ਅੱਜ ਆ ਢੁੱਕੀ ਕੱਢਦੀ ਆ ਬਾਲਾਂ ਲਾਉਣ ਵਾਲੀ ਸਵਾਦ ਵੱਜਿਆ ਪਿਆ। ਇੱਧਰ ਤਿੰਨ ਹੋ ਗਏ ਮੈਂਡੀ ਸ਼ਰਮਾ ਗਲਵ ਚੈਣਿਆਂ ਦੀ ਟੀਮ ਦੇ ਔਰ ਇੱਕ ਨੰਬਰ ਜਿਹੜਾ ਰਾਏਸਰ ਦੀ ਟੀਮ ਦਾ ਨੰਬਰ ਚੌਥਾ ਜੁੜੂਗਾ ਤੇ ਜਾਂ ਫਿਰ ਆ ਹੋਣੀਆਂ ਸਰਵੇ ਚੇਂਜ ਇੱਥੇ ਫੈਸਲੇ ਹੋਣਗੇ ਪਰ ਹਾਲੇ ਟਾਈਮ ਲੱਗ ਜੂਗਾ। ਆਓ ਬੱਲੇ 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 ਕਹਿੰਦੇ ਹੋਈ ਪਈ ਆ ਅੱਜ ਕਹਿੰਦੇ ਨਵੀਂ ਕਲਾਂ ਦੀ ਧਰਤੀ ਆ ਆਓ ਦੁਨੀਆ ਦੇ ਵੱਡੇ ਸਟਾਰ ਖੇਡਦੇ ਪਏ ਨੇ ਪਰ ਸਾਹਮਣੇ ਕਹਿੰਦੇ ਰਾਏਸਰ ਦਾ ਆਓ ਕਹਿੰਦੇ ਦਸਾਂ ਕਮਾਲ ਕਰ ਗਿਆ ਖੇਡ ਦੇ ਮੈਦਾਨ 'ਚ ਇੱਕ ਤੇ ਤਿੰਨ। ਹਾਂ ਵੀ ਗਿਰਨਾਲ ਇੱਧਰ ਲਾਸਟ ਪੁਆਇੰਟ ਹਾਂਜੀ ਇੱਧਰ ਦੇ ਨੰਬਰ ਲਾਸਟ ਲਓ ਬੱਲੇ 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 ਜਦੋਂ ਪਾਲ ਅੰਗਰੇਜ਼ ਤੇ ਆਉਂਦੀ ਆ ਨਾ ਔਰ ਤੇਰਾ ਕੰਮ ਬੱਲੇ ਸੋਨਹਾ ਸ੍ਰੀ ਅਕਾਲ। ਲਓ ਸਾਹਮਣੇ ਮੈਚ ਸਮਾਪਤ ਜਿੱਤ ਗਈ ਟੀਮ ਮਰਦੇੜੀ ਦੀ। ਆ ਜਾਓ ਜੀ ਉੱਧਰ ਚੱਲਦੇ ਹੁਣ ਆਪਾਂ ਹਾਂ ਜੱਸੀ ਵਾਲਾ 500 ਆ ਗਿਆ ਜੀ। ਓਕੇ ਜੀ ਆ ਬਾਈਆਂ ਨੇ ਤੇਰੇ ਲਈ ਅੰਗਰੇਜ਼ ਬਾਈ 500 ਦੇ ਵੱਡੇ ਮਾਣ ਬਖਸ਼ੇ ਸੀ ਉਹ 5 ਦੇ ਕਰ ਦਿੱਤੇ ਆ ਭਰਾਵਾਂ ਨੇ ਦਵਾਵਾਂ ਤੇਰੇ ਲਈ ਬਹੁਤ ਤਕੜਾ ਖੇਡਿਆ ਹਰ ਪਤਾ ਲੱਗਦਾ ਵੀ ਅੱਜ ਪਹਿਲਾਂ ਵਾਲਾ ਅੰਗਰੇਜ਼ ਦੇਖਣ ਨੂੰ ਮਿਲਿਆ ਨੌਜਵਾਨਾਂ ਹਾਂਜੀ ਹਾਂਜੀ ਵੀਰੇ ਹੁਣ ਆਪਾਂ ਸੱਕ ਲਿਆ ਪ੍ਰਸ਼ਾਦਾ ਪਾਣੀ ਹੁੰਦੇ ਹਾਂ ਮੈਚ ਕੰਨੀ ਨੂੰ ਜੀ ਦੂਜਾ ਲਾਈਵ ਜਿੱਤ ਗਈ ਵੀਰੇ ਅੰਗਰੇਜ਼ ਮਰਦਾ ਹੈਡੀ ਟੀਮ ਸੈਮੀ 'ਚ ਪਹੁੰਚ ਗਈ ਜੀ ਛੋਟੂ ਨੂੰ ਛੋਟੂ ਹਾਰ ਗਿਆ ਵੀਰੇ ਇਹ ਮੈਚ ਦੇ 3-1 ਸਕੋਰ ਆ 3-1 ਸਕੋਰ ਆ ਜੀ 1-3 ਇੱਕ ਰੈਸਰ 3 ਚੈਣੇ ਵਾਲ ਵੀਰੇ ਉੱਧਰੋਂ ਛੋਟੂ ਮਾਜਰਾ ਹਾਰ ਗਿਆ ਵੀਰੇ ਹਾਰ ਗਿਆ ਜੀ ਇੱਧਰ 1 ਸਕੋਰ ਆ ਜੀ ਰੈਸਰ ਦੇ 3 ਚੈਣੇ ਵਾਲ ਆਇਓ ਜੀ ਦੋ ਨੰਬਰ ਗਰਾਊਂਡ ਦੇ ਵਿੱਚ ਲਓ ਜੀ ਵੀਰੇ ਬਹੁਤ ਤਕੜਾ ਮੈਚ ਆ ਜੀ 1-3 ਇੱਕ ਰੈਸਰ 3 ਚੈਣੇ ਵਾਲ ਬਾਈ ਬੜਦਾਰ ਵੀ ਜਲਾ ਗਿਆ ਜੀ ਨਾਲ ਹੀ ਗਿਆ ਉਹਦੇ ਹੋਰ ਬੋਲ ਬਾਬੇ 760 ਉਧਰ ਜੇ ਕੋਈ ਵੀ ਪਲੇਅਰ ਅੱਡਾ ਚ ਬਾਲ ਮਾਰ ਦਿੰਦੇ
ਸ਼ਾਹਪੁਰ ਵਾਲੇ ਵੀਰ ਕਹਿੰਦੇ ਵੀ ਆਪਣੇ ਵੱਲ 100 ਦੇ ਵੱਡੇ ਮਾਨ ਛੋਟੂ ਹਰ ਗਿਆ ਵੀਰੇ ਹਰ ਗਿਆ ਜੀ ਸੈਮੀ ਦੀਆਂ ਟਾਈਆਂ ਬਹਿਣੀਆਂ ਤਿੰਨ ਟੀਮਾਂ ਸੈਮੀ 'ਚ ਵੱਗ ਗਈਆਂ ਵੀਰੇ ਅੰਗਰੇਜ਼ ਵੱਗ ਗਿਆ ਸੈਮੀ 'ਚ ਜੀ ਸੱਤਾ ਵੱਗ ਗਿਆ ਸੈਮੀ 'ਚ ਤੇ ਬਾਬਾ ਲਦਾਣਾ ਵੱਗ ਗਈ ਸੈਮੀ 'ਚ ਕਿਹਦੀ ਜੇਤੂ ਜਾਊ ਵੀਰੇ ਸੈਮੀ ਦੀਆਂ ਟਾਈਆਂ ਬਹਿਣੀਆਂ ਇੱਕ ਮੈਚ ਕਢਾ ਦਿਓ ਉੱਧਰ ਮਿੰਟ ਮਾਰੋ ਟਾਈਆਂ ਸੱਦ ਕੇ ਕਮੇਟੀ ਨੂੰ ਪਵਾ ਕੇ ਆਹੋ ਜੀ ਇੱਧਰ ਪ੍ਰਬੰਧਕੀ ਕਮੇਟੀ ਤੇ ਬੈਠੀ ਆ ਭਾਈ ਇੱਕ ਤੇ ਮਰਦੇੜੀ ਦੀ ਟੀਮ ਆ ਜਾਵੇ ਇੱਕ ਰਾਏਕੋਟ ਵਾਲੇ ਮੁੰਡੇ ਆ ਜਾਵੇ ਦੋ ਤਿੰਨ ਹੋ ਗਏ ਦੋ ਤਿੰਨ ਵੀਰੇ ਤੀਜਾ ਕਿਹੜਾ ਸ਼ਾਸਤਰੀ ਨਹੀਂ ਆਇਆ ਵੀਰੇ ਬਾਬਾ ਲਦਾਣਾ ਇਹ ਤਿੰਨ ਸੱਜਣ ਆ ਗਿਆ ਮੈਚ ਬਾਈ ਅਜੇ ਬਾਈ ਚਾਂਗਲੀ ਦੇ ਵਿੰਦਰ ਦੇ ਪੇਜ ਕੋਲੇ ਆਪਾਂ ਬਾਈ ਇੱਥੇ ਜਿਹੜਾ ਟਾਈਆਂ ਪਾਉਣ ਲੱਗਿਆ ਸੈਮੀ ਮੈਚ ਦੀਆਂ ਬੇਨਤੀ ਹੈ ਮੇਰੀ ਵੀਰਾਂ ਨੂੰ ਹਰ ਸਮਾਂ ਅੱਜ ਬਹੁਤ ਜ਼ਿਆਦਾ ਹੋ ਗਿਆ ਜਿਹੜਾ ਖਿਆਲੀ ਵਗੈਰਾ ਨੇ ਕਰਾਇਆ ਉਹ ਵੀ ਤੇ ਐਂਡੀ ਹੋਇਆ ਨੌਜਵਾਨਾਂ ਪਰ ਅੱਜ ਵੀ ਵੱਡੀ ਰੌਣਕ ਲੱਗੀ ਹੋਈ ਹੈ ਬਾਈ ਜੀ ਛੋਟੂ ਹਰ ਗਿਆ ਵੀਰੇ ਅਜਨਾਉਂਦਾ ਹਰ ਗਈ ਵੀਰੇ ਬਹੁਤ ਟਾਈਮ ਹੋ ਗਿਆ ਜੀ ਸੱਤੀ ਬਾਈ ਕਿੱਥੇ ਆ ਬਾਈ ਬਾਈ ਕਲੱਬ ਵਾਲੇ ਵੀਰ ਆਹੋ ਯਾਰ ਆਓ ਅੰਕਲ ਜੀ ਵੀਰੇ ਅਜੇ ਤੁਸੀਂ ਵੀਰੇ ਨਾਲੇ ਕਹਿੰਦਾ ਹੀ ਬੈਠ ਗਿਆ ਆਪਾਂ ਟਾਈਆਂ ਪਾਉਣੀ ਜੀ ਪੂਰਾ ਟਰੋਫੀ ਦਿਖਾਈ ਜਾਂਦਾ ਸੀ ਮੈਨੂੰ ਕਹਿੰਦਾ ਚੱਲਿਆ ਮੈਂ ਤਾਂ ਹੈ ਲੈ ਰਹੀ ਸੀ ਮਾਵਾ ਦੀ ਟਰੋਫੀ ਦਿਖਾ ਕੇ ਗਿਆ ਸਾਰੀ ਸੰਗਤ ਖੜੀ ਆ ਛੋਟਾ ਵੀਰ ਖੜਾ ਇੱਧਰ ਲਾਈਵ ਕੋਲ ਆਪਾਂ ਤੋਂ ਪਰਚੀਆਂ ਚੁਕਾ ਲੈਂਦੇ ਹਾਂ ਛੋਟੇ ਵੀਰ ਦੋ ਦੋ ਪਰਚੀਆਂ ਫੜਾ ਦੇ ਚੱਕ ਕੇ ਲਓ ਜੀ ਸੈਮੀ ਦੀਆਂ ਟਾਈਆਂ ਪੈਂਦੀਆਂ ਵੀਰੇ ਲਿਖ ਮੈਂ ਖੋਲ ਦਿੰਦਾ ਮਰਦਾ ਹੇੜੀ ਪਹਿਲਾ ਸੈਮੀ ਮਰਦਾ ਹੇੜੀ ਤੇ ਬਾਬਾ ਲਦਾਣਾ ਮਰਦਾ ਹੇੜੀ ਤੇ ਬਾਬਾ ਮਰਦਾ ਹੇੜੀ ਪਹਿਲਾ ਸੈਮੀ ਆ ਤੇ ਜਿਹੜੀ ਇਹਨਾਂ ਵਿੱਚੋਂ ਜਿੱਤ ਗਈ ਖੇਡੂ ਡੀਗਰਾਂ ਨੂੰ ਤੂਫਾਨ ਲਓ ਜੀ ਵੀਰੇ ਰੈਕੋਰਡ ਜਿਹੜੀ ਇਹਨਾਂ ਵਿੱਚੋਂ ਜਿੱਤ ਗਈ ਖੇਡੂ ਰਾਏਕੋਟ ਨਾਲ ਔਰ ਬਾਬਾ ਲਲਾਣਾ ਵਰਸੇ ਜੇਤੂ ਵੀਰੇ ਮਰਦਾ ਹੇੜੀ ਵਾਲੇ ਮੁੰਡੇ ਆਉਣ ਜੀ ਇੱਕ ਨੰਬਰ ਗਰਾਊਂਡ ਦੇ ਜਿਹੜੀ ਇਹਨਾਂ ਚੋਂ ਜਿੱਤ ਗਈ ਰੈਕੋਟ ਸੱਤਾ ਸਵਾਮਪੁਰੀਆ ਥਾਪੀਆਂ ਮਾਰਦਾ ਬਈ ਮਰਦਾ ਹੇੜੀ ਤੋਂ ਮੈਂ ਜਾਣ ਐਂਟੀ ਹੋਣੇ ਐਂਡ ਲਵਾ ਦੋ ਤਾਂ ਬ੍ਰੇਕ ਦੇ ਵਿੱਚ ਮੁੰਡੇ ਆ ਜਾਣ ਨਹੀਂ ਸਹੀ ਥੋੜੀ ਹੋ ਗਈ ਐਂਡ ਹੋਣਾ ਅਰਸ ਐਂਡ ਬਾਈ ਲੇਟ ਵਾਲਾ ਆਜੂ 5 ਵਜੇ ਜਾਣਗੇ ਆਹ ਮੈਚ ਹੀ ਹਜੇ ਤਾਂ 2 ਘੰਟੇ ਆ ਮੈਚ ਨਹੀਂ ਨਿਬੜਦਾ 2 ਤੋਂ ਬਾਅਦ ਇਹਨੂੰ ਲਾਲਾ ਹੁਣ ਮੈਚ ਲੰਬੇ ਆ ਸਾਰੇ 11 ਵੱਜ ਗਏ ਵੀ ਨੰਬਰ ਦੇ ਐਸ ਛੋਟੇ ਪੰਡ ਦੇ ਕਿੰਨੇ ਕਿੰਨੇ ਹੋ ਗਏ ਕਢਾ ਦੋ ਮੈਚ ਉਧਰ 3 ਤੇ 2 ਲਵੀ ਬਾਬਾ ਹੋ ਰਿਹਾ ਤਗੜਾ ਕਰ ਰਿਹਾ ਸਰਵਿਸ ਬਾਬਾ ਜਿਹੜੀ ਆ ਲੋਕੀ ਕਹਿੰਦੇ ਆ ਬੜਾ ਲੇਟ ਵੀ ਜਦੋਂ ਰੈਸ ਰਹੀ ਨੇ ਤੂੰ ਆ ਕੇ ਖੜ ਗਏ ਵੀ ਤੋਪ ਇੱਕ ਨਹੀਂ ਤੇ ਤੋਪ ਦੋ ਇਕੱਠੀਆਂ ਹੋ ਰਹਿੰਦੀਆਂ ਗੋਲੇ ਵਾਲੇ ਸੁੱਟ ਗੱਲ ਫੇਰ ਮੰਡੀ ਆ ਇੱਧਰ ਬਈ ਵਾਲੀਆਂ ਚੁੱਟੀ ਖੜਾ ਇਹਨੇ ਪਿੰਡ ਦਾ ਜੱਦੀ ਨਾਲ ਕਹਿੰਦੇ ਬਿਸ਼ਨ ਖੜਾ ਬਈਆ ਵਾਲਾ ਪਰਵਾਲੀ ਫੌਜੀਆਂ ਕਲਿਆਣ ਲੋਡ ਮੰਡੀ ਐਰ ਪਾਸੀਆਂ ਫਿਰ ਸੁਖਾਰਾ ਫਿਰ ਭੈਣੀ ਬਰਿੰਗਾ ਫਿਰ ਗੱਲਾਂ ਫੁੱਬੀਆਂ ਨੇ ਇਹ ਇਲਾਕੇ ਦਾ ਆਹ ਪੱਲੇ 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 ਆਹ ਵਾਰੀ ਤਕਦੀ ਨੇ ਆਹ ਧਰਤੀ ਮਾਤਾ ਗੋਲ ਨੂੰ
ਚੱਲ ਫੋਰ ਬਖੇਰੇ ਮਗਰਾਰੀ ਦੇ ਸੂਰਜਾ ਕਮੀਆਂ ਦੇ ਫੇਰੇ ਜੌਂਟੀ ਬੇਤੀ ਹੈ ਜੀ ਜੌਂਟੀ ਇੱਕ ਨੰਬਰ ਗਰਾਊਂਡ ਦੇ ਵਿੱਚ ਟੀਮਾਂ ਜੌਂਟੀ ਜੱਸਾ ਰਵੀ ਜਿੰਨੇ ਤੇ ਇੱਕ ਦੂਜੇ ਤੇ ਜਿੰਨੀਆਂ ਸਿੰਗਲ ਹੈਂਡ ਲਾਉਣਗੇ ਉਹਨੇ 100 100 ਵਿਜੇ ਮਲਕ ਜੀ 1 ਮਿੰਟ ਦਾ ਟਾਈਮ ਹੈ ਜੀ ਰਵੀ ਤੇ ਜੱਸੇ ਦਾ ਹਰ ਇੱਕ ਟੱਪਾ 100 ਦਾ ਅਰਸ਼ ਬੇਤੀ ਹੈ ਮੇਰੀ ਵੀਰਾਂ ਨੂੰ ਮੁੰਡੇ ਆ ਜਾਣ ਜੀ ਬਾਬਾ ਲੁਧਾਣਾ ਤੇ ਨਾਲ ਟੀਮ ਆ ਜਾਵੇ ਮਰਦੇ ਵੀ ਅੰਗਰੇਜ਼ ਦੀ ਜਿੰਨੇ ਟੱਪੇ ਬੋਗਾ ਰਵੀ ਤੇ ਜੱਸਾ ਰਵੀ ਤੇ ਜੱਸਾ ਉਹਨੇ 100 100 ਆਰ ਸ਼ਰਮਾ ਘਨੌਰ ਵੱਲੋਂ ਜੌਂਟੀ ਜੱਸਾ ਰਵੀ ਜੌਂਟੀ ਜੱਸਾ ਤੇ ਰਵੀ ਇੱਕ ਦੂਜੇ ਦੇ ਜਿੰਨੀਆਂ ਸਿੰਗਲ ਹੈਡਾਂ ਲਾਉਣਗੇ ਉਹਨੇ 100 100 ਜਿੰਨੀਆਂ ਸਿੰਗਲ ਹੈਡੀਆਂ ਬਾਲਾਂ ਮਾਰਨਗੇ ਵਿਜੇ ਮਲਕ ਯੂਕੇ ਵੱਲੋਂ ਉਹਨੇ 100 100 ਯੂਕੇ ਵੱਲੋਂ ਉਹਨੇ 100 100 ਉਹਨੇ 100 100 ਦੇ ਵੱਡੇ ਜਿਹੜੇ ਮਾਰ ਬਾਈ ਦਲਵੀਰ ਮਲੋ ਕੈਨੇਡਾ ਲਾਈਵ ਹੈ ਬਾਈ ਦਲਵੀਰ ਮਲੋ ਵੈਲਕਮ ਵੈਲਕਮ ਦਲਵੀਰ ਵੀਰੇ ਉਹ ਵੀ ਵੀਰ ਸਾਡਾ ਲਾਈਵ ਤੇ ਆ ਗਿਆ ਦਲਵੀਰ ਮਲੋ ਕੈਨੇਡਾ ਦਾ ਭਰਾ ਸਾਡਾ ਉਹ ਵੀ ਕਹਿੰਦੇ ਲਾਈਵ ਤੇ ਆ ਗਿਆ ਬਹੁਤ ਬਹੁਤ ਸਵਾਗਤ ਹੈ ਦਲਵੀਰ ਬਾਈ ਸਕੋਰ ਕਿੰਨੇ ਆ ਸਕੋਰ ਪੰਡ ਜੀ 2-3 ਸਕੋਰ ਆ ਜੀ 2 ਰੈਸਰ 3 ਚੈਣੇ ਵਾਲ ਵੀਰੇ ਰਵੀ ਜੱਸੇ ਦੇ 2 ਹੈ ਜੌਂਟੀ ਪਰ ਮਰ ਗਿਆ ਦੇ 3 ਆ ਵੀਰੇ ਬਹੁਤ ਤਕੜਾ ਮੈਚ ਆ ਧੌਲਮਾ ਜਿਹੜਾ ਹਰ ਗਈ ਵੀਰੇ ਮਨਜੋਤ ਝਮਟ ਕੈਨੇਡਾ ਜੀ ਸਵਾਗਤ ਹੈ ਜੀ ਰਾਮ ਰਾਮ ਬਾਈ ਰਾਮ ਰਾਮ ਜੀ ਉਧਰ ਮੇਰੀ ਬੇਨਤੀ ਹੈ ਵੀਰੇ ਰਾਊਂਡ ਨੰਬਰ 1 ਦੇ ਵਿੱਚ ਟੀਮ ਆ ਜਾਣ ਭਰਾ ਬਣ ਕੇ ਮਰਦੇੜੀ ਖੜੀ ਹੈ ਮਰਦੇੜੀ ਦੀ ਟੀਮ ਤੇ ਨਾਲ ਬਾਬੇ ਲੁਧਾਣੇ ਵਾਲੇ ਮੁੰਡੇ ਆ ਜਾਣ ਬਹੁਤ ਛੁੱਟੀ ਦਾ ਜਿਹੜਾ ਮੁਕਾਬਲਾ ਗਰਾਊਂਡ ਦੇ ਵਿੱਚ ਸੈਂਡੀ ਚੰਡੀਗੜ੍ਹ ਜੀ ਹਾਂ ਜੌਂਟੀ ਦੀ ਸਮੈਪ 500 ਸੈਂਡੀ ਚੰਡੀਗੜ੍ਹ ਵੱਲ ਉਹਦੇ ਸੈਂਡੀ ਆ ਭਰਾ ਸਾਡਾ ਚੰਡੀਗੜ੍ਹੀ ਆ ਉਹ ਕਹਿੰਦਾ ਜੇ ਜੌਂਟੀ ਸਿੰਗਲ ਐਂਡ ਦੀ ਸਮੈਪ ਮਾਰ ਦਿੱਤੇ 500 ਦਿੱਤਾ ਜਾਵੇਗਾ ਸਕੋਰ 3-2 ਵੀਰੇ ਇਧਰ ਖੇਡ ਗਰਾਊਂਡ ਦੇ ਵਿੱਚ ਜਿਹੜਾ ਖੇਡਿਆ ਜਾ ਰਿਹਾ ਆਹ ਟੱਕਰ ਵੱਡੀ ਆ ਮੇਰੇ ਮਿੱਤਰ ਟੀਮ ਆਪਸ ਦੇ ਵਿੱਚ ਭਿੜ ਰਹੀਆਂ ਨੇ ਬਈਆ ਦੇ ਚੌਂਟੀ ਦੇ ਰਿਕਾਰਡ ਜਿਹੜੇ ਵੱਡੇ ਆ ਇਧਰ ਬਈਆ ਦੇ ਚੌਂਟੀ ਦੇ ਰਿਕਾਰਡ ਜਿਹੜੇ ਬਹੁਤ ਵੱਡੇ ਆ ਬਈਆ ਦਾ ਹਾਂਜੀ ਸਰ ਬੋਲੋ ਅੱਗੇ ਬਾਈ ਜੀ ਜਿਨ੍ਹਾਂ ਦਾ ਗਰਾਊਂਡ ਨੰਬਰ 1 ਦੇ ਵਿੱਚ ਕੰਮ ਹੈ ਨੀ ਉਹ ਮੁੰਡੇ ਵੀਰੇ ਬਾਹਰ ਹੋ ਜਾਓ ਭਰਾ ਬਣ ਕੇ ਕੈਮਰੇ ਵਾਲੇ ਪਾਸੇ ਚੈਣੇ ਵਾਲਾ ਵੀਰੇ ਚੈਣੇ ਵਾਲ ਜੀ ਨਾਲ ਜੌਂਟੀ ਆ ਬਈਏ ਵਾਲ ਦੂਜੇ ਪਾਸੇ ਰੈਸਰ ਨਾਲ ਰਵੀ ਬਾਈ ਦੀ ਆਓ ਟੀਮਾਂ ਦੇ ਖਿਡਾਰੀ ਜਲਦੀ ਦੇ ਨਾਲ ਗਰਾਊਂਡ ਨੰਬਰ 1 ਦੇ ਵਿੱਚ ਪਹਿਲਾਂ ਟੀਮਾਂ ਆਓ ਬਾਈ ਦੀ ਮਰਦੇੜੀ ਦੀ ਟੀਮ ਦਾ ਮੈਚ ਵੀਰੇ ਜਿਹੜਾ ਬਾਬਾ ਲਦਾਣਾ ਦੀ ਟੀਮ ਦੇ ਨਾਲ ਖੇਡਿਆ ਜਾਣਾ ਹੈ ਇਹ ਫੋਟੋ ਹਾਰ ਗਿਆ ਬਾਬੇ ਲਦਾਣੇ ਤੋਂ ਬਾਬੇ ਕੋੜੇ ਤੋਂ ਵੀਰੇ ਵੀਰੇ 1 ਦੇ ਵਿੱਚ ਆ ਜਾਣ ਔਰ ਨਾਲ ਹੀ ਉਧਰ ਬੰਦੀਆਂ ਬਵਾਰ ਕਰਦੇ ਨੇ ਸਾਰ ਦਾ ਕਿਹੜਾ ਪਿੰਡ ਆਪਣਾ ਰਤਾ ਵੀਰੇ ਛੋਟਾ ਵੀ ਧਾਬਾ ਉਹ ਭਰਾ ਸਾਡੇ ਕਹਿ ਰਹੇ ਨੇ ਸੀਪਾ ਬੋਪਾ ਰਾਏ ਤੇ ਨਾਲ ਬਈ ਅਮਰਤ ਬੋਪਾ ਰਾਏ ਕੈਨੇਡਾ ਔਰ ਨਾਲ ਜਗਦੀਪ ਕੈਨੇਡਾ ਸੰਗਵਾਲ ਇਹਨਾਂ ਵੀਰਾਂ ਦੇ ਵੱਲੋਂ ਨੰਬਰਦਾਰ ਦਾ ਸਨਮਾਨ ਆ ਬਾਈ ਨੂੰ ਟੌਪ ਸੈੱਟ ਦੱਸਿਓ ਕੌਣ ਹੈ ਕਰ ਲਓ ਗੱਲ ਯਾਰ ਹਜ਼ਾਰ ਸਾਰੀ ਰਬੈਟ ਪੜਦੀ ਕਹਿੰਦੇ ਸੀਤਾ ਕੌਣ ਹੈ ਆ ਟੌਪ ਸੈੱਟ ਦੱਸ ਦਿਓ ਬਾਈ ਨੂੰ ਬਾਈ ਭਰਾ ਸਾਡੇ ਕਹਿ ਰਿਹਾ ਸੀਪਾ ਬੋਪਾ ਰਾਏ ਨਾਲ ਅਮਰਤ ਬੋਪਾ ਰਾਏ ਕੈਨੇਡਾ ਜਗਦੀਪ ਕੈਨੇਡਾ ਸੰਗਵਾਲ
ਕਿ ਭਰਾਵਾਂ ਵੱਲੋਂ ਨੰਬਰਦਾਰ ਭਲੇਰ ਦਾ ਸਨਮਾਨ ਹਜ਼ਾਰ ਵਾਰ ਕੀਤਾ ਜਾਵੇਗਾ। ਮਾਨ ਵੱਡਿਆ ਤਾਂ ਵੀ ਨੰਬਰ ਦੱਸੀ ਕਿੰਨੇ ਕਿੰਨੇ ਹੋ ਗਏ ਹੋਏ, ਔਰ ਨੰਬਰ ਮਾਰਾ ਦੱਸੀਏ ਨੰਬਰ ਆਪਾਂ ਕਿੰਨੇ ਕਿੰਨੇ ਹੋ ਗਏ ਸਮਝ ਨਹੀਂ ਆਉਂਦੀ ਗੱਲ। ਤੇ ਦੋ ਗੱਲ ਉੱਤਲੇ ਲੈਵਲ ਦੀ ਹੋਈ ਪਈ ਤਾਰਾ ਪਾਲ ਦੀ ਟੀਮ ਦੇ ਹਾਲੇ ਤੇ ਬਹੁਤ ਚੋਟੀ ਦਾ ਮੈਚ ਕਹਿੰਦੇ ਮੇਰੇ ਪੁੱਤਰੋ ਬਣਦਾ ਇਹ ਗੱਲ ਉੱਤਲੇ ਲੈਵਲ ਦੀ ਹੋਈ ਪਈ ਅੱਜ ਬਈ। ਆਉ ਥੱਲੇ ਥੱਲੇ ਬੱਲੇ 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 ਸਵਾਲ ਵੱਖਰਾ ਰਾਏ ਸਰਵਾਇਆ ਔਰ ਦੁਨੀਆ ਤੋਪ ਕਹਿੰਦੀਆਂ ਓਏ 4-2 ਹੋ ਗਏ 4-2 ਬਾਬੇ ਕੋਲੇ ਤੜਕ ਹੀ ਬਾਬੇ ਕੋਲੇ ਤੜਕ ਹੀ ਆ ਗਈ ਵਾਲ ਅੱਜ ਤਾਂ ਰੋਡ ਵਾਲੀ ਸਾਰਾ ਕੋਈ ਨੀ ਕੋਈ ਨੀ ਕੋਈ ਨੀ ਹੋ ਜਾਂਦਾ ਕਈ ਵਾਰ ਹੋ ਜਾਂਦਾ ਬਈ ਕੋਈ ਚੱਕਰ ਨਹੀਂ। ਹਾਲੇ ਰਿਹਾ ਕਰੋ ਆਪਾਂ ਸੌਣੇ ਹੀ ਸੌਣੇ ਆ ਤੁਹਾਨੂੰ ਬਸ 4 ਮਿੰਟ ਹੱਸ ਲਏ ਆਪਾਂ ਵਧੀਆ ਇੰਜੋਇਮੈਂਟ ਹੋ ਗਿਆ ਬਈ। ਹਾਲੇ ਰਿਹਾ ਕਰੋ ਹਾਸੀ ਖੇਡੀ ਰਹਿ ਜਾਣੀਆਂ ਯਾਰੋ ਮਰਦੇ ਵੀ ਪੈਂਦਾ ਅੰਗਰੇਜ਼ ਵਰਗਿਆਂ ਦਾ ਸਿੱਕਾ ਚੱਲਦਾ ਪਾਪਾ ਕੌੜਾ ਖੇਡਦਾ ਔਰ ਇੱਧਰ ਜਿੰਦਰੂ ਗਲਤੀ ਕਰ ਗਿਆ ਮੁੰਡਾ ਗਰਾਊਂਡ ਦੇ ਵਿੱਚ ਮੇਰੇ ਮਿੱਤਰੋ ਪਰਮ ਦਾ ਟੱਪਾ 100 ਦਾ ਰਤਾਸ ਹਰਨ ਢਾਬਾ ਰਤਾਸ ਸਹਾਰਨ ਢਾਬਾ ਓਕੇ ਜੀ। ਇਧਰ ਵੀਰ ਕਹਿੰਦੇ ਆ ਵੀ ਜੇ ਆਟਾ ਚਬਾੜ ਲੱਗਦੀ ਹੈ ਸੁੱਕਾ ਟੱਪਾ ਪੈਂਦਾ ਤੇ ਸ਼ਾਹਪੁਰ ਵਾਲੇ ਵੀਰ ਹਾਂਜੀ ਹਾਂਜੀ ਭਾਜੀ ਰਾਜ ਜੀ 1 ਮਿੰਟ ਦੀ 9 ਮਿੰਟ ਹੋ ਜਾਂਦਾ ਜੀ ਵੱਡੇ ਮਨ ਕਰ ਦੇਣੇ ਨੌਜਵਾਨਾਂ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਆਹ ਗਰਾਊਂਡ ਦੇ ਅੰਦਰ ਰਤਾਸ ਸਹਾਰਨ ਲੱਗ ਗਿਆ ਨੰਬਰ ਬਹੁਤ ਧੰਨਵਾਦ ਜੀ ਵਿਜੇ ਮਲਿਕ ਯੂਕੇ ਨੇ ਸਟਾਰ ਭੇਜਿਆ ਦਿਲ ਤੋਂ ਧੰਨਵਾਦ ਜੀ। ਓਕੇ ਜੀ ਉਧਰ ਫਿਰ ਰਹੀ ਆ ਸੁੱਖਾ ਮਵੀ ਸੁਖੀ ਮਵੀ ਜਸਵਿੰਦਰ ਓਕੇ ਓਕੇ ਵਿਜੇ ਵੀਰੇ ਧੰਨਵਾਦ ਜੀ ਧੰਨਵਾਦ। ਉਧਰ ਬੁੱਢੀ ਭਰਾ ਸਾਡਾ ਰਾਈ ਮਾਜ ਰਿਹਾ ਚੌਥਾ ਲਵਾਤਾ ਬਾਬੇ ਨੇ ਇਧਰ ਜੋੜੇ ਦੇ ਆਪਾਂ 100 ਦੇ ਵੱਡੇ ਮਾਨ ਕਰਾਂਗੇ ਰਤੇਸ਼ ਸਹਾਰ ਢਾਬਾ ਵੀ ਸਾਡਾ ਕਹਿੰਦਾ ਪਰਮ ਦਾ ਟੱਪਾ 100 ਦਾ ਪਰਮ ਦਾ ਟੱਪਾ ਕਹਿੰਦਾ 100 ਦਾ ਹੋਣਾਗੇ ਆਉਂਦੀ ਜਾਂਦੀ ਘੇਰਦਾ ਤੇ 100 ਦੇ ਵੱਡੇ ਮਾਨ ਹੈ ਹਾਂਜੀ ਬੁਰਾ ਮਿਲਾ ਜੀ। ਉਧਰ ਫਿਰ ਭਰਾ ਸਾਡਾ ਲਾਈ ਪੀਵੀ ਸੱਬੀ ਵਾਲੀ ਵਾਲਾ ਵੀਰੇ ਓਕੇ ਹੋ ਗਿਆ ਉਧਰ ਫਿਰ ਭਰਾ ਸਾਡਾ ਰਾਈ ਮਾਜ ਰਿਹਾ ਵੀਰ ਕਹਿੰਦਾ ਲੜਾਈ ਹੋ ਗਈ ਯਾਰ ਉਧਰ ਦੇਖਿਓ ਲੜ ਲੜ ਤਾਂ ਨੀ ਪਿਆ ਕੋਈ ਮੈਂ ਕਹਿੰਦਾ ਲਾਲਾ ਲਾਲਾ ਹੋ ਗਈ ਉਧਰ ਫਸ ਗਿਆ ਮੈਚ ਉੱਥੇ ਵਾਂਗੂ ਸਿਕੰਦਰਪੁਰ ਕੁਝ ਨਹੀਂ ਹੋਇਆ ਮੇਰਾ ਵੀਰ ਤੁਸੀਂ ਮੈਚ ਦੇਖੋ ਮੈਚ ਚਲਾਈ ਚਲੋ ਮੈਚ ਚਲਾਈ ਚਲੋ ਬਾਈ ਮੈਚ ਨਾ ਰੋਕੋ ਰਵੀ ਖੇਡੋ ਆ ਜਾਓ ਮੇਰਾ ਵੀਰ ਜੋਤੀ ਜੋਤੀ ਸਤਿ ਸ੍ਰੀ ਅਕਾਲ ਜੀ ਰਿਸ਼ੀ ਪਵਾਰ ਜੀ ਆ ਜਾਓ ਆ ਜਾਓ ਮੈਚ ਸ਼ੁਰੂ ਕਰੋ ਮੇਰਾ ਭਰਾ ਮਾਤਾ ਰੁਕੋ ਨਾ ਤੁਸੀਂ ਤੁਹਾਡਾ ਲੱਗ ਗਿਆ ਕੀ ਹੋ ਗਿਆ ਵੀ 15 10 ਮਿੰਟ ਵੀ 15 ਚੋਰੀ ਹੋ ਗਿਆ ਮੋਟਰਸਾਈਕਲ 15-10 ਮੋਟਰਸਾਈਕਲ ਨੰਬਰ ਹੈ
ਉਹ ਕੋਈ ਚੱਕੇ ਲੈ ਕੇ ਜਾ ਰਿਹਾ ਸੀ ਜੇ ਕੀਦਾ ਹੈਗਾ ਗੌਰ ਕਰ ਲੈਣਾ ਕੋਈ ਲੈ ਕੇ ਜਾ ਰਿਹਾ ਸੀ ਫੜ ਲਿਆ ਬੰਦਾ ਫੁੱਲ ਪੈਣ ਲਾ ਕੇ ਅਮਨ ਝੋਰੜ ਦੀ ਢਾਬ ਵਾਲਿਆਂ ਨੇ ਸਟਾਰ ਭੇਜਿਆ ਬਹੁਤ ਧੰਨਵਾਦ ਜੀ ਅਮਨੀ ਨੰਬਰਦਾਰ ਦੀ ਢਾਬਾ ਚੋਰ ਤੇ ਲਾਈਵ ਕਰਦੇ ਕਹਿੰਦਾ ਭਰਾ ਕਹਿੰਦਾ ਬੜਾ ਸਵਾਲ ਲੈਂਦੇ ਹੋ ਵਿਆਹ ਤੁਸੀਂ ਚਲਾਓ ਚਲਾਓ ਮੈਂ ਪੰਡ ਜੀ ਫਾਈਨਲ ਵੀਰੇ ਸੈਮੀ ਫਾਈਨਲ ਤੋਂ ਬਾਅਦ ਆ ਜੀ ਉਧਰ ਪਹਿਲਾ ਸੈਮੀ ਚੱਲ ਪਿਆ ਬਿਲਕੁਲ ਜੀ ਚੱਕਦੇ ਫੱਟੇ ਮਾਰ ਤੇ ਸੈਂਡ ਕਰਤੇ ਮੈਂ ਬਸ ਮਾਰ ਦੱਸੇ ਮਾਰ ਮੂੰਹ ਤੇ ਲਾਈਵ ਦਿਖਾ ਦਈਏ ਚੋਰ ਤੇ ਕਹਿੰਦੇ ਕਾਹਨੂੰ ਭਰਾਵਾ ਚੋਰ ਦੇ ਭੁਲਾਖੇ ਸਾਧ ਕੁੱਟਿਆ ਜਾਂਦਾ ਕਈ ਵਾਰ ਕੈਮਰੇ ਕੰਨੀ ਨੂੰ ਹੋ ਜਾਂਦਾ ਹੁੰਦਾ ਅਗਲਾ ਕਿਤੇ ਕੋਈ ਕਹੇ ਵੀ ਕੈਮਰਾਮੈਨ ਜਲਦੀ ਫੋਕਸ ਕਰੋ ਕੈਮਰੇ ਵਾਲੇ ਦੇ ਵੱਧ ਕੁੱਟ ਪੈਂਦੀ ਹੁੰਦੀ ਆ ਉਰੇ ਲਿਆ ਉਰੇ ਲਾਈਵ ਦੇ ਸਾਹਮਣੇ ਦੇਖੀਏ ਕਿਹੜਾ ਬੰਦਾ ਚੋਰ ਨੂੰ ਉਰੇ ਲਿਆ ਲਾਈਵ ਸਾਹਮਣੇ ਫੇਰ ਨਾ ਲਿਆਓ ਪਾਰਸ ਵੀ ਢਾਬਾ ਨਾਲ ਲਾਈਵ ਜੁੜ ਗਿਆ ਕਿਵੇਂ ਪਾਰਸ ਪਾਰਸ ਤੁਹਾਨੂੰ ਮੈਂ ਇੱਕ ਮੈਸੇਜ ਕਰਦਾ ਉਹ ਮਾੜਾ ਉਹਦਾ ਵਟਸਐਪ ਚੈੱਕ ਕਰਿਓ ਪਾਰਸ ਬਾਈ ਚੋਰ ਦਾ ਹੱਸਦੇ ਵਾਲਾ ਪਤਾ ਨੀ ਮੇਰੀ ਗੱਲ ਦਾ ਵਾਲਾ ਹੱਸਦੇ ਦਰਸ਼ਕ ਆਪਣੇ ਪਾਰਸ ਬਾਈ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਉਹ ਤੁਸੀਂ ਮੈਨੂੰ ਭੇਜਤਾ ਸੀ ਮੈਂ ਦਿਲਸਾਦ ਨੂੰ ਦਿੱਤੀ ਨੀ ਉਹ ਦਿਲਸਾਦ ਯਾਦ ਕਰਦਾ ਸੀ ਮੈਂ ਕਿਹਾ ਵੀ ਜੇ ਤਾਂ ਮੇਰੇ ਕੋਲ ਭੇਜਤਾ ਸੀ ਮੈਂ ਦੇਣਾ ਭੁੱਲ ਗਿਆ ਹੁਣ ਦਿਲਸਾਦ ਨੂੰ ਫਿਰ ਤਾਂ ਮੈਂ ਦੇ ਦਾਂ ਜੇ ਤੁਸੀਂ ਮੈਨੂੰ ਪਾਏ ਨੀ ਤਾਂ ਵੀਰਵਾਰ ਕੇ ਬੜਾ ਕਰਿਓ ਗੌਰ ਮੇਰੇ ਯਾਦ ਨੀ ਇਹ ਗੱਲ ਵੀ ਮੈਨੂੰ ਪਾ ਲਏ ਜਾਂ ਨਾ ਵੜੇ ਮੈਨੂੰ ਪਾ ਦੇ ਤਾਂ ਮੈਂ ਦਿਲਸਾਦ ਨੂੰ ਆਪਣੇ ਕੋਲ ਦੇ ਦਾਂ ਯਾਰ ਦੀ ਮੁਲਾਜ਼ਮਾਂ ਨੂੰ ਚੁਕਾ ਦਾਂਗੇ ਆਪਾਂ ਕਾਹਨੂੰ ਯਾਰ ਉਹਨਾਂ ਨੂੰ ਧੱਕਾ ਕਰਦੇ ਆਂ ਉਹ ਵੀਰੇ ਪਤਾ ਗੱਲ ਕੀ ਆ ਕੁੱਟੋ ਨਾ ਕਹੇ ਬਈ ਕੁੱਟੋ ਨਾ ਕਈ ਵਾਰ ਕੋਈ ਮਜਬੂਰੀ ਉਹੀ ਹੁੰਦਾ ਕੁੱਟੋ ਨਾ ਕਹੇ ਵੀ ਵੱਧ ਘੱਟ ਵੱਜ ਜਾਂਦੀ ਹੁੰਦੀ ਆ ਕਈ ਵਾਰ ਯਾਰ ਕਾਹਨੂੰ ਸੱਟ ਮੇੜਦਾ ਬੋਲਦੇ ਬੋਲਦੇ ਯਾਰ ਭੀੜ ਆ ਬਈ ਭੀੜ ਦਾ ਪਤਾ ਨਹੀਂ ਹੁੰਦਾ ਕੋਈ ਛੱਲ ਦਿੰਦਾ ਨਾ ਆਲੂ ਆਗੂ ਵਾਲਾ ਬਈ ਜੀ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ ਛੱਲ ਤਾਂ ਉਹਦਾ ਲੋਕਾਂ ਨੇ ਬਈ ਜਿਹੜੇ ਵੀਰਾਂ ਨੇ ਮੁਲਾਜ਼ਮ ਬੁਲਾ ਲਏ ਵੀਰੇ ਪਰ ਮੇਰਾ ਵੀਰ ਬਣ ਗਿਆ ਹੁਣ ਆਪਾਂ ਇਹਨਾਂ ਨੂੰ ਫੜ ਕੇ ਇੱਥੇ ਬਿਠਾ ਲਈਏ ਮੇਰਾ ਵੀਰ ਬਣ ਕੇ ਕੋਈ ਓਦਾਂ ਯਾਰ ਜ਼ਿਆਦਾ ਹੁਣ ਧੱਕਾ ਨਾ ਕਰੋ ਮੇਰਾ ਮੁਲਾਜ਼ਮ ਸੱਦ ਦਿੰਦੇ ਆ ਮੁਲਾਜ਼ਮ ਸੱਦ ਲਏ ਆਪਾਂ ਔਰ ਆਪੇ ਆਪਣੀ ਕਾਰਵਾਈ ਕਰਨਗੇ ਕੀ ਬੋਲਣਾ ਰਾਜ ਜੀ ਵੀਰੇ ਬਣ ਕੇ ਤੁਸੀਂ ਆ ਜਾਓ ਇਧਰਲੇ ਪਾਸੇ ਆ ਜਾਓ ਮੈਚ ਦੇਖੋ ਮੇਰਾ ਵੀਰ ਕੋਈ ਪਿੰਡ ਦਾ ਹੀ ਆ ਕਿ ਬਾਹਰੋਂ ਆ ਬਾਈ ਢਿੱਡ ਕਰਾ ਆਉਂਦਾ ਘਰ ਬਈ ਕਈ ਵਾਰ ਕੋਈ ਪਤਾ ਨੀ ਹੁੰਦਾ ਗੱਲ ਐ ਭੀੜ ਸੱਟ ਮਾਰਦੀ ਹੁੰਦੀ ਆ ਕਈ ਵਾਰ ਬਈ ਹੈਲੋ
ਭੀੜ ਕੀ ਬਾਈ ਵਰਿੰਦਰ ਮੈਂ ਦੇਖ ਕੇ ਆ ਤਾਂ ਕੁਝ ਵੀ ਦੇਖ ਰਹੇ ਉੱਥੇ ਮਹਿੰਦੀਆਂ ਪੈਣ ਦੇ ਅੱਛਾ ਫੁੱਲ ਵਿੱਚੋਂ ਵੀ ਮਾਰ ਰਹੇ ਨੇ ਇੰਨਾ ਬੰਦਾ ਕੁੜ ਵੀ ਨਹੀਂ ਮਾਰ ਰਹੇ ਕਿਤੇ ਇਹ ਨਾ ਹੋਵੇ ਮੋਟਰਸਾਈਕਲ ਆਪਦਾ ਹੀ ਹੋਵੇ ਉਹਦਾ ਵਿਚਾਰਾ ਉਹੀ ਕੁੱਟਿਆ ਜਾਵੇ ਖਾਊਗਾ ਇੱਕ ਬਾਰ ਉਹ ਫੜ ਕੇ ਲੈ ਜਾਂਦੀ ਅੱਛਾ ਉਹਦਾ ਨਾ ਸਟਾਰਟ ਗਿਰਿਆ ਬੈਗ ਅੱਛਾ ਫੇਡ ਫੇਡ ਇੱਕ ਨਾਲ ਬਾਣੇ ਹੋ ਜਾਣਗੇ ਜਾਣ ਕੇ ਉਹਨੂੰ ਪਤਾ ਲੱਗ ਉਹਨੂੰ ਪਤਾ ਲੱਗ ਗਿਆ ਜਿਹਦਾ ਮੋਟਰਸਾਈਕਲ ਸੀ ਤਾਂ ਉਹਨੇ ਫੜਿਆ ਉਹ ਇੱਕ ਨੂੰ ਬਾਹਰੋਂ ਫੜ ਕੇ ਲੈ ਬੱਚੇ ਸਮਝ ਗਿਆ ਕਰੋ ਵੀਰ ਬਣ ਕੇ ਜ਼ਿਆਦਾ ਨਾ ਕਰੋ ਧੱਕਾ ਬਾਈ ਆ ਜਾਓ ਮੇਰਾ ਬਾਈ ਬਣ ਕੇ ਹੁਣ ਕਲੱਬ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ ਉਹ ਜਾਣ ਉਧਰ ਪਾਸੇ ਲਓ ਜੀ ਮੈਚ ਚੱਲਣ ਲੱਗਿਆ 4-2 ਤੁਮਰੇ ਕਰਾ ਦੋ ਮੈਂ ਸ਼ੁਰੂ ਯਾਰ ਕਾਹਨੂੰ ਟਾਈਮ ਖਰਾਬ ਕਰੋ ਸ਼ੁਰੂ ਪਲੇਅਰ ਤਾਂ ਸੱਤ ਮੂਹਰ ਲਏ ਤਾਂ ਤਿਆਰ ਚੱਲ ਨਿਬੜ ਗਿਆ ਉਧਰੋਂ ਮਨਵੀਰ ਉੱਪਰ ਸਵਾਜਪੁਰਾ ਦੀ ਟੱਕਰ ਜ਼ਿਲ੍ਹੇ ਪਟਿਆਲੇ ਦਾ ਬੜਾ ਖੂਬਸੂਰਤ ਜਿਹਾ ਮੰਗਰ ਆ ਰੌਣਕਾਂ ਵੱਡੇ ਪੱਧਰ ਦੇ ਉੱਤੇ ਲੱਗੀਆਂ ਹੋਈਆਂ ਨੇ ਸੰਗਤ ਲਾਈਵ ਜੁੜੀ ਹੋਈ ਆ ਅੱਜ ਦੇ ਨਾਲ ਵੇਖ ਮੇਰੇ ਮਿੱਤਰੋ ਲਾਲਾ ਲਾਲਾ ਜਿਹੜੀ ਹੋਈ ਪੰਜਾਬੀ ਸ਼ੁਰੂ ਕਰੋ ਮੈਚ ਮੇਰਾ ਵੀਰ ਬਣ ਕੇ ਸ਼ੁਰੂ ਕਰ ਦਈਏ ਮੈਚ ਆਪਾਂ ਔਰ ਗੱਲਾਂ ਕਹਿੰਦੇ ਲੱਗ ਜਾਣਗੀਆਂ ਟਿਕਾਣੇ ਲੈ ਗਈ ਪੰਡ ਤੇ ਕੌਰੀ ਨੰਬਰ ਦੱਸੀ ਉਧਰ ਗੁੱਲੀ ਜੇ ਆਟਾ ਜਵਾਲ ਮਾਰਦਾ ਤੇ ਸ਼ਾਹਪੁਰ ਦੀ ਸਾਰੀ ਟੀਮ ਵੱਲੋਂ ਠੀਕ ਆ ਠੀਕ ਆ ਨਿੱਕ ਸਿੱਧੂ ਵੀਰੇ ਕੋਈ ਗੱਲ ਨਹੀਂ ਤੇ ਜਾਣਗੇ 200 ਦੇ ਨਾਲ ਪੰਡੇ ਮਾਨ ਕੀਤੇ ਜਾਣਗੇ ਵੀਰਿਆ ਜੇ ਗੁੱਲੀ ਆਟਾ ਜਵਾਲ ਮਾਰਦਾ ਤੇ ਆਹ ਮੁੰਡਿਆਂ ਦੀ ਗੱਲ ਵੱਖਰੀ ਲਓ ਜੀ ਵੀਰੇ 4-2 ਤੋਂ ਚੱਲ ਪਿਆ ਕੰਮ ਵੀਰੇ ਮੁੰਡਿਆਂ ਨੇ 3 ਤੇ 6 ਦੀ ਟੱਕਰ 4-2 ਜੀ ਭਾਈ ਯਾਰ ਮੁੰਡਿਆਂ ਉਹ ਵੀਰ ਬਣ ਕੇ ਬੇਨਤੀ ਆ ਮੇਰੀ ਵੀਰਾਂ ਨੂੰ 5-2 ਹੋ ਗਏ ਜਸਵਿੰਦਰ ਹੋਣੀ ਹੈ ਰੂਬੀਆਂ ਗਏ ਕਹਿੰਦੇ 100 ਦੇਣਾ ਆਪਾਂ ਮੁੰਡੇ ਨੂੰ ਵੱਡੇ ਮਾਨ ਹੋਣਗੇ ਤਾਂ ਵੀ 5-2 ਦੀ ਟੱਕਰ ਹੈ 3 ਪੁਆਇੰਟਾਂ ਦਾ ਫਰਕ ਆ ਉਧਰ ਮਰਦੈਣੀ ਦਾ ਪੇਟਾ ਕਹਿੰਦੇ ਬਾਬਾ ਲਦਾਣਾ ਦੀ ਟੀਮ ਦੇ ਨਾਲ ਹੈ ਉਧਰਲੇ ਪਾਸੇ ਵੀ ਮੈਚ ਕਹਿੰਦੇ ਸਿਰੇ ਦਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਕਹਿੰਦੇ ਬਾਬਾ ਕੌੜਾ ਖੜਾ ਤੇ ਨਾਲ ਕਹਿੰਦੇ ਮੁੰਡਾ ਮੋਹਿਤਾ ਬਾਬੇ ਲਦਾਣੇ ਵਾਲਾ ਔਰ ਟੀਮਾਂ ਕਹਿੰਦੇ ਉਧਰਲੇ ਪਾਸੇ ਵੀ ਜ਼ੋਰ ਲਾ ਰਹੀਆਂ ਨੇ ਸੁਮਿਤ ਵਰਗੇ ਔਰ ਮੁੰਡੇ ਖੇਡਦੇ ਮੈਦਾਨ ਦੇ ਗੁੱਲੀ ਵਰਗੇ ਠੁੱਲੀਆਂ ਪਿੰਡ ਦੇ ਸਣੀ ਵਰਗੇ ਮੁੰਡੇ ਖੇਡਦੇ ਆ ਮਵੀ ਵਾਲੇ ਮੁੰਡੇ ਸਾਰੇ ਇਧਰਲੇ ਪਾਸੇ ਆਓ ਜੀ ਗਰਾਊਂਡ ਵਾਲੇ ਪਾਸੇ ਮਵੀ ਵਾਲੇ ਜਿੰਨੇ ਵੀ ਮੁੰਡੇ ਕਲੱਬ ਵਾਲੇ ਵੀ ਚੇਤੇ ਕਰਦੇ ਆ ਮਵੀ ਦਾ ਕੋਈ ਵੀਰ ਇਧਰਲੇ ਪਾਸੇ ਨਾ ਖੜਾ ਹੋਵੇ ਜੀ ਜਿੰਨੀ ਵੀ ਟੀਮ ਖੇਡ ਰਹੀ ਹੈ ਸਾਰੀਆਂ ਟੀਮਾਂ ਦਾ ਧੰਨਵਾਦ ਆ
ਔਰ ਚਾਚਿਆ ਮੇਰੇ ਮੇਚੋ ਬੱਲੇ 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 ਆ ਸੁੱਖੇ ਵਰ ਗਿਆ ਪਰਾ ਜਿੰਦਰੂ ਹਾਂ ਆ ਜਿੰਦਰ ਆ ਆਹ ਕਾਲੇ ਕੁਰਸੀ ਨੇ ਵੀ ਮਾਣ ਕਰਦੇ ਮਿੱਤਰ ਕਾਲੇ ਕੁਰਸੀਆਂ ਨੇ ਮਾਣ ਕਰਦੇ ਆ ਸ਼ਾਹਪੁਰੀ ਮੁੰਡੇ ਵੀ ਦੋ ਪੰਜ ਆ ਸਵੇਰੇ ਦੋ ਜੱਸੇ ਦੇ ਪੰਜ ਜੌਂਟੀ ਦੇ ਵੀਰੇ ਇੰਤਜ਼ਾਰ ਕਰਿਆ ਕਰੀਏ ਲਓ ਸ਼ਾਹਪੁਰੀ ਮੁੰਡੇ ਵੀ ਪੂਰੇ ਫਿੱਟ ਆ ਬਾਈ ਜੀ ਜਿਹੜੇ ਵੀਰ ਦਾ ਮੋਟਰਸਾਈਕਲ ਸੀਗਾ ਕਿਰਪਾ ਕਰਕੇ ਉਹ ਇੱਕ ਵਾਰੀ ਇਧਰ ਦੇ ਪਾਸੇ ਆਵੇ ਬਾਈ ਜਿਹੜੇ ਵੀਰ ਦਾ ਮੋਟਰਸਾਈਕਲ ਜੱਗਿਆ ਗਿਆ ਸੀਗਾ ਕਿਰਪਾ ਕਰਕੇ ਉਹ ਆਵੇ ਮੇਰੇ ਕਲੱਬ ਵਾਲੇ ਵੀਰ ਕੋਲ ਮੁਲਾਜ਼ਮ ਆ ਰਿਹਾ ਬਾਈ ਚੌਂਕੀ ਇੰਚਾਰਜ ਨਾਲ ਨੇ ਬਾਈ ਸੋ ਮੇਰਾ ਵੀਰ ਬਣ ਕੇ ਹੁਣ ਚੱਲ ਆਏ ਪੀਵੀ ਸੱਬੀ ਵਾਲੀ ਵਾਲਾ ਆਈ ਬਾਬਰੀ ਜਿਆਦਾ ਨਾ ਕਰੀਏ ਇਹ ਸੈਮੀ ਨਹੀਂ ਵੀਰੇ ਕੁਆਟਰ ਇਹ ਪ੍ਰੀ ਸੈਮੀਆਂ ਦੀ ਪ੍ਰੀ ਸੈਮੀ ਖਾਸ ਕਰਕੇ ਜਿਹੜੇ ਮਵੀ ਕੁਆਟਰ ਹੀ ਲਾ ਲਓ ਬਸ ਇਹ ਕੁਆਟਰ ਆ ਦੀ ਓਏ ਆ ਜਾ ਓਏ ਉਧਰ ਪਹਿਲਾ ਸੈਮੀ ਚੱਲ ਪਿਆ ਅੰਗਰੇਜ਼ ਤੇ ਬਾਬੇ ਕੌੜੇ ਦਾ ਬਾਈ ਕਿਹਦੀ ਵੱਲੋਂ ਸੀ 3100 ਭਰਾ ਜੀ ਬੋਲਣਾ ਕੀ ਆ ਇਹ ਤਾਂ ਦੱਸ ਵੀਰੇ ਬੋਲਦੇ 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 ਇਹੀ ਕਮੈਂਟ ਆਈ ਜਾਂਦੇ ਤੇਰੇ ਵੀਰੇ ਪ੍ਰਤਾਪ ਸਾਡਾ ਵੀਰ ਕਹਿੰਦਾ ਜੇ ਮੁੰਡੇ ਬਾਬੇ ਲੁਧਾਣੇ ਵਾਲੇ ਜੇ ਪਤਾ ਨਾ ਲੱਗੇ ਬੋਲਣਾ ਕੀ ਆ ਵੱਡੇ ਮਾਨ ਸਨਮਾਨ ਕੀਤੇ ਜਾਣਗੇ ਨੌਜਵਾਨਾਂ ਆ ਵੱਡਾ ਮੇਲਾ ਵੱਡੀ ਜਿਹੜੀ ਪਾਵਰ ਤੇ ਪਵਿੱਤਰ ਧਰਤੀ ਦੇ ਉੱਤੇ ਰੌਣਕ ਲੱਗੇ ਹੋਈ ਆ ਸ਼ਾਹਪੁਰੀ ਮੁੰਡੇ ਵੀ ਫਿੱਟ ਆ ਮੇਰੇ ਮਿੱਤਰੋ ਜੱਸਾ ਆ ਗਿਆ ਸੈਂਟਰ ਤੇ ਬਿਲਕੁਲ ਵੀਰੇ ਜਿਹੜੇ ਵੀ ਪਲੇਅਰ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਮੁੰਡੇ ਨੇ ਮਾਨ ਸਨਮਾਨ ਜਿਹੜੇ ਚੌਂਟੀ ਤਕੜੀ ਬਾਹਰ ਲਾ ਗਿਆ ਵੀਰੇ ਬਹੁਤ ਧੰਨਵਾਦ ਜੀ ਅਮਨ ਝੋਰਣ ਨੇ ਫਿਰ ਤੋਂ ਸਟਾਰ ਭੇਜਿਆ ਢਾਬਾ ਵਾਲੇ ਨੇ ਧੰਨਵਾਦ ਜੀ ਰੈਕੋਰਡ ਦਾ ਮੈਚ ਇਹਨਾਂ ਦੀ ਜੇਤੂ ਨਾਲ ਵੀਰੇ ਸੱਤੇ ਦਾ ਮੈਚ ਇਹਨਾਂ ਦੀ ਜੇਤੂ ਨਾਲ ਆ ਜੀ ਗਰਾਊਂਡ ਦੇ ਅੰਦਰ ਆ ਜਾਓ ਵੀਰੇ ਜਾਣ ਤੋਂ ਮੇਰਾ ਵੀਰ ਬਣ ਕੇ ਇਧਰ ਆ ਕੇ ਗੱਲ ਸੁਣ ਲਓ ਕਲੱਬ ਵਾਲੇ ਵੀਰ ਤੁਹਾਨੂੰ ਯਾਦ ਕਰਦੇ ਬਾਈ ਬਾਈ ਦੋਸਤ ਹੋਈ ਸਾਈਡ ਤੇ ਮਾਣ ਆ ਜਾ ਮੈਂ ਕਹਿਣਾ ਕੋਈ ਹੋਰ ਲੜ ਪਏ ਤਾਂ ਆਪਸ ਮੇ ਲੜ ਪਏ ਬਾਈ ਇਹ ਤਾਂ ਉਹੀ ਕੰਮ ਹੋ ਗਿਆ ਜੀ ਤੋਂ ਡਰਦੇ ਸੀ ਬਾਈ ਕਾਹਨੂੰ ਲਾਈਵ ਚਲਾ ਬਾਈ ਲਾਈਵ ਕੱਢਦੇ ਆ ਜੀ ਚਲਾਉਣੇ ਆ ਲਾਈਵ ਕੱਢਦੇ ਆ ਵੀਰੇ ਲਓ ਜੀ ਵੀਰੇ ਥੋੜਾ ਜਿਹਾ ਮਾਹੌਲ ਗਰਮ ਹੋਣ ਤੋਂ ਬਾਅਦ ਮੈਚ ਆਪਾਂ ਇੱਕ ਵਾਰ ਫੇਰ ਤੋਂ ਸਟਾਰਟ ਕਰ ਦਈਏ ਜੀ 5-2 ਸਕੋਰ ਆ ਜੀ 5 ਚੈਣੇ ਵਾਲ 2 ਰੈਸਰ ਥੋੜਾ ਮਾਹੌਲ ਹੋ ਗਿਆ ਜੀ ਗਰਮ ਦੁਬਾਰਾ ਫੇਰ ਚਲਾਇਆ ਆਪਾਂ ਇਧਰ 5 ਨੰਬਰ ਆ ਜਿਹੜੇ ਮਹਿੰਦੀ ਸ਼ਰਮਾ ਕਲੱਬ ਚੈਣੇ ਵਾਲ ਦੀ ਟੀਮ ਦੇ ਔਰ ਦੂਜੇ ਪਾਸੇ 2 ਨੰਬਰ ਜਿਹੜੇ ਰਾਜਸਥਾਨ ਦੀ ਟੀਮ ਦੇ ਆ 5 ਦੇ ਦੋ ਨੰਬਰ ਜਿਹੜਾ ਖੇਡ ਰਹੇ ਮੈਦਾਨ ਵਿੱਚ ਖੇਡਿਆ ਜਾ ਰਿਹਾ ਨੰਬਰ 6 ਜੋੜਨ ਦੇ ਲਈ ਆਹ ਮੁੰਡੇ ਕਹਿੰਦੇ ਤਿਆਰ ਹੋਰ ਤਿਆਰ ਨਹੀਂ ਹੈ ਦੇਖਾਂਗੇ ਨੰਬਰ ਹੁਣ ਕੌਣ ਜੋੜਦਾ 6 ਆਪਣੀ ਟੀਮ ਕੋਲ ਹੀ ਪਰ ਰਾਜਸਥਾਨ ਵਾਲੇ ਨੇ ਪੱਟੀ ਤੋੜ ਦਿੱਤੀ ਹੈ ਤੇ ਨੰਬਰ ਜੋੜ ਦਿੱਤਾ ਹੈ ਪਰ ਟੁੱਟ ਗਰਾਊਂਡ ਨੰਬਰ 1 ਦੇ ਵਿੱਚ ਬਾਹਲਾ ਹੋਈ ਆਉਂਦਾ ਔਰ ਰੌਲਾ ਰੱਪਾ ਦੇ ਗਰਾਊਂਡ ਨੰਬਰ 1 ਚ ਬਾਹਲਾ ਪਈ ਆਉਂਦਾ ਇੱਕ ਪਾਸੇ ਬਾਬੇ ਲਦਾਣੇ ਵਾਲੇ ਮੁੰਡੇ ਆ ਮਾਹੌਲ ਬਣਿਆ ਹੋਇਆ ਤੇ ਸੱਤੀ ਬਾਈ ਸਾਡਾ ਕਹਿੰਦਾ ਵੀਰੇ ਅੱਜ ਫੁੱਲੇ ਆਉਣਾ ਸੁਣੀ ਲੈ ਕੇ ਜਾਂਦਾ ਨਾ ਫਾਈਨਲ ਦੇ ਵਿੱਚ ਮੁੰਡਿਆਂ ਨੂੰ
ਮਰਦਾ ਇੰਡੀਆ ਨੂੰ ਤੇ ਲੈਵੀ ਸੋਮੀ ਇਹ ਸੋਮੀ ਜਿਤਾ ਗਿਆ ਤੇ ਰੁਪਈਆ 1100 ਦਵਾ ਦੂ ਬਾਈ ਸੱਤੀ ਤੋਂ ਤੇ ਆਹ ਮੈਚ ਤੂੰ ਜਿਤਾ ਗਿਆ ਲੈਵੀ ਠੁੱਲੀ ਵਾਲੀ ਆ ਤੇ ਰੁਪਈਆ 1100 ਦਵਾ ਦੇਣਾ ਵੀਰ ਸਾਡਾ ਸੱਤੀ ਬੈਠਾ ਇੱਧਰ ਕਹਿੰਦਾ ਮਾਰ ਕਰ ਦੇਗਾ ਕੋਈ ਚੱਕਰ ਵਾਲੀ ਗੱਲ ਨੀ ਆ ਲੈਵੀ ਜਿਹੜੇ ਜਿਹੜੇ ਕਹਿੰਦੇ ਆ ਵੀ ਅੱਜ ਠੁੱਲੀ ਵਾਲੀ ਦੀ ਗੱਡੀ ਲੀ ਤੇ ਫੁੱਲ ਵੀ ਬਾ ਧਰਤੀ ਨਾ ਤੇ ਇੱਧਰ ਕਹਿੰਦੇ ਚੌਕੀ ਕਦੇ ਕੱਤੇ ਖੇਡੇ ਆ ਤੇ ਅੱਜ ਕਹਿੰਦੇ ਹਾਂ ਸੱਜੇ ਸ਼ਰੀਕ ਬੜੇ ਖੜੇ ਆ ਤੇ ਲਵੀ ਤਲਵੰਡੀ ਵਾਲਿਆ ਕਰ ਬਾਤ ਖਾਂ ਕਿੰਨੇ ਕਿੰਨੇ ਨੰਬਰ ਇੱਕ ਨੰਬਰ ਖਾਂ ਵੀ 10 ਨੰਬਰ ਆ ਇੱਧਰ ਦੇ ਪਾਸੇ ਵੀਰੇ ਬਰਦਰੀ ਵਾਲੇ ਮੁੰਡਿਆਂ ਦੇ ਔਰ 4 ਨੰਬਰ ਜਿਹੜੇ ਬਾਬਾ ਲਦਾਣਾ ਦੀ ਟੀਮ ਦੇ ਆਈ ਹੈ 10 ਪੁਆਇੰਟ 3 ਬਾਜਾ 3 ਜੱਸਾ 5 ਜੁੜਦੀ ਨੰਬਰ ਇੱਕ ਦੇ ਚ ਖੇਡਾ ਜਾ ਰਿਹਾ ਹੈ 2 ਨੰਬਰ ਗਾ ਜੀ ਇੱਧਰ ਪਾਜਾ ਚੜਿਆ ਉਹਦੇ ਬਾਲੀ ਤਗੜੀ ਆ ਆਉ ਬੱਲੇ ਬੱਲੇ ਕਹਿੰਦੇ ਹੋਈ ਪਈ ਆ ਵੀ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਹੁਣ ਪਤਾ ਲੱਗੂ ਆਉ ਕਿਹਦਾ ਤੱਤਾ ਸਰੀਰ ਇੱਧਰ ਜੌਂਟੀ ਨੂੰ ਕਹਿੰਦਾ ਪਰਮਾ ਵੀ ਲਾ ਦੇ ਬਾਲਾਂ ਜਿੱਤਣ ਦੀ ਦੇਣੀ ਹੋਰ ਮਿੱਤਰੋ ਹਰ ਗਿਆ ਵੀਰੇ ਹਾਰ ਗਿਆ ਜੀ ਕੱਪੀ ਨੂੰ ਚੁੰਮਣਾ ਲਾਗੇ ਡੱਬਰਿਆ ਪੱਕਾ ਦਾ ਹੋ 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 ਆਈ ਪਿੰਡ ਜੀ ਪਿੰਡਿਆਂ ਦੀ ਹੋ ਗਈ ਮੁੰਡਿਆਂ ਦੀ ਮਾੜੀ ਮੋਟੀ ਗੱਲਬਾਤ ਹੋ ਗਈ ਹੋਣੀ ਇਧਰ ਦੇ ਪਾਸੇ ਆ ਜਿਹੜਾ ਮੁੰਡਾ ਸਣੀ ਦੇ ਪਿੱਛੇ ਖੇਡਦਾ ਨਾਮ ਇਹਦਾ ਗੁੱਲੀਆ ਤੇ ਘਰਦਾ ਹੈ ਦੂਜਿਆਂ ਨੂੰ ਆ ਬੱਲੇ ਮਰਦੈੜੀ ਵਾਲਾ ਮਰਦੈੜੀ ਵਾਲਾ ਆ ਕਦੇ ਬਾਲਾ ਫਿਰਿਆ ਫਿਰਦਾ ਆ ਕਦੇ ਮਰਦੈੜੀ ਵਾਲੇ ਅੰਗਰੇਜ਼ ਨੇ ਧੰਨ ਧੰਨ ਜਿਹੜੀ ਕਰਵਾਈ ਪਈ ਆ ਖੇਡ ਦੇ ਮੈਦਾਨ ਦੇ ਮੈਨੂੰ ਇਉਂ ਲੱਗਦਾ ਵੀ ਪਹਿਲਾਂ ਇੱਕੋ ਹੀ ਦਿੱਤਾ ਨੰਦਗੜੀਆਂ ਨੂੰ ਹੁਣ ਲੈ ਵੀ ਬਾਬੇ ਲਵਾਣਿਆਂ ਦੇ 3-4 ਤੇ ਗੱਡੀ ਥੋਡੀ ਰੋਗਲੀ ਆ ਥੋੜੇ ਤਗੜੇ ਹੋਣਾ ਪੈਣਾ ਤੇ ਮੈਨੂੰ ਆਉਣ ਲੱਗਦਾ ਜਿਵੇਂ ਤਲਵੰਡੀ ਵਾਲੇ ਬਾਬੇ ਲਵਾਣਿਆਂ ਨੂੰ ਵੀ ਬੂੰਦੀ ਵਾਲੇ ਲੱਗੂ ਮੈਨੂੰ ਫਿਰ ਰਿਹਾ ਬਾਲੇ ਫਿੱਟੇ ਫਿਰ ਰਹੇ ਮਰਹੇੜੀ ਵਾਲੇ ਹਾਂ ਕੱਲ ਮਰ ਗਏ ਨੇ ਟਿਕਾਣੇ ਲਾਤੀਆਂ ਤੇ ਇੱਧਰ ਵੀ ਗੱਡੀ ਟਰੈਕ ਤੇ ਆ ਚਰਚੇ ਪੱਟੇ ਆ ਹਾਂ ਸਾਹਮਣੇ ਕਹਿੰਦੇ ਰੈਸਲੀਆਂ ਪਟਾਕੇ ਪਾਉਣੇ ਪੈਣੇ ਆ ਗੱਲ ਤੇ ਫੇਰ ਮੰਡੀ ਆ ਅੱਜ ਬਈ ਵਾਲੀਆਂ ਵੀ ਲੜਾਈ ਹੋ ਗਈ ਮਾੜੀ ਮੋਟੀ 11-4 ਆ ਜੀ 11 ਨੰਬਰ ਮਰਦਾ ਹੈੜੀ ਆ ਤੇ 4 ਨੰਬਰ ਆ ਜਿਹੜੇ ਬਾਬਾ ਲਦਾਣਾ ਹੇ ਹਾਏ ਹੋਏ ਮੇਰਾ ਰੱਬਾ ਅੱਜ ਤੇ ਬਾਲ ਦੇ ਟੋਨੀ ਆ ਉੱਤੇ ਬੈਂਦਾ ਤੁਰੇ ਆਉਂਦਾ ਉਹ ਅੱਜ ਤੇ ਬਾਲ ਦੇ ਉੱਤੇ ਹੀ ਬੈਂਦਾ ਤੁਰੇ ਆਉਂਦਾ ਮਰਦਾ ਦੀ ਵਾਲਾ ਥੱਲੇ ਅੱਜ ਤੇ ਮੈਨੂੰ ਇਉਂ ਲੱਗਦਾ ਵੀ ਗੱਲ ਉਹ ਫੜੀ ਹੋਈ ਆ ਵੀ ਉਹਨੇ ਬੜਾ ਕੁੱਟੀ ਤੇ ਮੈਂ ਬੜਾ ਰੋਈ ਰਾਤੀ ਬੈਂਦਰ 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 ਹੋਈ ਆਪੇ ਬਾਹਰ ਫੇਰੇ ਫਿਰਦੇ ਆ ਤੇ ਜਿੰਨਾ ਦਿਨਾਂ ਨੂੰ ਮਾਣ ਹੈ ਤੁਹਾਡੇ ਇਲਾਕੇ ਦੀ ਬੀਮਾ ਪਈ ਨੀ ਮਰਹੇੜੀ ਵਾਲੇ ਮੁੰਡੇ ਤੇ ਕਿਵੇਂ ਲੱਗੀ ਖੇਡ ਇੱਕ ਵਾਰੀ ਕਮਾਲ ਕੀਤੀ ਹੋਈ ਆ ਲਵੀ ਇੱਧਰ ਨਜ਼ਾਰ ਕੈਮਰੇ ਸਾਹਮਣੇ ਚੈਣੇ ਵਾਲਾ ਵੀਰੇ ਦੂਜੇ ਪਾਸੇ ਰੈਸਰਾ ਜੀ ਉਹ ਕਹਿੰਦੇ ਜੋਰਖਾਂ ਨੰਬਰ ਤੇ ਵੱਡੇ ਮਾਰ ਕਰ ਦਿਆਂਗੇ ਇੱਧਰ 4-5 ਹੋ ਗਏ ਮੇਰੇ ਹਿਸਾਬ ਨਾਲ ਬਾਈ
12 ਤੇ 4 ਆ ਜੀ ਇਧਰ 12 ਮਰਦੜੀ 4 ਨੰਬਰ ਬਾਬਾ ਰਦਾਨਾ ਦੀ ਟੀਮ ਦੇ ਇਧਰ ਦੇ ਪਾਸੇ ਮੇਰਾ ਲਾਣਾ 4 ਹੋ ਗਿਆ ਬਾਈ ਪੰਜ ਬਰਾਬਰ ਹੋ ਗਏ ਵੀਰੇ ਛੋਟੇ ਬੰਦ ਤੇ 5-5 ਹੋ ਗਏ 4-5 ਲੈ ਵੀ 4 ਨੰਬਰ ਰਾਜਸਰ ਦੇ 5 ਨੰਬਰ ਜਿਹੜੇ ਇਧਰ ਦੇ ਪਾਸੇ ਮੈਂ ਵੇਖਿਆ ਵੀ ਚੈਨਿਆਂ ਦੀ ਟੀਮ ਦੇ ਆ ਬੀਬੀ ਸੱਬੀ ਵਾਲੀ ਵਾਲਾ ਵੀਰੇ ਆ ਰਿਹਾ ਵੀ ਅੱਜ ਟੱਕਰੇ ਨੇ ਹਾਂ ਨੂੰ ਹਾਂ ਮਿੱਤਰੋ ਆਓ ਭੱਜ ਰਿਆਂ ਨੂੰ ਇੱਕੋ ਜਿੱਕੇ ਬਾਣ ਮਿੱਤਰੋ ਕੀ ਹੋ ਗਿਆ ਤੈਨੂੰ ਜਾਣ ਜਾਟ ਲਿਖੇ ਗੱਲ ਲੱਖ ਲੱਖ ਦੀ ਤੇ ਧੁੰਮ ਪੈ ਗਈ ਆਓ ਧੁੰਮ ਪੈ ਗਈ ਮਵੀ ਕਲਾਂ ਦੇ ਆਓ ਵੱਡੇ ਸਾਹੀ ਵਾਲ ਮੱਤਰੀ ਪੈ ਗਈ ਮਵੀ ਕਲਾਂ ਦੇ ਵੱਡੇ ਕੱਪ ਦੀ ਮੁਕਾਬਲਾ ਕਹਿੰਦੇ ਸਿਰੇ ਦਾ ਖੇਡਾ ਜਾ ਰਿਹਾ ਦੋਨਾਂ ਟੀਮਾਂ ਬਹੁਤ ਧੰਨਵਾਦ ਜੀ ਅਮਨ ਝੋਰੜ ਜੀ ਸਟਾਰ ਭੇਜਣ ਵਾਸਤੇ ਧੰਨਵਾਦ ਜੀ ਭਾਈ ਵਹੀ ਬਾਤ ਹੋ ਗਈ ਪੰਜਾਬ ਵਾਲੇ ਦੱਕਾ ਦੇ ਲਾਈਵ ਬੰਦ ਔਰ ਸਿਕੰਦਰਪੁਰ ਮੈਂ ਦੱਕਾ ਲਾਈਵ ਦਿਖਾ ਉਹ ਬਾਈ ਗਾਲਾਂ ਨਹੀਂ ਸੀ ਸੁਣਦੀਆਂ ਇੱਧਰ ਗਾਲਾਂ ਸੁਣਦੀਆਂ ਸੀ ਬਾਈ ਬਾਜਦ ਰਾਜਪੂਤ ਜੀ ਤਾਂ ਬੰਦ ਕਰਦਾ ਸੀ ਗਾਲਾਂ ਸੁਣਦੀਆਂ ਸੀ ਲਾਈਵ 'ਚ ਕਈ ਵਾਰ ਕੋਈ ਘਰੇ ਲਾਈਵ ਬੈਠਾ ਹੁੰਦਾ ਐਲਈਡੀ 'ਤੇ ਉਹ ਗਾਲਾਂ ਸੁਣਦੀਆਂ ਵਿੱਚ ਤਾਂ ਲਾਈਵ ਕੱਟਤਾ ਬਾਈ ਉਹ ਲੜਾਈ ਥੋੜ੍ਹੀ ਦੂਰ ਹੋਈ ਵੀ ਸੀ ਜਿੰਨਾ ਚਿਰ ਇੱਧਰ ਵੀ ਲੜਾਈ ਦੂਰ ਸੀ ਨਹੀਂ ਕੱਟਿਆ ਲਾਈਵ ਬਾਈ ਜੇ ਗਾਲਾਂ ਸੁਣਨੀਆਂ ਸੀ ਤਾਂ ਮੈਂ ਲਾਈਵ 'ਚ ਲਾਈ ਰੱਖਦਾ ਬਾਈ ਸਹੀ ਆ ਗੱਲ ਫਿਰ ਸੁਣਨੀਆਂ ਸੀ ਤਾਂ ਲੈ ਵੀ ਕਿੰਨੇ ਕਿੰਨੇ ਪੁਆਇੰਟ ਇੱਧਰ 4 ਤੇ 12 ਨੇ 4 ਤੇ 12 ਦੀ ਟੱਕਰ ਹੈ ਜੀ ਬਹੁਤ ਵਧੀਆ ਮੈਚ ਹੈ ਔਰ ਇੱਧਰਲੇ ਪਾਸੇ ਕਹਿੰਦੇ ਮੁੰਡੇ ਸ਼ਾਹਪੁਰੀਏ ਦੀ ਵੱਡੀ ਗਿਣਤੀ 'ਚ ਆਏ ਹੋਏ ਮੈਚਾਂ ਨੂੰ ਵੇਖਣ ਦੇ ਲਈ ਹੈ ਸ਼ਾਹਪੁਰ ਵੀ ਕਹਿੰਦੇ ਗੁਆਂਢੀ ਪਿੰਡਾਂ ਵੀਰਾਂ ਦਾ ਔਰ ਭਰਾ ਜਿੰਨੇ ਵੀ ਸਰਾਬੇ ਦੀ ਕਿਤਾਬ ਨੀ ਪੜ੍ਹੀ ਤੇ ਢਿਲੋਟਾ ਨੇ ਪੈਰ ਛੱਡਦੇ ਨਿਸ਼ਾਨ ਜਿੱਤਦੇ ਤੇ ਨਰੂਏ ਦੇ ਚੇਲੇ ਅਫਗਾਨ ਜਿੱਤਦੇ ਤੇ ਦਰੂਆਂ ਦੇ ਨਾਨਕੇ ਲਾਹੌਰ ਨਹੀਂ ਹੁੰਦੇ ਲਿਮਟਾਂ ਤੇ ਚੱਕੀਆਂ ਦਾ ਜਾਣ ਅਣਖਾਂ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ ਆਹ ਲਿਮਟਾਂ ਤੇ ਚੱਕੀਆਂ ਦਾ ਜਾਣ ਇੱਜਤਾਂ ਤੇ ਅਕਲਾਂ ਨੂੰ ਪੈਂਦੇ ਕਦੇ ਆਹ ਚੋਰ ਨਹੀਂ ਹੁੰਦੇ ਇੱਧਰ ਸ਼ਾਹਪੁਰੀਏ ਮੁੰਡੇ ਵੀ ਕਦੇ ਕਮਾਲ ਚੌਂਟੀ ਬਹੁਤ ਫਿੱਟ ਆ ਬਾਈ ਤਗੜੀ ਬਾਲ ਆ ਗਿਆ ਟਿਕਾਣੇ ਲੱਗੀ ਹੋਈ ਆ ਮੇਰੇ ਮਿੱਤਰੋ ਕੌਣ ਜਿੱਤਦਾ ਗੱਲਾਂ ਹੋਣਗੀਆਂ ਸਮੇਂ ਦੀਆਂ ਤੇ ਦੱਸਿਆ ਹੋ ਕਿਆਂ ਦੀ ਕੱਤੀ ਮੋੜਨੀ ਪੈਣੀਆਂ ਭਾਜੀ ਵਾਲੇ ਕਿਆਲੀ ਵਾਲੇ ਦੀ ਮੁੜੀ ਨੀ ਹਲੇ ਭਾਜੀ ਬਿਰਦਾਂ ਬੁੜੀ ਨੀ ਤੇ ਗੱਲਾਂ ਹੋਣਗੀਆਂ ਤੇ ਇੱਕ ਭਾਜੀ ਹੋਰ ਚਾੜ ਗਏ ਤੇ ਫਿੱਟੋਣਾ ਪੈਣਾ ਦੱਸਿਆ ਹਾਓ ਚਰਚੇ ਵੱਡੇ ਆ ਮੁੰਡੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਜੋਰ ਲਾਈ ਕਰੇ ਹੋ ਰਿਹਾ ਹਾਓ ਕੌਣ ਜਿੱਤੂਗਾ ਗੱਲਾਂ ਸਮੇਂ ਦੀਆਂ ਹੋਣਗੀਆਂ ਪਰ ਪਈ ਵਾਲੀ ਅੱਜ ਹਾਓ ਬਾਲਾ ਫਿੱਟਿਆ ਫਿਰਦਾ ਸਹੀ ਹੈ ਸੈਣੀ ਸਾਹਿਬ ਜੀ ਪੁਆਇੰਟ ਸਾਹਮਣੇ 4 ਸੇ ਐਵਰੇਜ 4 ਜੱਸਾ ਰਵੀ ਸੇ ਚੈਣੇ ਵਾਲ ਜੀ ਜਿਹੜਾ ਟੇਡਾ ਰਿਆ ਕਰ ਲਿਆ ਹਾਓ ਬੱਟੀ ਵੀ ਫਿੱਟ ਹੈ ਮੁੰਡਾ 4 ਤੇ 6 ਸਰਵ ਜਿਹੜੀ ਚੇਂਡ ਹੈ ਲਓ ਸਰਵ ਚੇਂਡ ਇਧਰ ਬਾਬਾ ਲਦਾਣਾ ਦੀ ਟੀਮ ਦੀ ਵਾਪਸੀ ਤੇ ਕਰ ਰਹੀ ਹੈ ਹੌਲੀ ਹੌਲੀ ਕਰਕੇ ਮੁੰਡੇ ਲਾਈਵ ਮੋਮੀ ਬਾਈ ਜੀ ਜਿਹੜੇ ਲੱਗਦੇ ਜਾਂਦੇ ਆ ਮੁਕਾਬਲਾ ਕਹਿੰਦੇ ਚੋਟੀ ਦਾ ਖੇਡਿਆ ਜਾ ਰਿਹਾ ਬੀਬੀ ਸੱਬੀ ਵਾਲੀ ਵਾਲ ਲਾਈਵ ਹੈ ਜੀ ਸੰਗ ਟੁੱਟਦੇ ਆ ਟਾਈਮ ਤੇ ਲੱਗਦਾ ਏ ਬੀੜੀ ਵਾਲੀ ਬੰਗ ਟੁੱਟਦੇ ਆ ਟਾਈਮ ਤੇ ਲੱਗਦਾ ਏ ਤੇ ਨਵੀਂ ਨਵੀਂ ਮੁਟਿਆਰ ਮਾਹੀ ਤੋਂ ਡਰਦੀ ਹੁੰਦੀ ਹੈ ਫਿਰ ਤੁਣਕਾ ਤੁਣਕਾ ਕਰਕੇ ਗੁੱਡੀ
ਔਰ ਚੜ੍ਹਦੀ ਹੁੰਦੀ ਆ, ਤੁਰਦਾ ਤੁਰਦਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ, ਹੌਲੀ ਹੌਲੀ ਕਰਕੇ ਮੁੰਡੇ ਵਾਪਸੀ ਤੇ ਕਰ ਰਹੇ ਆ। ਪਰ ਮਰਦੈੜੀ ਵਾਲਿਆਂ ਨੇ ਅੱਜ ਕਹਿੰਦੇ ਕਰ ਕਮਾਲ ਦਿੱਤੀ ਆ, ਗੁੱਲੀ ਦੀ ਫੇਟਾ ਸੁਮਿਤ ਹੋਣੀ ਔਰ ਕਹਿੰਦੇ ਖੇਡ ਵਾਲੀਵਾਲ ਚ ਮਿਹਨਤ ਬੜੀ ਕਰਕੇ ਤੇ ਦੁਨੀਆਂ ਦੇ ਵੱਡੇ ਮਨ ਬਣ ਗਏ ਨੇ। ਉਹ ਤੁਸੀਂ ਤਾਂ ਖੇਡੀ ਜਾਓ ਯਾਰ, ਤੁਸੀਂ ਕਿਹਨੂੰ ਮੈਚ ਬੰਦ ਕਰਦੇ ਹੋ, ਲਾਈ ਜਾਓ ਮੈਚ ਯਾਰ। ਉਹ ਕਿੱਧਰ ਗਿਆ ਇਹ? ਭਾਈ ਜੀ ਮੈਚ ਤਾਂ ਚੱਲੀ ਜਾਂਦਾ, ਚਾਲ ਦੀ ਨਾ ਟੱਪਿਆ ਕਰੋ ਭਾਈ, ਸਾਰੇ ਸਿਆਣੇ ਹੋ ਤੁਸੀਂ ਵੀਰੇ। ਮੈਚ ਚਾਲੂ ਕਰਾਓ ਮੇਰਾ ਵੀਰ ਬਣ ਕੇ, ਏਦਾਂ ਲੰਘ ਦੋ ਮੇਰਾ ਵੀਰ ਯਾਰ, ਪਲੇਅਰਾਂ ਦਾ ਵੀ ਜ਼ੋਰ ਲੱਗਿਆ ਮੇਰਾ ਵੀਰ, ਚੱਲਦਾ ਮੈਂ ਜਦੋਂ ਖੜ੍ਹਦੇ ਮੈਂ ਇੱਕ ਵਾਰੀ ਫੇਰ ਲੜਾਈ ਹੋ ਗਈ ਯਾਰ। ਸੱਤਾ ਸੈਮੀ ਚ ਇਹਨਾਂ ਦੇ ਜੇਤੂ ਨਾਲ ਸੈਮੀ ਖੇਡੂ ਵੀਰੇ, ਸਕੋਰ 6-4 ਆ, 6-4 ਵੀਰੇ। ਓਕੇ ਓਕੇ ਸੈਣੀ ਸਾਹਿਬ, ਮਿਲਦੇ ਹਾਂ ਮਿਲਦੇ ਹਾਂ ਵੀਰੇ, ਟੂਰ ਚੜ੍ਹਦੇ ਟੂਰਨਾਮੈਂਟ ਉਹੀ ਬਹੁਤ ਆ ਯਾਰ। ਪੁਆਇੰਟ 6-4 ਆ, 6-4 ਵਿੱਕੀ ਵੀਰੇ, 6 ਚੈਣੇ ਵਾਲ 4 ਉੱਧਰ। ਛੋਟੂ ਹਾਰ ਗਿਆ ਵੀਰੇ, ਹਾਰ ਗਿਆ ਮੈਂ ਛੋਟੂ ਬਾਈ ਜੀ। ਲਵੀ ਕਿੰਨੇ ਕਿੰਨੇ ਇਧਰ ਪੰਡ 7-4 ਹੋ ਗਏ, 7-4 ਹੋ ਗਏ ਵੀਰੇ। ਵਾਹ ਬਾਈ ਵਾਹ, ਉਧਰ ਕਹਿੰਦੇ ਭੰਗੜੇ ਪਵਾ ਤੇ ਠੁੱਲੀ ਵਾਲੀ ਨਹੀਂ ਹੈ, ਐਨ ਕਹਿੰਦੇ ਬੱਲਾ ਬੱਲਾ ਕਰਵਾ ਦਿੱਤੀ ਹੈ। ਮੈਦਾਨ ਦੇ ਵਿੱਚ ਦੇਖਾਂਗੇ ਹੁਣ ਨੰਬਰ ਕੌਣ ਜੋੜੂ ਆਪਣੀ ਟੀਮ ਦੇ ਲਈ, ਇੱਧਰ ਚੈਨਿਆਂ ਦੀ ਜਿਹੜੇ ਹਰ ਨੰਬਰ ਜੋੜ ਕੇ ਇੱਕ ਹੋਰ। ਹਾਂਜੀ ਉਧਰੋਂ ਆਪਣੇ ਨੰਬਰ ਦਾ ਢਾਬਾ ਦਾ ਵੀਰ ਸਾਡਾ ਕਹਿੰਦਾ ਜੇ ਦੂਜੇ ਪਾਸੇ ਪੀ ਵੀ ਸੱਬੀ ਵਾਲਾ ਲਾਈ ਵਾ ਮੁੰਡਾ ਵੀਰੇ, ਲਾ ਵੀ ਇੱਕ ਹੋਰ ਲਾ ਵੀ ਆ, ਕਿੰਨੇ ਹੋ ਗਏ ਜੀ? 13 ਹੋ ਗਏ, 13-6 ਲਾ ਵੀ, 13-6 ਦਾ ਮੁਕਾਬਲਾ ਖੇਡਿਆ ਜਾ ਰਿਹਾ। ਚਲੋ ਵੀ ਚਲੋ ਚਲੋ ਚਲੋ, ਹਾਂਜੀ ਅਮਰਪਾਲ ਸੰਧੂ ਬਾਈ, ਠੀਕ ਹੈ ਜੀ। ਨਾਲੇ ਇੱਧਰ ਸ਼ਾਹਪੁਰ ਵਾਲੇ ਵੀਰ ਨੇ ਹਰ ਇੱਕ ਟੱਪੇ ਦਾ ਇੱਕ ਇੱਕ 100 ਦੇ ਰਹੇ ਆ ਸ਼ਾਹਪੁਰ ਵਾਲੇ ਵੀਰ, ਉਹ ਕਹਿੰਦੇ ਮੇਲਾ ਪਿੰਡ ਕਰਾਵਾਂਗੇ ਤੇ ਵੱਡਾ ਵਾਈਟ ਰੱਖ ਕੇ ਦੇ ਭਰਾ ਕਹਿੰਦੇ ਆਪਾਂ ਕੱਪ ਕਢਵਾਉਣਾ ਹੈ, ਬਹੁਤ ਵੱਡਾ ਮੈਂ ਧੰਨਵਾਦ ਕਰ ਰਿਹਾ ਹਾਂ। ਜੇ ਗੁੱਲੀ ਠੀਕ ਹੈ ਜੀ, ਜੇ ਗੁੱਲੀ ਮਰਦੈੜੀ ਵਾਲਾ ਟੱਪਾ ਪਾਵੇ ਤੇ ਭਰਾ ਸਾਡੇ ਸ਼ਾਹਪੁਰੀਏ ਕਹਿੰਦੇ ਵੀ 200 ਦੇਵਾਂਗੇ ਆਪਾਂ,
ਦਿੱਲੀ ਦੇ ਉੱਪਰ ਦਾੜੀ ਵਾਲਾ ਟੱਪਾ ਪਾ ਦੇਵੇ ਤੇ ਸ਼ਾਹਪੁਰੀਏ ਮੁੰਡੇ ਕਹਿੰਦੇ ਵੀ ਆਪਾਂ ਕਰਨੇ ਬਈ 8-4 ਆ ਜੀ, 8 ਚੈਣੇ ਵਾਲ 4 ਰੈਸਰ ਵੀਰੇ ਵਾਲੀ ਗੱਲ ਅਸੀਂ ਜੰਮੇ ਆ ਪੰਜਾਬ ਵਿੱਚ, ਉਹ ਸੋਨੇ ਦੀ ਚਿੜੀ ਦਾ ਨਾਮ ਮਿਲਿਆ ਖਿੱਤਾਂ ਵਿੱਚ, ਮਾਲਕ ਜ਼ਮੀਨਾਂ ਦੇ ਤੇ ਪੁੱਤ ਸਰਦਾਰਾਂ ਦੇ, ਸਾਡੇ ਸਿਰੋਂ ਚੱਲਦੇ ਆ ਘਰ ਸ਼ਾਹੂਕਾਰਾਂ ਦੇ, ਤੇ ਖੁੱਲੇ ਰੱਖੀ ਦੇ ਦਿਲਾਂ ਦੇ ਦਰਵਾਜ਼ੇ, ਉਹ ਸਾਡੀ ਰੀਸ ਮਰਦੈਰੀ ਵਾਲਾ, ਉਹ ਕਦੇ ਅੰਗਰੇਜ਼ ਆ, ਉਹ ਭੰਗੜੇ ਪੈ ਗਏ ਤੇ ਸ਼ਾਹਪੁਰੀਏ, ਉਹ ਚੋਬਰਾ ਨੇ ਹਾਂਜੀ ਹਾਂਜੀ ਪ੍ਰੀਤ ਮਾਨ ਵੀਰੇ ਨਾ ਕਿਹਾ ਤੁਹਾਡਾ ਕਮੈਂਟ ਦੁਬਾਰਾ ਦੱਸੋ ਵੀਰੇ, ਕਦੇ ਬੱਲਾ ਬੱਲਾ ਹੋਈ ਪਈ ਹੈ ਜੰਮੀ ਦੱਸੇ ਨੂੰ ਦਾ 1100 ਓਕੇ ਓਕੇ ਪ੍ਰੀਤ ਮਾਨ ਕੈਨੇਡਾ ਵੀਰੇ ਉਸਤਾਦਾਂ ਦੇ ਤੌਰ ਤੇ ਜਾਂਦੀ ਹੈ, ਬਹੁਤ ਧੰਨਵਾਦ ਜੀ ਆਪਣੀ ਨੰਬਰਦਾਰ ਨੇ ਸਟਾਰ ਭੇਜਿਆ ਇੱਕ ਵਾਰ ਫੇਰ ਤੋਂ ਧੰਨਵਾਦ ਜੀ ਨੰਬਰਦਾਰ ਨੰਬਰਦਾਰ ਉਹ ਨੰਬਰਦਾਰ ਪ੍ਰੀਤ ਮਾਨ ਕੈਨੇਡਾ ਵੱਲੋਂ ਜੌਂਟੀ ਜਿੱਦਾਂ ਤਾਂ 11 ਤੋਂ ਪ੍ਰੀਤ ਮਾਨ ਮੋਹਰੀ ਖੁਰਨਾ ਵਜ਼ੀਰ ਸਾਡਾ ਪ੍ਰੀਤ ਮਾਨ ਲਾਈਵ ਤੇ ਆ ਗਿਆ ਯਾਰ ਸਾਡਾ ਜਿਹਨੇ ਜਿੱਤ 51,000 ਰੁਪਏ 4 ਤੋਂ ਸਾਡਾ ਦੇ ਜਾਂਦੇ ਤੇ ਕਹਿੰਦੇ ਨੇ ਜੌਂਟੀ ਜਿੱਤਾਂ ਦੇ 1100 ਦੇ ਰਿਆ ਗਿਆ ਆਪਾਂ ਵੈਲ ਪ੍ਰੀਤ ਪੁਰਾਣਾ ਮੁੰਡੇ ਦਾ ਮਾਨ ਪਰਿਵਾਰ ਦਾ ਰਹਿੰਦਾ ਕੈਨੇਡਾ ਦੀ ਧਰਤੀ ਤੇ ਤੇ ਹੋਊਗਾ ਉਹ ਵੀ ਟਰਾਲੇ ਦੇ ਤੇ ਮੈਚਾਂ ਦਾ ਲਾਈਵ ਆਨੰਦ ਮਾਣਦਾ ਨਾ ਵੀਰ ਸਾਡਾ ਤੇ ਦਲਪ੍ਰੀਤ ਮਾਨ ਦੇ ਵੱਲੋਂ ਭਰਾ ਸਾਡੇ ਵੱਲੋਂ 1100 ਰੁਪਏ ਹੋਣਾ ਔਰ ਨਾਮ ਇੰਦਰ ਵਿੱਕੀ ਹੈ ਭਰਾ ਸਾਡਾ ਇੰਗਲੈਂਡ ਵਾਲਾ ਵਿੱਕੀ ਇੰਗਲੈਂਡ ਵਾਲਾ ਕਹਿੰਦਾ ਵੀ ਜਿੰਨੇ ਖਿਡਾਰੀ ਖੇਡ ਰਹੇ ਆ ਮਰਦਾਰੀ ਵਾਲੇ ਆ ਤੇ ਇਕੱਲੇ ਇਕੱਲੇ ਖਿਡਾਰੀ ਨੂੰ ਆਪਾਂ ਜਿੱਤੀ ਦੀ ਚੈਨ ਦੇਵਾਂਗੇ ਜਨਵਰੀ ਮਹੀਨੇ ਆ ਜਿਹੜਾ ਵੀ ਮਿਲਣਾ ਹੋਇਆ ਹੈ ਚੰਦ ਦੀ ਚੈਨ ਦੇ ਨਾਲ ਕਰਨਾ ਹੈ ਦੋ ਤਿੰਨ ਸੈਡਾਂ ਤੇਜ ਆ ਇੱਧਰ ਸ਼ਾਹਪੁਰ ਵਾਲੇ ਮੁੰਡੇ ਕਹਿੰਦੇ ਆ ਵੀ ਜਦੋਂ ਸ਼ਾਹਪੁਰ ਹੋਇਆ ਨਾ ਕੱਪ ਦੇ ਇਕੱਲੇ ਇਕੱਲੇ ਪੁਆਇੰਟ ਦਾ 200 ਮੈਚ ਸਮਾਪਤ ਆ ਵਿੱਚ ਤੇ 1100 ਰੁਪਇਆ ਲਾਇਆ ਸੀ ਆਪਾਂ ਠੁੱਲੀ ਆਉਂਦੇ ਸਨੀ ਦੇ ਇੱਧਰ 4 ਸਨੀ ਆ ਕੇ ਨਾ ਵੀਰ ਦੇ ਵੱਲੋਂ ਤੇਰੇ ਲਈ 1100 ਦੇ ਜਿਹੜੇ ਵੱਡੇ ਮਾਨ ਆਇਆ ਲਓ ਜੀ ਸਨੀ ਠੁੱਲੀ ਵਾਲ ਤੇ ਜਿਹੜਾ 1100 ਰੁਪਇਆ ਲਾਇਆ ਸੀ ਉਹ ਭਰਾਵਾਂ ਨੇ ਪਹੁੰਚਦਾ ਕਰਤਾ ਜੀ ਬਈ ਸੱਤੀ ਵੱਲੋਂ ਮੈਂ ਜਿੱਤਣ ਦੇ ਬਹੁਤ ਬਹੁਤ ਲਵੀ ਸਨੀ ਮੁਬਾਰਕਬਾਦ ਹੈ ਲਵੀ ਜੱਗਿਆ ਤੇ ਚੁੱਪ ਤੋੜ ਦਿੱਤੀ ਹੈ ਉਚਾਲ ਦੀ ਨਾ ਲੰਘੋ ਯਾਰ ਵੀਰ ਬਣ ਕੇ ਬੇਨਤੀ ਹੱਥ ਬਣ ਗਏ ਯਾਰ ਬਾਬੇ ਜਿਹੜਾ ਵੀ ਹੁਣ ਲੰਘਣ ਲੱਗਿਆ ਤੇਰਾ ਵੀ ਬਾਈ ਜੀ ਕਲੱਬਾਂ ਦੇ ਵੀਰਾਂ ਨੂੰ ਬੇਨਤੀ ਹੈ ਸਾਰੇ ਇੱਕ ਇੱਕ ਕਾਰਨਰ ਤੇ ਇੱਕ ਇੱਕ ਬੰਦਾ ਖੜ ਜਾਣਾ ਗਰਾਊਂਡ ਨਹੀਂ ਰੁਕਣਾ ਆਪਣੇ ਕੋਲ ਓਕੇ ਓਕੇ ਜੀ ਸੁਰਿੰਦਰ ਸੋਈ ਜੀ ਲਾ ਵੀ 4 ਤੇ 9 ਦੀ
ਚਾਰ ਨੰਬਰ ਹੈ ਰਾਜਸਰ ਦੀ ਟੀਮ ਦੇ, ਨੌ ਨੰਬਰ ਜਿਹੜੇ ਲੈਂਡੀ ਸ਼ਰਮਾ ਕਲੱਬ ਕੈਣਿਆਂ ਦੀ ਟੀਮ ਜਿਹੜੇ ਹੈ, ਨੰਬਰ ਕਹਿੰਦੇ ਪੰਜਵਾਂ ਜੋੜਨ ਦੇ ਲਈ ਬੰਦੇ ਹੈ। ਇਧਰਲੇ ਪਾਸੇ ਬਰਨਾਲੇ ਵਾਲੇ ਤਿਆਰ ਬਰ ਤਿਆਰ ਨਹੀਂ ਹੈ ਕਿ ਵੱਧ ਆ ਰਹੀ ਦੇ ਸੂਰ ਤੱਕ ਕਮੀਆਂ ਦੇ ਵਿਹੜੇ ਆ। ਆਹ ਧਰਤੀ ਮਾਤੇ ਦੀ ਗੋਦ ਨੂੰ ਚੰਨ ਹੋਰ ਬਥੇਰੇ ਹੈ, ਧਰਤੀ ਮਾਤੇ ਦੀ ਗੋਦ ਨੂੰ ਚੰਨ ਹੋਰ ਬਥੇਰੇ। ਚਾਰ ਤੇ ਨੌ ਦਾ ਮੁਕਾਬਲਾ ਹੈ, ਪੰਜਾਂ ਪੁਆਇੰਟਾਂ ਦੀ ਕਹਿੰਦੇ ਵੱਡੀ ਲੀਡ ਮੁੰਡੇ ਕਿਆਣਿਆਂ ਦੀ ਉਹਨੇ ਬਣਾ ਰੱਖੀ ਹੈ, ਪਰ ਸਾਹਮਣੇ ਨਾਨਕ ਦੇਵ ਦੀ ਗੱਲ ਗਿਆ। ਪੰਜ ਨਾ ਹੋ ਗਏ ਵੀਰੇ, ਭਰਾ ਸਾਡਾ ਇੰਗਲੈਂਡ ਦੇ ਵਿੱਚ ਅਮਰ ਰੈਡੀ ਤੋਂ 500 ਰੁਪਈਆ ਗੁੱਲੀ ਦੇ ਲਈ ਪਹੁੰਚਣਾ ਕਰ ਦਿੱਤਾ ਵੀਰ ਨੇ, 500 ਅੰਗਰੇਜ਼ ਦੇ ਲਈ ਔਰ 2100 ਰੁਪਈਆ ਸਾਰਾ ਜਿਹੜਾ ਟੀਮ ਦੇ ਲਈ ਉਹ ਵੀਰ ਨੇ ਪਹੁੰਚਣਾ ਕਰ ਦਿੱਤਾ। ਜਦੋਂ ਧੰਨਵਾਦ ਹੈ ਵੀਰ ਸਾਡੇ ਨੇ ਵੱਡੇ ਮਾਨ ਦੇ ਖਿਡਾਰੀਆਂ ਦੇ ਲਈ ਉਹ ਭੇਜ ਦਿੱਤੇ ਨੇ। ਪ੍ਰਸ਼ਾਸਨ ਪਹੁੰਚ ਗਿਆ ਹੁਣ, ਰਵੀ ਬੜੇ ਸਤਿਕਾਰ ਦੇ ਯੋਗ ਸਾਡੇ ਕੋਲ ਜਿਹੜੇ ਮੁਲਾਜ਼ਮ ਵੀਰ ਪਹੁੰਚਿਆ, ਰਵੀ ਬੇਨਤੀ ਹੈ ਜੀ ਸਾਡੇ ਬੜੇ ਸਤਿਕਾਰ ਦੇ ਯੋਗ ਮੁਲਾਜ਼ਮ ਵੀਰਾਂ ਨੂੰ, ਸਾਡੀ ਪ੍ਰਬੰਧਕ ਕਮੇਟੀ ਵਾਲੇ ਵੀਰਾਂ ਵੱਲੋਂ, ਵੀ ਜਿਹੜੇ ਵੀਰ ਜੀ ਸ਼ਰਾਰਤ ਕਰ ਰਹੇ ਥੋੜ੍ਹਾ ਜਿਹਾ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਓ ਵੀਰ ਕਹਿੰਦੇ, ਕਿਉਂਕਿ ਮੇਲੇ 'ਚ ਚੱਲਦੇ ਮੇਲੇ 'ਚ ਬਹੁਤ ਦਿੱਕਤ ਆ ਗਈ ਕਈ ਵਾਰ। ਛੇ ਨੌ ਹੋ ਗਏ ਵੀਰੇ, 6-9 ਸਕੋਰ ਜੀ, 6 ਰੈਸਰ 9 ਚੈਣੇ ਵਾਲ। ਬੜੀਆ ਬੜੀਆ ਬਾਈ ਇੱਕਦਮ। ਲਓ ਸਭ ਨੇ ਗੱਲਬਾਤ ਵੱਡੀ ਆ, ਲੋਕੋ ਹਾਂ ਮੈਚ ਦੀ ਪਟਾਕੇ ਕਹਿੰਦੇ ਪੈ ਗਏ ਜੱਸਿਆ, ਅਵੇ ਉਹ ਗੱਲ ਬਣ ਗਈ ਭਾਰੀ ਧੱਕਾ, ਧੱਕਾ ਨਾ ਕਰੋ ਏਦਾਂ ਨੀ ਗੱਲ ਬਣਦੀ ਜੱਸੇ, ਥੋੜਾ ਖੰਭੇ ਨਾਲ ਥੋੜਾ ਛੱਡਦਾ ਸਹੀ ਆ, ਤੇ ਕਹਿੰਦਾ ਜੇ ਤੋਪ ਤੈਨੂੰ ਕਹਿੰਦੇ ਆ ਇਹ ਬੰਦ ਮੈਨ ਆਰਮੀ ਮੈਨੂੰ ਕਹਿੰਦੇ ਆ ਇਹਨੂੰ ਹਾਰ ਗਿਆ ਬਾਈ ਹਾਰ ਗਿਆ ਜੀ। ਲਵੀ ਪੜਦਾ ਨੰਬਰ ਦੱਸ ਯਾਰ, ਉਧਰੋਂ ਦੱਸ ਪਹਿਲਾਂ, 9 ਤੇ 6 ਆ ਜੀ, 9 ਨੰਬਰ ਆ ਰਾਜਸਰ ਦੀ ਟੀਮ ਦੇ, ਸੋਰੀ ਮਹਿੰਦੀ ਸ਼ਰਮਾ ਕਲੱਬ ਕੈਣਿਆਂ ਦੀ ਟੀਮ ਦੇ 9 ਨੰਬਰ ਨੇ, ਔਰ ਇਧਰ 6 ਪੁਆਇੰਟ ਜਿਹੜੇ ਰਾਜਸਰ ਦੀ ਟੀਮ ਦੇ, 3 ਪੁਆਇੰਟਾਂ ਦਾ ਫਰਕ ਆ। ਮੈਚ ਤਕੜਾ ਸਾਵੀ ਬਾਈ ਯਾਰ, ਇੱਕ ਵਾਰੀ ਦੋਨਾਂ ਟੀਮਾਂ ਲਈ ਵੀਰ ਵਰਗੇ ਜ਼ੋਰਦਾਰ ਤਾੜੀ ਮਾਰ ਦੋ, ਬੜਾ ਵਧੀਆ ਮੈਚ ਖੇਡਿਆ ਜਾ ਰਿਹਾ ਹੈ। 9 ਤੇ 6 ਹੁਣ 10ਵਾਂ ਦੇਖਾਂਗੇ ਕੌਣ ਜੋੜੂਗਾ ਆਪਣੀ ਟੀਮ ਦੇ ਲਈ, ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ। ਵੀ ਲੱਗਦੀ ਜਵਾਨੀ ਚੰਗੀ ਹੱਸਦੀ ਤੇ ਖੇਡਦੀ ਹੈ, ਉਹ ਜੱਚਦਾ ਬੁਢਾਪਾ ਜੇ ਸਿਆਣੀ ਗੱਲ ਕਰੇ ਤਾਂ, ਤੇ ਇੱਜ਼ਤ ਕੁਵਾਰੀ ਜਿਹੜੀ ਡਰ ਰੱਖੇ ਮਾਪਿਆਂ ਦਾ, ਉਹ ਸੂਰਮੇ ਦੀ ਸੋਭਾ ਦੇ ਸੋਭਾ ਦੇ ਮੈਦਾਨੀ ਜੰਗ ਲੜੇ ਤਾਂ, ਜੰਗ ਜਾ ਰਹੀ ਹੈ ਪੁਆਇੰਟ ਕਹਿੰਦੇ 10ਵਾਂ ਜੁੜ ਗਿਆ ਹੈ, 10 ਤੇ 6 ਦਾ ਮੁਕਾਬਲਾ ਖੇਡਿਆ।
ਚਲਾਈ ਜਾਓ, ਮੈਂ ਤਾਂ ਚਲਾਈ ਜਾਓ ਯਾਰ। ਕਰਮਾ ਕਰੋ ਮੇਰਾ ਵੀ ਸਰਵ ਯਾਰ। ਅੱਛਾ ਪਾਣੀ ਚਾਹੀਦਾ ਬਾਈ ਯਾਰ, ਆਉਣਾ ਕਰਿਆ ਕਰੋ ਯਾਰ, ਕਲਾਰਾਂ ਲਿਓ ਮਟਰ ਜੀ। ਕਰੋ ਯਾਰ ਕਰੋ ਮੇਰਾ ਵੀਰ, ਮੈਚ ਸ਼ੁਰੂ ਕਰੋ ਜੀ ਬਾਈ। ਹੋ ਜਾਓ ਯਾਰ, ਥੋੜਾ ਥੋੜਾ ਪਛਾਣ ਹੋ ਜਾਓ ਮੇਰਾ ਵੀਰ। ਮੈਚਾਂ ਦੀ ਖਰਾਬ ਇੰਨੇ ਤਕੜੇ ਖੜ ਜਾ ਮਾਹੌਲ ਤੇ ਬਣਾ ਲਈਏ ਇਹ ਭਾਈ ਜੀ। ਪ੍ਰਬੰਧ ਜੀ ਕਿਵੇਂ ਦੀ ਸੱਤੀ ਭਾਈ ਜੀ, ਪ੍ਰਬੰਧ ਜੀ ਕਮੇਟੀ ਵਾਲੇ ਵੀਰ ਇੱਕ ਵਾਰੀ ਸਟੇਜ ਤੇ ਆਉਣ ਵੀਰ ਬਣ ਕੇ। ਆ ਮੁੰਡੇ ਨੇ ਯਾਰ ਬਾਬੇ ਲੁਧਿਆਣੇ ਨੇ ਬਲਦਾਣਾ ਹਰਗੀ ਵੀਰੇ, ਸੈਮੀ ਹਰਗੀ ਜੀ, ਇਹਨਾਂ ਦਾ ਸਨਮਾਨ ਕੋਈ ਨਾ ਕੋਈ ਨਾ ਮਿਲਦੇ ਆ ਮੇਰਾ ਵੀਰ। ਆਓ ਵੀਰ ਬਣ ਕੇ ਸਕੋਰ 10 ਆ ਵੀਰੇ, 10 ਰੈਸਰ ਸੀ ਜਾਣਿਆ। 11 ਹੋ ਗਏ ਪੱਕਾ ਪਾ ਤੈਨੂੰ, 11 ਹੋ ਗਏ, 11 ਹੋ ਗਏ ਉੱਧਰ ਵੀਰੇ, 11 6 ਆ ਜੀ, 11 6 ਸਾਹਮਣੇ ਮੁਕਾਬਲਾ ਤਗੜਾ ਪੜਦਾ ਨੰਬਰ ਉਹ ਸੀ ਇੱਕ ਵਾਰੀ ਵੀਰੇ ਕਿੰਨੇ ਕਿੰਨੇ ਆ, 10 6 ਆ, 11 11 ਦੇ 6 ਦੀ ਟੱਕਰ ਆ। ਲੈ ਵੀ ਜੱਸਿਆ ਗੱਲ ਆਉਦੀ ਵੱਡੀ, ਉਹ ਬੱਲੇ ਵਾਲ ਜੱਸੀ ਆ ਬਾਲਾਂ ਦੇ ਲਾਇਆ ਗੱਲ ਬਣੂਗੀ ਫੇਰ ਦੇ ਮੈਦਾਨ ਦੇ ਵਿੱਚ ਵੀ ਭੇੜ ਚੱਟੇ ਦੀ ਚੜਾਤਾ ਚੈਰੀ ਪੁੱਤਰੇ ਕੜਾ ਲੱਭੇ ਨਾ ਸੁੱਧੂ ਖਾਲੀ ਟੂਬ ਚ ਸਾਫ ਸੁੱਖ ਦੇ ਸੰਕੇਤ ਨਹੀਂ ਉਹ ਚਾਦਰੇ ਲੱਭੇ ਹੈਡਫੋਨ ਦੂਹਦੇ ਬਾਥਰੂਮ ਚ ਟੀਵੀ ਚਾਦਰੇ ਸ਼ਰਮ ਗਿੱਲੇ ਟੰਗਦੀ ਆ ਤੇ ਮੁੰਡਾ ਅਕੇਲਾ ਕਿਤੇ ਮੁੰਨੇ ਪੀਰੇ ਹੋਏ ਹੁਣ ਰੱਬ ਨੂੰ ਚਲਾਕ ਵੀਰੀ ਚਾਰਦੀ ਹੈ ਤੇ ਲੱਡੂ ਪਾਈਆ ਦੇ ਕੇ ਭਾਲਦੀ ਆ ਵੀਰੇ ਹਾਥੀਏ ਲੱਗਣਗੇ ਤੇ ਲੱਗਣੇ ਬੜਿਆਂ ਦੇ ਆ। ਮੈਂ ਪਹਿਲਾਂ ਵੀ ਦੱਸਿਆ ਸੀ ਵੀ ਚਰਚੇ ਹੋਣੇ ਮੇਰੇ ਮਿੱਤਰੋ ਗੱਲਾਂ ਹੋਣੀਆਂ ਆ ਸੀਜ਼ਨ ਵਿੱਚ ਵਿੱਚ ਲੈ ਲਈ ਨਾਗਰਿਆਂ ਦੇ ਆ 5-6 ਪਲੇਅਰ ਪੰਜਾਬ ਦੇ ਇਹੋ ਜਿਹੇ ਪਲੇਅਰ ਹੋਣੇ ਆ ਵੀ ਜਿਨ੍ਹਾਂ ਨੇ ਦਿੱਲੀ ਏਅਰਪੋਰਟ ਤੋਂ ਲੈ ਵੀ ਸੋਨੀ ਖੇਡਣਾ ਨਿਊਜ਼ੀਲੈਂਡ ਦੀ ਧਰਤੀ ਤੇ ਤਿਆਰੀ ਫੜ ਲੋ ਉਹ ਵੀਰ ਸਾਡੇ ਲਾਈਵ ਤੇ ਆਉਂਦੇ ਜਾਂਦੇ ਰਹਿੰਦੇ ਹੁੰਦੇ ਆ ਤੇ ਉਹਨਾਂ ਨੇ 5-6 ਪਲੇਅਰਾਂ ਦੀ ਚੋਣ ਕਰਨੀ ਹੈ। ਟੋਟਲ 7 ਪਲੇਅਰ ਜਾਣੇ ਆ ਪੰਜਾਬ ਤੋਂ ਤੇ ਯੂਪੀ ਹਰਿਆਣਾ ਰਾਜਸਥਾਨ ਤੇ ਗੱਲਾਂ ਅੱਡੋ ਦੀ ਸਟੇਟਾਂ ਦੀਆਂ ਟੀਮਾਂ ਹੋਣੀਆਂ ਨਿਊਜ਼ੀਲੈਂਡ ਦੀ ਧਰਤੀ ਦੇ ਵੀ ਮੇਰੇ ਮਿੱਤਰੋ।
ਸ਼ਾਹਪੁਰ ਵਾਲੇ ਮੁੰਡੇ ਕਹਿੰਦੇ ਵੀ ਜਿਹੜਾ ਹੁਣ ਧਰਤੀ ਨੇ ਸੁੱਕਾ ਟੱਪਾ ਪਾ ਗਿਆ ਤੇ 100 ਦੇ ਰਹਿਣਗੇ, 100 ਦੇ ਰਹਿਣਗੇ। ਹਾਂ ਬੱਲੇ ਬੱਲੇ ਪਈ ਪਈ ਆ, ਇਹ ਬਾਲ ਉਲਟਾ ਦੱਸੂਗਾ ਵੀ ਸੱਤ ਹੋ ਗਏ, ਛੇ ਆ, ਛੇ ਦੀ ਆ ਸਿਰੀਆਂ ਤੇ ਰੋਜ ਟੱਪੀਏ ਤੇ ਡਿਗਰੀ ਵੀ ਪਾਸ ਆਊਟ ਕੀਤੀ ਹੋਈ ਆ, ਫੇਰ ਕਾਹਤੋਂ ਡੰਗਰਾਂ ਦਾ ਗੋਹਾ ਮਿੱਧੀਏ, ਹਾ ਸੁਪਰੇ ਚ ਕਾਹਤੋਂ ਮੇਰੇ ਰੋਣ ਕੁੱਟੀਆਂ ਤੇ ਡੱਬਾ ਕਾਹਤੋਂ ਦਿਸੇ ਸਿਰਫਾ ਝੇਰਨਾ ਤੇ ਗਵਰਨਰ ਦੇਖੀ ਮੇਰੇ ਹੱਥ ਪੰਡ ਪਾ ਲੱਭ ਕਿਤੇ ਲਕਸ਼ਾ ਕਨੇਡਾ ਸ਼ਹਿਰ ਨੂੰ ਤੋਪ ਕਹਿੰਦੇ ਆ ਤੇ ਅੱਜ ਕੋਚ ਜੀ ਵੀ ਆਏ ਹੋਏ ਆ ਧਰੇਠਿਆਲੇ ਤੇ ਕੋਚ ਵੀ ਮੁੰਡੇ ਗੱਲ ਟਿਕਾਣੇ ਲਈ ਆਉਂਦੇ ਆ, ਇਹਨਾਂ ਨੂੰ ਵੇਖ ਕੇ ਤੁਹਾਡੇ ਆਪਣੇ ਮੈਚ ਵੀ ਚੇਤੇ ਆਉਂਦੇ ਹੋਣੇ ਆ, ਗੱਲ ਕਹਿੰਦੇ ਟਿਕਾਣੇ ਲੱਗਦੀ ਆ, ਆਹ ਪਿੰਡ ਕਹਿੰਦੇ ਰਾਸ਼ਰੀ ਆ, ਆਹ ਪੱਲੇ 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 ਏ ਪੱਲੇ ਪੱਲੇ ਏਟਰਗੜੀਆ ਏ ਰਵੀ 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 ਹੋ ਮੇਰੇ ਮਿੱਤਰੋ ਕਮਾਲ ਹੋ ਗਈ ਲੋਕੋ, ਤਾੜੀ ਤੂੜੀ ਕਿਉਂ ਨੀ ਮਾਰਦੇ, ਹਾਂ ਪਟਾਕੇ ਪਾਇਆ ਮਹੱਲਾ ਦੇ ਕਈ ਟੱਪ ਗਿਆ ਤੇ ਮੈਨੂੰ ਲੱਗਦਾ ਵੀ ਹੋਰ ਗੱਲਾਂ ਕਿ ਹੋਰ ਥੋੜੀਆਂ, ਹਾਂ ਮੈਚ ਕਹਿੰਦੇ ਚੋਟੀ ਦਾ ਖੇਡਿਆ ਜਾ ਰਿਹਾ, ਜਿਹੜੀ ਗੱਲਾਂ ਕਾਰਗਲ ਮੈਚ ਚੋਟੀ ਦਾ ਖੇਡਿਆ ਜਾ ਰਿਹਾ, ਮਿੱਤਰਾ ਲਓ ਸਾਹਮਣੇ ਮੈਚ ਜਿਹੜਾ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ, ਇੱਕ ਵਾਰੀ ਨੰਬਰ ਦੱਸੋ ਜੀ ਕਿੰਨੇ ਕਿੰਨੇ ਆ, ਇੱਕ ਵਾਰੀ ਨੰਬਰ ਜ਼ਰੂਰ ਸਾਂਝੇ ਕਰ ਦੀ ਮੇਰੀ ਬੇਨਤੀ ਹੈ, 1100 ਚੇਂਜ ਆਵਰੇ 1100 ਜੀ, 11 ਚੈਣਿਆ ਸੇ ਰੈਸਰ ਵੀਰੇ ਪੰਡਤ ਜੀ ਬਾਦੀ ਬਾ ਉਧਰੋਂ ਕੋਚ ਸਾਡੇ ਬਾਈ ਨਾਲ ਧਰੇਠਾਂ ਨਾਲ ਯਾਰੀ ਆ ਬਾਈ ਕਾਲਾ ਸਰਪੰਚ ਵੀ ਆ ਗਿਆ, ਗੱਲਾਂ ਕਹਿੰਦੇ ਟਿਕਾਣੇ ਲੱਗਣੀਆਂ ਹੈ, ਹੁਣ ਕਹਿੰਦੇ ਯਾਰਾਂ ਦੀਆਂ ਯਾਰੀਆਂ ਪਗਾਈਆਂ ਜਾਣਗੀਆਂ ਤੇ ਮੇਰੇ ਮਿੱਤਰੋ ਪੈਸਿਆਂ ਦਾ ਕਹਿੰਦੇ ਵੀ ਪਾਤਾ ਮੁੰਡਿਆਂ ਨੇ ਗੱਲ ਲਾਤੀ ਟਿਕਾਣੇ ਸ਼ਾਹਪੁਰੀਏ ਵੀ ਫਿੱਟੇ ਬੈਠੇ ਆ, ਹਾਓ ਗੱਲ ਲੱਗੂਗੀ ਟਿਕਾਣੇ ਦੇ ਅਗਲੇ ਨੰਬਰ ਜੋੜ ਗਏ, ਫੇਰ ਹਾਓ ਬੱਲੇ 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 ਖੇਡ ਦੇ ਮੈਦਾਨ ਦੇ ਵਿੱਚ ਆ, 17 ਦਾ ਮੈਚ ਆ 17 ਦਾ ਬਾਈ ਜੀ, ਇੱਕ ਵਾਰੀ ਸਕੋਰ ਦੱਸੋ ਕਿੰਨੇ ਆ ਜੀ, ਗਿਆਰਾਂ ਤੇ ਛੇ ਲਓ ਸਾਹਮਣੇ, 11-6 ਫਰਕ ਜਿਹੜਾ ਅੱਧੋ ਅੱਧਾ ਪੈ ਗਿਆ, ਨੌਜਵਾਨਾਂ ਗਰਾਊਂਡ ਦੇ ਵਿੱਚ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ, ਦੋਨੋਂ ਟੀਮਾਂ ਦਾ ਦੌਰ ਚੱਲਦਾ ਚੱਲਦੇ ਸਮੇਂ ਦੇ ਵਿੱਚ ਆਓ ਸ਼ਿੱਕਾ ਚੱਲਦਾ ਕਹਿ ਦਈਏ, ਹੁਣ ਰੌਣਕਾਂ ਪੱਟੀਆਂ ਲੱਗੀਆਂ ਹੋਈਆਂ 10ਵੇਂ ਮਹੀਨੇ ਦੀ, ਅੱਜ 4 ਤਰੀਕ ਹੈ, ਆਹ ਚਰਚਾ ਹੋਈ ਪਈ ਆ ਨੌਜਵਾਨਾਂ ਕਿਹੜੀ ਟੀਮ ਨੇ ਆਹ ਮੇਲਾ ਜਿੱਤਣਾ, ਆਹ ਸਮੇਂ ਨੇ ਤੈਅ ਕਰ ਦੇਣਾ ਮਿੱਤਰਾ, ਸਮੇਂ ਦੀ ਕਦਰ ਕਰੋ ਤੇ ਤੁਰਤਾ ਤੇਜ਼ ਰਫ਼ਤਾਰ ਸਮੇਂ ਦੀ ਨਬਜ਼ ਫੜੋ ਤੇ ਕਦੇ ਸੌਂਦਾ ਕਦੇ ਰਵਾਉਂਦਾ ਭੇਤ ਸਮੇਂ ਦਾ ਸਮਝ ਨਹੀਂ ਆਉਂਦਾ ਤੇ ਰਾਜੇ ਖੇਲੇ ਤੁਰਨਾ ਪੈਂਦਾ।
ਭਾਦਰਗੜੀਏ ਰਵੀ ਦੀ ਬਾਲ ਫੜ ਗਿਆ ਪਰਮਾ, ਭਾਦਰਗੜੀਏ ਰਵੀ ਦੀ ਬਾਲ ਫੜ ਗਿਆ ਪਰਮਾ ਯਾਰ। ਤੇਰਾਂ ਹੋ ਗਏ ਵੀਰੇ, ਤੇਰਾਂ ਸਹੀ। ਦੂਜਾ ਸੈਮੀ ਜਿਹੜੀ ਇਹਨਾਂ ਜਿੱਤ ਗਈ ਸੱਤੇ ਨਾਲ ਖੇਡੂ ਤੇ ਜਿੱਤਰ ਵੀਰੇ ਰੈਕੋਰਡ ਨਾਲ ਜਿਹੜੀ ਇਹਨਾਂ ਜਿੱਤੂ। ਪਹਿਲਾ ਸੈਮੀ ਮਰਦਾ ਜਿਹੜੀ ਜਿੱਤ ਗਈ ਬਾਬੇ ਲਗਾਲੇ ਤੋਂ ਬਈ। ਮੰਡੀ ਸ਼ਰਮਾ ਦੇ ਸਨਮਾਨ ਦੇ ਵਿੱਚ, ਮੰਡੀ ਸ਼ਰਮਾ ਦਾ ਕਹਿੰਦੇ ਬਰਿਆਮ ਖਾ ਪੈਂਦਾ ਤੇ ਗੱਲਾਂ ਹੁੰਦੀਆਂ ਨੇ, ਹਉ ਚਰਕੇ ਵੱਡਿਆ ਹਉ ਗੱਲਾਂ ਬਾਤਾਂ ਕਹਿੰਦੇ ਟਿਕਾਣੇ ਲੱਗਦੀਆਂ। ਮੰਡੀ ਸ਼ਰਮਾ ਕਰਾਬ ਹਉ ਚੈਮਿਆਂ ਦੀ ਟੀਮ ਖੇਡਦੀ ਆ ਤੇ ਮੇਰੇ ਮਿੱਤਰ ਕਮਾਲ ਕੀਤੀ ਆ ਮੁੰਡਿਆਂ ਨੇ, ਵੱਡੀ ਲੀਰ ਬਣਾ ਰੱਖੀ ਆ। ਓ ਚੱਲ ਪਿਆ ਪਰਮਾ, ਮੈਨੂੰ ਲੱਗਦਾ ਵੀ ਪਰਮ ਪੂਰਾ ਫੇਟਿਆ ਫਿਰਦਾ। ਓ ਬਾਲ ਓਏ ਬਾਬਾ ਬਾਬਾ ਧੱਕਾ ਕਰੀ ਆਉਂਦਾ। ਵਰਿੰਦਰ 14 ਹੋ ਗਏ ਨਾ, 14 ਤੇ 6 ਦੀ ਟੱਕਰ, 14 ਸੇਵ ਰੇ 17 ਤੇ ਆਪਾਂ ਮਿੱਤਰਾਂ ਹਉ 14 ਤੇ 6 ਦੀ ਟੱਕਰ ਪੁਲਸੀਆ ਵਾਲਾ ਫੇਟਾ ਹੈ ਕਾਲੇ ਯਾਰਾਂ, ਹਉ ਫੇਟਾ ਯਾਰਾਂ ਦਾ ਯਾਰ ਹੈ ਬੜਾ ਪਿਆਰਾ ਤੇ ਸਤਿਕਾਰਯੋਗ ਵੀਰ ਹੈ ਸਾਡੀ ਜ਼ਿੰਦਗੀ ਦਾ। ਦਵਾਵਾਂ ਨੇ ਖੇਤ ਦੇ ਮੇਲਿਆਂ ਦੇ ਉੱਤੇ ਵੀਰ ਦੇ ਨਾਲ ਮੁਲਾਕਾਤਾਂ ਹੁੰਦੀਆਂ ਨੇ, ਜਲੰਧਰ ਵਾਲੇ ਦੀਪ ਦੇ ਨਾਲ ਬੜਾ ਪਿਆਰ ਹੈ ਔਰ ਡਿਊਟੀ ਆ ਭਰਾ ਸਾਡੇ ਦੀ ਜਿਹੜੀ ਉਹ ਸਮਾਈ ਮੇਰੇ ਮਿੱਤਰ ਚਾਚੇ ਹੁੰਦੇ ਆ ਵੀਰ ਦੇ। ਪਰ ਇੱਧਰ ਮੈਂ ਵੇਖਦਾ ਵੀ ਮੁੰਡੇ ਨੰਬਰ 15ਵੇਂ ਦੀ ਭਾਲ ਦੇ ਵਿੱਚ ਆ ਚੈਣੇ ਵਾਲੀਏ, ਇੱਧਰ 6 ਤੋਂ 7 ਕਰਨੇ ਮੇਰੇ ਮਿੱਤਰ ਦੀਪ ਜੀ ਲਓ ਸਾਹਮਣੇ ਵੀ ਤੀਰ ਦਿੰਦੇ ਹੱਪੜ ਦੀਪ ਸ਼ਰਮਾ। ਦੀਪ ਸ਼ਰਮਾ ਉੱਡਾ ਲੱਗ ਜਾਂਦਾ ਵੀਰੇ, ਪਰਮਾ ਨੇ ਜਿੱਤ ਗਿਆ ਉੱਡਾ ਦੇ ਟੂਰਨਾਮੈਂਟ ਦੇ ਵੱਡਾ ਸਨਮਾਨ ਕਰਾਂਗੇ ਵੀਰ ਸਾਡੇ ਕਹਿੰਦੇ ਆ। ਅਰਸ਼ ਕਹਿੰਦਾ ਜੇ ਇੱਥੋਂ ਮੈਚ ਜਿੱਤ ਜੇ ਰਹਿ ਸਰ 5500 ਅਰਸ਼ ਭਰਾ ਸਾਡਾ ਘਨੌਰ ਵਾਲਾ ਕਹਿੰਦਾ ਜੇ ਇੱਥੇ ਮੈਚ ਜਿੱਤ ਜਾਣ ਨਾਲ ਰੈਸ ਹੋਈਏ ਤੇ ਰੁਪਈਆ ਕਰਾਂਗੇ ਬੰਦ ਕਰੀ ਆਉਂਦਾ ਬਈ। ਵੀਰ ਕਹਿੰਦਾ ਸਾਡਾ ਉਦੋਂ ਜੇ ਚੌਂਟੀ ਆ, ਜੇ ਚੌਂਟੀ ਆ ਮੈਂ ਜਿੱਤਦਾ ਤੇ ਪ੍ਰੀਤ ਮਾਰ ਸਾਡਾ ਵੀਰ ਮੋਹਲੀ ਵਾਲਾ ਤੇ ਕਹਿੰਦਾ 1100 ਆਪਾਂ ਦੇਣਾਗਾ। 17 ਦਾ ਮੈਚ ਆ, 17 ਦਾ ਬਿਲਕੁਲ ਜੀ ਕਰੀਏ ਕੀ ਵੀਰਿਆ। ਲਓ ਸਾਹਮਣੇ ਮੈਂ ਤੁਹਾਡਾ ਚੋਟੀ ਦਾ ਖੇਡੇ ਜਾ ਰਿਹਾ ਗਰਾਊਂਡ ਦੇ ਵਿੱਚ। ਲਓ ਸਿਰੇ ਦੀ ਟੱਕਰ ਮੇਰੇ ਮਿੱਤਰ ਨੰਬਰ 15ਵੇਂ ਦੀ ਭਾਲ ਦੇ ਵਿੱਚ ਆ ਮੁੰਡੇ ਤੇ ਕਮਾਲਾ ਕਰੀ ਆਉਂਦੇ ਆ ਨੌਜਵਾਨਾਂ। ਖਿਆਲੀ ਵਾਲੀ ਆ ਕਿਤੇ ਟੂਰਨਾਮੈਂਟ ਦੁਹਰਾ ਨਾ ਦੇਣ, ਇਹ ਗੱਲ ਪੱਕੀ ਆ ਨੌਜਵਾਨਾਂ। ਸਿਰੇ ਦੀ ਖੇਡ ਖੇਡੀ ਜਾ ਰਹੀ ਆ। ਲਓ ਗਰਾਊਂਡ ਦੇ ਅੰਦਰ ਮੈਂ ਤੁਹਾਡਾ ਜਾਣਦਾਰ ਆ ਨੌਜਵਾਨਾਂ ਵੀ ਕਦੇ ਨਾ ਗਰਾਊਂਡ 'ਚ ਵੱਜਣ ਥਾਪੀਆਂ, ਮੇਦਿਆਂ ਤੇ ਸੁੱਕਣੇ ਜੇ ਚੌਲ ਤੇ ਕੜੀ, ਉਹਨਾਂ ਕੀ ਆਜ਼ਾਦੀ ਦਾ ਰੇਟ ਪੁੱਛਣਾ, ਜਿਹਨੇ ਬਈ ਸ਼ਰਾਬੇ ਦੀ ਕਿਤਾਬ ਨਾ ਪੜੀ ਤੇ ਲੁਟਾਵੇ ਘਰ ਜਿੱਤਣਾ ਨਿਸ਼ਾਨ ਸ਼ਾਨ ਜਿੱਤਦੇ ਗਰੂਆਂ ਦੇ ਨਾਨਕੇ ਲਾਹੌਰ ਨਹੀਂ ਹੁੰਦੇ, ਲਿਮਟਾਂ ਤੇ ਚੱਕੀਆਂ ਨਾ ਜਾਣ ਅਣਖਾਂ ਤੇ ਅਕਲਾਂ ਨੂੰ ਪੈਂਦੇ ਕਦੇ, ਹਾਓ ਚੋਰ ਨਹੀਂ ਹੁੰਦੇ ਵਾਹੋ ਸ਼ਾਹਪੁਰੀਓ ਲਾਓ ਕਾਲੇ ਬਈ ਗੱਲ ਟਿਕਾਣਿਆ ਵੱਡੇ ਮਨ ਕੀਤੇ ਰਵੀ ਨੇ, ਹਾਓ ਕਰਦੇ ਕਹਿੰਦੇ ਵੱਡੇ ਹੋਵੇ
ਨਾਨਕ ਮਾਲ ਲਾ ਗਿਆ ਉਧਰੋਂ ਜੁਝਾਰ ਕਹਿੰਦਾ ਨਾਨਕ ਜੁਝਾਰ ਦਾ ਵੀਰ ਹੈ ਮੁੰਡਾ ਹੁਣ ਜਿਹੜਾ ਤਗੜੀ ਬਾਲ ਲਾ ਗਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਵਧੀਆ ਵਧੀਆ ਪਿੰਦਾ ਚੰਗਲੀ ਵਧੀਆ ਬਈ ਕੁਲਵਿੰਦਰ ਨੇ ਸਟਾਰ ਭੇਜਿਆ ਬਹੁਤ ਧੰਨਵਾਦ ਜੀ ਕੁਲਵਿੰਦਰ ਜੀ ਅੱਜ ਹੈਗੇ ਬਈ ਮਵੀ ਕਲਾ ਪਿੰਦੇ ਸਮਾਣੇ ਕੋਲੇ ਧਨੇਠੇ ਕੋਲੇ ਆਓ ਸਾਹਮਣੇ ਹੁਣ ਨੰਬਰ ਆਓ ਰਾਓ ਬੰਟੀ ਕਮਾਲ ਕਰਤੀ ਆ ਹਲੇ ਕੁਝ ਵੀ ਹੋ ਸਕਦਾ ਇਹ ਬਾਲੀ ਨਾਲ ਵੀ ਖੇਡ ਇੱਦਾਂ ਵੀ ਹੈ ਜਿੰਨਾ ਤੇ ਬਾਈ ਦੀ ਮੈਚ ਖਤਮ ਹੋ ਗਏ ਤੇ ਪਲੇਅਰ ਲਾਲਾ ਜੀ ਆਪੋ ਆਪਣੀਆਂ ਗੱਡੀਆਂ ਕੋਲ ਨਾ ਚਲੇ ਜਾਣ ਤੇ ਉਹਨਾਂ ਟਾਈਮ ਸੁੱਖ ਦਾ ਸਾ ਲਾਲੇ ਨੂੰ ਪਤਾ ਵੀ ਆਉਂਦਾ ਵੀ ਲਾਲਾ ਤੇ ਬਾਹਲਾ ਫਿੱਟ ਸਕੋਰ ਵੀਰੇ ਰੈਸਰ ਦੇ ਸੇ ਆ ਜੀ ਉਧਰ 14 ਨੇ ਬੁੱਧ ਜੇ ਜੌਂਟੀ ਜੇ ਜੌਂਟੀ ਰਵੀ ਤੋਂ ਨੰਬਰ ਲਵੇ 500 ਅਮਨ ਚੋਰ ਢਾਬਾ ਵੱਲੋਂ ਤੇ ਰਵੀ ਤੇ ਜੱਸਾ ਜੇ ਇੱਥੋਂ ਮੈਚ ਜਿੱਤਦੇ ਆ ਵਿਜੇ ਮਲਕ ਯੂਕੇ ਵੱਲੋਂ 500 ਜੇ ਜੌਂਟੀ ਰਵੀ ਦਾ ਨੰਬਰ ਲੈਂਦਾ ਅਮਨ ਚੋਰ ਢਾਬਾ ਵੀਰ ਕਹਿੰਦਾ 500 ਦੇ ਦਾਂਗੇ ਜੇ ਰਵੀ ਤੇ ਜੱਸਾ ਇੱਥੋਂ ਮੈਚ ਜਿੱਤਦੇ ਆ ਵਿਜੇ ਮਲਕ ਯੂਕੇ ਵੱਲੋਂ 500 ਵਿਜੇ ਮਲਕ ਯੂਕੇ ਵੱਲੋਂ ਰਵੀ ਤੇ ਜੱਸੇ ਨੂੰ 500 ਦੇ ਵੱਡੇ ਜਿਹੜੇ ਮਾਣ ਹੋਣਗੇ ਓਕੇ ਗਵਾਲ ਵੀਰੇ ਵੇਟ ਕਰਿਓ ਜੀ ਮੇਰਾ ਵੀਰ ਹਰ ਰੋਜ਼ ਹੀ ਹਰ ਇੱਕ ਮੇਲੇ ਦੇ ਵੀ ਪੈਸੇ ਲਾਉਂਦੇ ਤੁਹਾਡੇ ਅੱਗੋ ਜਿੱਦਾਂ ਅੱਜ ਤੁਸੀਂ ਲਾ ਰਹੇ ਹੋ ਤੁਸੀਂ ਵੀ ਭਰਾ ਹੋ ਆਪਣੇ ਵੱਡੇ ਸ਼ਾਹਪੁਰੀ ਹੋ ਗੱਲਬਾਤ ਟਿਕਾਣੇ ਲੱਗੀ ਹੋਈ ਆ ਬਾਬਾ ਲੱਭ ਰਿਹਾ
ਤੇ ਬਾਬਾ ਵੀ ਉੱਥੇ ਹੋ ਗਿਆ ਆ ਜਿੱਥੇ ਤੁਹਾਨੂੰ ਦੁਨੀਆਂ ਦਰਦੀ ਵਾਲਿਆਂ ਨੇ ਵੀ ਦੱਸਿਆ ਤੇ ਬਾਬਾ ਮੇਰੇ ਕੋਲ ਜਿਹੜਾ ਬੈਠਾ ਨਾ ਇਹ ਵੀ ਉੱਥੇ ਹੋ ਕੇ ਆਇਆ ਇਹ ਵੀ ਡਰਾਈਵਰ ਆਇਆ ਹੋਇਆ ਚੈਨ ਵਾਲੀ ਗੱਲ ਬਣ ਕਹਿੰਦੇ ਵੱਡੀ ਆ ਲਾਓ ਸਾਹਮਣੇ ਕਹਾਣੀ ਟਿਕਾਣੇ ਤੇ ਬਾਲ ਬੰਟੀ ਬੰਟੀ ਦੇ ਫਿਰ ਕਮਾਲ ਕਰੀ ਤੁਰ ਆਉਂਦਾ ਇਹ ਮੈਚ ਆ ਜੀ ਰੈਸਰ ਤੇ ਚੈਣੇ ਵਾਲ ਵੀਰੇ ਛੇ ਤੇ 14 ਸਕੋਰ ਵੀਰੇ ਜਿਹੜੀ ਇਹਨਾਂ ਨੂੰ ਜਿੱਤ ਗਈ ਰੈਕੋਰਡ ਨਾਲ ਖੇਡੂ ਸੱਤੇ ਨਾਲ ਦੂਜਾ ਸੈਮੀ ਵੀਰੇ ਪਹਿਲਾ ਸੈਮੀ ਬਾਬੇ ਲਦਾਣੇ ਚੋਂ ਜਿੱਤ ਚੁੱਕਿਆ ਅੰਗਰੇਜ਼ ਮਰਦਾ ਜਿਹੜੀ ਸਣੀ ਠੋਲੀ ਵਾਲ ਫਾਈਨਲ ਚੋਂ ਆਵੇ ਬਾਬੇ ਕੋਲੇ ਬਾਲ ਹੱਥ ਲਾ ਦਿਆਂਗੇ ਲਵਪ੍ਰੀਤ ਬਾਬੇ ਕੋਲੇ ਆਵੇ ਦਾ ਹੀ ਬਾਲ ਤੈਨੂੰ ਵੀ ਪਤਾ ਨੀ ਦਿਆ ਦੋਵੇਂ ਠੀਕ ਆ ਠੀਕ ਆ ਮੈਨੂੰ ਤੋੜਾ ਤੋੜਾ ਕਰ ਲੋ ਇੰਨਾ ਬਾਲਾ ਟਾਈਮ ਨੀ ਲਾਉਣਾ ਲਵੀ ਨਾਨਕ ਜੁਝਾਰ ਨੂੰ ਕਰਨਾ ਤਗੜਾ ਹੈ ਤੇ ਮੈਨੂੰ ਇਉਂ ਲੱਗਦਾ ਵੀ ਆ ਗੱਲਾਂ ਹੋਣਗੀਆਂ ਪਤਾ ਪਰ ਮੁੰਡਾ ਕਹਿੰਦੇ ਬਹਾਦਰ ਗੜੀਆਂ ਵੀ ਹੁਣ ਹਾਈ ਖੇਤਰਿਆ ਹੋਵੇ ਖੜ ਗਿਆ ਤੇ ਦੱਸਿਆ ਕੋਈ ਕੱਪ ਖੇਡਣਾ ਪੈਣਾ ਗੱਲ ਫੇਰ ਮੰਡੀ ਹੈ ਹਾਂ ਸਵਾਲ ਵਾਲੀ ਵਾਲ ਹੈ ਤੇ ਪਟਾਕੇ ਪੈ ਗਏ ਗੁਰਾਂ ਦਾ ਲਾਲ ਗੁਰਲਾਲ ਗੱਲ ਕਰੂਗਾ ਲਾਓ ਸਾਹਮਣੇ ਪਟਾਕੇ ਜਿਹੜੇ ਪੈ ਗਏ ਬਾਈ ਬਹੁਤ ਚੋਟੀ ਦਾ ਮੈਚ ਕਿਹਾ ਜਾ ਰਿਹਾ ਬਾਈ ਯਾਰ ਜਿੰਨੀ ਕੋ ਸੰਗਤ ਬੈਠੀ ਆ ਇੱਕ ਤਾੜੀ ਮਾਰੋ ਯਾਰ ਦੋਨੋਂ ਟੀਮਾਂ ਲਈ ਮੈਚ ਜਿਹੜਾ ਠੰਡਾ ਜਿਹਾ ਪੈਂਦਾ ਲੱਗਦਾ ਕਹੋ ਬੱਲੇ 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 ਕਹੋ ਸਵਾਦ ਆ ਨਜ਼ਰਾਨਾ ਵਾਲੀਬਾਲ ਜਿੰਦਾਬਾਦ ਹੈ ਜਿੰਦਾਬਾਦ ਸੀ ਤੇ ਜਿੰਦਾਬਾਦ ਰਹੇਗੀ ਤੇ ਕੱਲ ਜਿਹੜੀ ਸਾਡਾ ਨੌਜਵਾਨਾਂ ਵੀ ਕੱਢਿਆ ਨੈੱਟ ਪਈਆਂ ਨੇ ਤੋਂ ਵੱਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਹੋਰ ਟੀਮਾਂ ਦੋਨੋਂ ਚੰਗੀਆਂ ਕੌਣ ਮਾਰੂ ਸ਼ਾਟਾ ਕਿਹੜਾ ਕਰੂਗਾ ਡਿਫੈਂਸ ਅੱਜ ਡਿੱਗ ਡਿੱਗ ਕੇ ਜਿਹਦੇ ਦੌੜਿਆ ਕੁੱਟਾ ਪੱਟਾਂ ਵਿੱਚ ਜਾਨ ਮਿੱਤਰ ਬਾਈ ਉਹਨੇ ਜਾਣਾ ਜਿੱਤ ਕੇ ਜਿਹਦੇ ਦੌੜਿਆ ਕੁੱਟਾ ਪੱਟਾਂ ਵਿੱਚ ਜਾਨ ਮਿੱਤਰ ਬਾਈ ਉਹਨੇ ਜਾਣਾ ਜਿੱਤ ਕੇ ਇਹ ਗੱਲ ਪੱਕੀ ਆ ਜਿਹਦੇ ਦੌੜਿਆਂ ਦੇ ਵਿੱਚ ਅੰਨੀ ਜਾਨ ਹੈ ਜਿਹਦੇ ਸਰੀਰ ਦੇ ਵਿੱਚ ਫੁਰਕੀ ਹੈ ਉਹਨੇ ਜਿੱਤ ਜਾਣਾ ਨੰਬਰ ਇੱਧਰ ਜੋੜਨੇ ਲਈ ਭਾਲ ਦੇ ਵਿੱਚ ਆ ਮੁੰਡੇ ਪਰ ਸਾਹਮਣੇ 14 ਛੇ ਸਰ ਬੱਚੇ ਜਿਹਦੇ ਦੌੜਿਆਂ 'ਚ ਜਾਣਾ ਹੈ ਤੇ ਸਾਰਿਆਂ ਨੇ ਚਿਹਰੇ ਲਈ ਜੁਝਾਰ ਦੇ ਨਾਨਕ ਨੂੰ ਵੇਖਿਆ ਹੈ ਗੱਲਬਾਤ ਕਹਿੰਦੇ ਵੱਡੀ ਬੜੀਆ ਹੈ ਆਓ ਸਾਹਮਣੇ ਦੋਵੇਂ ਵੀਰ ਇੱਕੋ ਪਾਸੇ ਖੜੇ ਲਹੀ ਹੈ ਵਰਿੰਦਰਾ ਦੋਵਾਂ ਨੇ ਦੋਵਾਂ ਨੂੰ ਸਾਰਿਆਂ ਨੇ ਵੇਖਿਆ ਲੈ ਵੀ ਲੱਗ ਰਿਹਾ ਲਿਆ ਵੀ ਇਹਨਾਂ ਦੇ ਦੌੜੇ 'ਚ ਬਾਹਰ ਹੀ ਜਾਣਾ ਹੈ ਗੱਲਬਾਤ ਕਹਿੰਦੇ ਟਿਕਾਣੇ ਲੱਗਦੀ ਹੈ ਆਓ ਸਾਹਮਣੇ ਆਓ ਸਾਹਮਣੇ ਜੁਝਾਰ ਵੀ ਹੱਸਿਆ ਤੇ ਗੱਲ ਕੋ ਵੱਡੀ ਬਣੂਗੀ ਹੈ ਥੋੜਾ ਪਾਟਕੇ ਮੋੜ ਤੋਂ ਏ ਪਈ ਵਾਲੀਆ ਹਾਂ ਪਈ ਵਾਲੀਆ ਵੀ ਫਿੱਟ ਫਿਰਦਾ ਗੱਲਾਂ ਹੋਰ ਗਈਆਂ ਹੁਣ ਨੰਬਰ ਕਹਿੰਦੇ ਕੌਣ ਜੋੜਦਾ ਹੈ ਆਓ ਸਾਹਮਣੇ ਆਸਾਂ ਦੇ ਮੀਤਾ ਕੋਈ ਕਹਿੰਦਾ ਚੈਨੇ ਜਿੱਤੂ ਤੇ ਕੋਈ ਕਹਿੰਦਾ ਰੈਸਰੀਆਂ ਦਾ ਪਤਾ ਕੁਝ ਨੀ ਵੀ ਇਹ ਕੀ ਤੇ ਕੀ ਕਰ ਦੇਣ ਪਰ ਗੱਲਾਂ ਦੇ ਸਮੇਂ ਦੀਆਂ ਹੋੜੀਆਂ ਮੇਰੇ ਮਿੱਤਰੋ ਸਮੇਂ ਨੇ ਦੱਸ ਦੇਣਾ ਵੀ ਆਹ ਜਿੱਤ ਗਿਆ ਆਹ ਹਰ ਗਿਆ ਜਿਹੜਾ ਪਹਿਲਾਂ 17 ਕਰ ਗਿਆ ਉਹਨੇ ਜਿੱਤ ਜਾਣਾ ਹੈ ਆਹ ਗੱਲਾਂ ਹੌਸਲੇ ਦੀਆਂ 17 ਦੀ ਗੇਮ ਆ 17 ਦੀ ਵੀਰੇ ਹਲੇ ਤੇ ਮੈਚ ਬਾਕੀ ਆ ਹਲੇ ਤੇ ਮੇਰੇ ਮਿੱਤਰੋ ਆਹ ਗੱਲਾਂ ਹੋ ਰਹੀਆਂ ਲਾਓ ਸਾਹਮਣੇ ਜਿੱਤ ਗਈ ਉਹ ਖੇਡੂ ਦੇ ਵੀ ਗੱਲਾਂ ਰਾਏਕੋਟ ਦੀ ਟੀਮ ਨਾਲ ਆਹ ਸਾਹਮਣੇ ਗੱਲਾਂ ਹੋ ਰਹੀਆਂ ਬਾਕੀ ਦਰਸ਼ੇ ਦਰਸ਼ੇ ਤੋਂ ਮੁੱਛੋ ਕੇ ਬਾਲ ਕਿਉਂ ਰੱਖਦੇ ਹੋ ਔਰ ਜੇ ਬਤਾਓ ਹਰ ਬਾਗ ਤਾਕ ਤੁਮ ਲਾਲ ਕਿਉਂ ਰੱਖਦੇ ਹੋ ਕਿ 14 ਸੇ ਆ ਗੌਰਵ ਬੜੂੰਦੀ ਯੂਐਸਏ 14 ਸੇ ਵੀਰੇ 14 ਚੈਣਿਆ ਸੇ ਰੈਸਰ ਵੀ ਟੀਜ਼ਰ ਹੀ
ਵੇਖਿਆ ਏ ਪਿਕਚਰ ਤਾਂ ਬਾਕੀ ਆ ਰਾਓ ਸਾਹਿਬ ਨੇ ਕਦੇ ਆ ਨੇਤਨੇ ਗੱਲਾਂ ਕੀਤੀਆਂ ਜਿਹਦਾ ਧਰਮਪੁਰਾ ਪਿੰਡਾਂ ਮੇਰੇ ਮਿੱਤਰ ਰਾਓ ਸਾਹਿਬ ਨੇ ਖੇਡ ਗਰਾਊਂਡ ਦੇ ਅੰਦਰ ਦਬਦਬਾ ਗਾਣਾ ਉਹਦਾ ਵੀ ਸੁਪਰ ਡੁਪਰ ਹਿੱਟ ਆ ਪਰ ਸਾਹਮਣੇ ਦੇਖ ਮੁੰਡਾ ਕਮਾਲ ਦਾ ਪ੍ਰਦਰਸ਼ਨ ਕਰੀ ਆਉਂਦੇ ਆ ਦੋਨੋਂ ਟੀਮਾਂ ਜਦੋਂ ਵੀ ਆਪਸ ਦੇ ਵਿੱਚ ਭਿੜੀਆਂ ਨੇ ਰਿਕਾਰਡ ਬਣੇ ਆ ਤੇ ਰਿਕਾਰਡ ਟੁੱਟਿਆ ਹੋ ਜਾਣਾ ਅੱਜ ਮਵੀ ਕਲਾ ਦੀ ਧਰਤੀ ਤੇ ਆਹ ਮੇਲਾ ਸਫਲ ਆ ਭਾਈ ਯਾਰ ਇੱਕ ਗੱਲ ਦੱਸੋ ਜੇ ਅੱਜ ਦਾ ਟੂਰਨਾਮੈਂਟ ਵਧੀਆ ਲੱਗਿਆ ਪ੍ਰਬੰਧ ਚੰਗੇ ਲੱਗਿਆ ਮੁੰਡਿਆਂ ਦੇ ਇੱਕ ਤਾੜੀ ਮਾਰੋ ਕਮੇਟੀ ਦੇ ਲਈ ਮੁੰਡਿਆਂ ਨੇ ਵਧੀਆ ਮੇਲਾ ਕਰਵਾ ਦਿੱਤਾ ਬਾਬਾ ਨਾਨਕ ਸੁੱਖ ਰੱਖੇ ਅਗਲੇ ਸਾਲ ਫਿਰ ਰੌਣਕਾਂ ਲੱਗਣਗੀਆਂ ਇਸ ਧਰਤੀ ਦੇ ਉੱਤੇ ਔਰ ਰੌਣਕਾਂ ਵੱਡੀਆਂ ਨੇ ਔਰ ਰੌਣਕਾਂ ਅਗਲੇ ਸਾਲ ਭਰਾ ਕਹਿੰਦੇ ਲਈ ਸੱਤੀ 61,000 ਦੇਣਾ ਤੇ ਗੱਲਾਂ ਹੋ ਗਈਆਂ ਆਓ ਵੱਡੇ ਵੱਡੇ ਸਟਾਰ ਇਸ ਪੰਦਰਵਾਂ ਲੱਗ ਗਿਆ ਉਰੇ 15 ਸੀ ਦੀ ਲੱਗ ਗਿਆ ਨੰਬਰ ਤੇ ਪੰਦਰਵਾਂ ਲੱਗ ਗਿਆ ਇਹਦੇ ਕਿਸਮਤ ਦੇ ਸੌਦੇ ਆ ਇਹ ਵੀ ਸੋਚੋ ਇੱਕ ਟੀਮ ਫਾਈਨਲ ਤੇ ਬੈਠੀ ਆ ਤੇ ਇੱਕ ਕੁਆਟਰ ਖੇਡ ਲਿਆ ਕੁਆਟਰ ਖੇਡ ਕੇ ਸੈਮੀ ਖੇਡਣਾ ਤੇ ਫਿਰ ਜਾ ਕੇ ਤੇ ਫਾਈਨਲ ਸੀ ਹੋਣਾ ਦਰਜੇ ਵੱਡੇ ਆ ਮੇਰੇ ਮਿੱਤਰੋ ਇਹ ਖੇਡ ਆ ਵਾਲੀਬਾਲ ਦੀ ਦੁਨੀਆਂ ਪਿਆਰ ਕਰਦੀ ਆ ਤੇ ਅੱਜ ਕੱਲ ਇਹ ਖੇਡ ਪੰਜਾਬ ਦੀ ਕਹਿੰਦੇ ਨੰਬਰ 1 ਖੇਡ ਬਣ ਗਈ ਆ ਭਾਵੇਂ ਮੇਰੇ ਮਿੱਤਰੋ ਪੰਜਾਬ ਤੋਂ ਬਾਹਰ ਰਹਿ ਕੇ ਵੇਖੀਏ ਵੀ ਬਾਲੀਵੁੱਡ ਕੱਚੀ ਦੇ ਜੇ ਲਗਭਗ ਕਹੀਏ ਵੀ ਦਸੰਬਰ ਤੱਕ ਦੀਆਂ ਡੇਟਾਂ ਦੇ ਵੀ ਬਰਿੰਦਰਾ ਬੁੱਕ ਹੋਈਆਂ ਦਸੰਬਰ ਤੋਂ ਜਨਵਰੀ ਮਹੀਨਾ ਵੀ ਹੈ 2024 ਦਾ ਬੁੱਕ ਹੋਇਆ ਫਿਰਦਾ ਹੈ ਛੋਟੂ ਹਰ ਗਿਆ ਵੀਰੇ ਅਗਲੇ ਟੂਰਨਾਮੈਂਟ ਦੀਆਂ ਵੀ ਬੁੱਕਾਂ ਹੈ ਤੇ ਗੱਲਾਂ ਮੇਰੇ ਮਿੱਤਰੋ ਟਿਕਾਣੇ ਲੱਗੀਆਂ ਹੋਈਆਂ ਨੇ ਅੱਜ ਦੇ ਸਮੇਂ ਦੇ ਕਹਿੰਦੇ ਟੌਪ ਤੇ ਹੈ ਲੱਖ ਲੱਖ ਦੇ ਨਾਮ ਹੋਵੇ ਤੇ ਡਾਲਰ ਦੇ ਸ਼ੀਟੀ ਵਾਲੀਆਂ ਨੇ ਕਹਿੰਦੇ ਓਏ ਹਜ਼ਾਰ ਤਕੜੀ ਬਾਲ ਆ ਗਿਆ ਲਾਸਟ ਪੁਆਇੰਟ ਆ ਗਿਆ ਜੀ ਲਾਸਟ ਨੰਬਰ ਨੰਬਰਦਾਰ ਜੀ ਗੱਡੀ 6 ਦੀ ਖੜੀ ਹੈ ਮੈਨੂੰ ਲੱਗਦਾ ਨੰਬਰ 6 ਦੇ ਨਾਲ 15 ਸੋਰੀ 16 ਤੇ 6 ਦੀ ਟੱਕਰ ਹੈ 16-6 ਦੀ ਟੱਕਰ ਹੌਸਲਾ ਕਰ ਗਏ ਮੁੰਡੇ ਮੇਰੇ ਮਿੱਤਰਾ ਵੀ ਹੌਸਲੇ ਨਾਲ ਜਿੱਤੀਏ ਮੈਦਾਨ ਸੋਹਣਿਆ ਕਹਿੰਦਾ ਦੋਨੇ ਨੇ ਪਿੰਡ ਦਾ ਮਾਣ ਸੋਹਣਿਆ ਲੱਖਾਂ ਤੇ ਕਰੋੜਾਂ ਵਿੱਚ ਵੱਖਰੀ ਪਛਾਣ ਹੁੰਦੇ ਖਾਲਸੇ ਦਲੇਰ ਦੀ ਜੰਗਲਾਂ ਦੇ ਪੈਂਦਿਆਂ ਕਾਨੂੰਨ ਸਿੱਖਣੇ ਤੇ ਦੱਬੀ ਦੀ ਨੀ ਪੈਰ ਕਦੇ ਭੁੱਖੇ ਸ਼ੇਰ ਦੀ ਵਾਹ ਰਹੀ ਹੈ ਪਰ ਅੱਜ ਪਰਮ ਨੇ ਮੇਰੇ ਮਿੱਤਰੋ ਕਹਿੰਦੇ ਆ ਘੋੜਿਆਂ ਦੀਆਂ ਬਾਲਾਂ ਫੜੀਆਂ ਹੈ ਚੜਦੇ ਵੱਡੇ ਰਾਹ ਪਰਨੇ ਆ ਐਨ ਕਹਾਣੀ ਟਿਕਾਣੇ ਆ ਨੰਬਰ 7ਵਾਂ ਲੱਗ ਗਿਆ ਵੀਰੇ 7-16 ਨੰਬਰ 6 ਤੋਂ 7 ਹੋ ਗਿਆ ਨੌਜਵਾਨਾਂ ਨੰਬਰ ਦੇ ਹੋ ਗਏ 6 ਤੋਂ 7 ਲੋਕਾਂ ਨੇ ਗੱਲ ਬੜੀ ਵਾਰ ਵੇਖੀ ਆ ਵੀ ਕਈਆਂ ਦੇ 16 ਹੀ ਰਹਿ ਜਾਂਦੇ ਆ ਪਰ ਇਹ ਖੇਡ ਆ ਹਲੇ ਤੇ 7 ਹੋਇਆ 7 ਤੋਂ 16 ਤੱਕ ਜਾਣ ਦਾ ਸਫ਼ਰ ਬੜੀ ਵਾਰੀ ਉਲਟ ਫੇਰ ਹੋਇਆ ਵੀ ਕਈਆਂ ਦੇ 16 ਹੀ ਰਹਿ ਗਏ ਤੇ ਕਈ 17 ਕਰ ਗਏ ਪਰ ਇੱਥੋਂ ਹੁਣ 7 ਦੇ 16 ਦੇ ਬਿੰਦਰੀ ਹੋ ਗਏ ਆਪਾਂ ਨੂੰ ਵੀ ਆਪਾਂ ਨੇ ਸਵਾਦ ਹੀ ਲੈਣਾ ਆਹ ਲੋਕੀ ਸਵਾਦ ਲੈਣਾ ਆ
ਲਓ ਸਾਹਮਣੇ 7 ਤੋਂ 16 ਦਾ ਸਫ਼ਰ ਗੱਲਾਂ ਹੋ ਰਹੀਆਂ ਜੀ। ਬਜਿੰਦਰ ਕਮੋਲ ਕਰਦੇ ਰਵੀ ਤੇ ਗੱਲ ਪੜ ਜਾਣੀ ਹੈ। ਆਓ ਨੰਬਰ ਮੇਰੇ ਮਿੱਤਰੋ, ਠੀਕ ਹੈ ਪਰ ਮੈਂ ਥੋੜਾ ਮੁੜਿਆ ਕਰਦੇ ਵਧਿਆ। ਵਾਹ ਕਰਮ ਕਰਮ ਕਿੰਨੀ ਗਾਉਂਦਾ ਪਰਮ ਨੇ ਕਿਆ ਦੱਸਿਆ, ਲੰਬੀ ਕੱਢ ਕੇ ਗਾਂ ਕਹਿੰਦੇ ਇੰਨੀ ਆਉਟ ਗਈ ਹੈ ਤੇ ਅਗਲੇ ਇੰਨੀ ਅੰਦਰ ਲੱਗੇ ਨਾ ਪਾਲ ਜੁੜ ਗਿਆ। ਹੁਣ ਨੀ ਦੇਖਣਾ ਮੇਰੇ ਅੱਲਾ, ਹੁਣ ਕੋਈ ਗੱਲਾਂ ਟਕਾ ਰਿਹਾ। ਆ ਲੋਕੋ ਤੋਪ ਤਾੜੀ ਤੇ ਮਾਰੋ, ਹਰੇ ਸਫ਼ਰ ਤੈਅ ਹੋਣਾ ਅੱਗੇ ਤੱਕ ਦਾ। ਆਹ ਗੱਲਾਂ ਹੋਣੀਆਂ ਨੇ ਮੇਰੇ ਮਿੱਤਰੋ, ਖੇਡਦੇ ਨੌਵਾਂ ਵੀ ਜੁੜ ਗਿਆ, ਨੌਵਾਂ ਜੁੜ ਗਿਆ ਬਾਈ। ਦੱਸੀ ਆ ਵੀ ਹੈਲੋ ਦੱਸੀ, ਫੋਨ ਤੇ ਚੱਕ ਲਿਆ ਕਰ, ਮੈਨੂੰ ਕਹਿੰਦਾ ਮੈਂ ਨੀ ਕਹਿੰਦੀ ਨੰਬਰ ਹੋ ਗਏ ਨੌ, ਮੈਂ ਦੱਸਿਆ ਵੀ ਵੀਰੇ ਇੱਕ ਮਿੰਟ ਜੀ ਮਨਪ੍ਰੀਤ ਕੀ ਨਾਮ ਮੁੰਡੇ ਦਾ, ਇਕਬਾਲ ਸਿੱਧੂ ਕੀ ਅਨਾਊਂਸਮੈਂਟ ਬੋਲਦੇ ਕੋਈ ਨਾ ਚੈੱਕ ਕਰਦੇ ਯਾਰ, ਮੇਰੇ ਤਾਂ ਨੈਟ ਮੁੱਕ ਗਿਆ ਜੇ ਕੀ ਕਰੀਏ, ਬਾਰਾਂ ਵੱਜ ਗਏ ਨਾ, ਦੱਸਦੇ ਕੀ ਬੋਲਦੇ ਆਂਟੀ ਕੀ ਗੱਲ। 31,000 ਆ ਰਵੀ ਤੇ ਜੇ ਮੈਚ ਜਿੱਤਦਾ, ਜੇ ਮੈਂ ਜਿੱਤਦਾ ਰਵੀ ਬਹਾਦਰਗੜੀ ਆ ਕੀ ਦੇ ਲੋ ਦੱਸਦੇ, ਇਕਬਾਲ ਸਿੱਧੂ ਬਰਾੜ ਜੀ ਫਿਰ ਮੈਂ ਕੋਲੀ ਬੈਠੇ ਇੱਥੇ ਦੱਸਦੇ, ਇਕਬਾਲ ਸਿੱਧੂ ਯੂਕੇ ਦਾ ਵੀਰ ਆ, ਉਹ ਕਹਿੰਦਾ ਵੀ ਜੇ ਰਵੀ ਇੱਥੋਂ ਮੈਚ ਜਿੱਤ ਗਿਆ ਰੁਪਈਆ 31 ਕੱਲੇ ਰਵੀ ਨੂੰ ਆ 3100 ਇੱਕ ਹੋਰ ਲਾ ਦੇ, 10 ਹੋਰ ਲਾ ਲਓ ਵੀ 31,000 ਕਰਾਣਾ, ਤਾੜੀਆਂ ਮਾਰ ਲਓ ਰੋੜ ਲੈ। ਹਾਂ 31,000 ਰਵੀ ਮਨੀ ਮਾਹੌਲ ਬਣਾਉਣਾ ਸੀ, ਇਹਨਾਂ ਕੋਲੇ ਬਣਦਾ ਗੱਲ ਤੇ ਫੇਰ ਹੀ ਵੱਡੀ ਆ, 31,000 ਲੱਗ ਗਿਆ ਹੋਈ ਲੋਕੋ 31,000 ਲੱਗ ਗਿਆ, ਸਾਹਮਣੇ ਕਮਾਲ ਹੋਈ ਪਈ ਆ। ਏ ਬੱਲੇ 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 ਤੇ ਪਿਆ ਫਿਰਦਾ ਜੱਸਾ, ਹਾਂ ਬਹਾਦਰ ਗੜੀਆ ਪਰ ਫੇਰ ਕਹਿਣ ਲੱਗਿਆ ਸੀ ਇੰਨੀ ਗਾਊਟ ਹੈ। ਲਓ ਸਾਹਮਣੇ ਉਧਰ ਮੈਚ ਬੜਾ ਟੋਟੀ ਰੱਖੇਗਾ ਯਾਰ ਮੇਰੇ ਮਿੱਤਰੋ, ਸੋਨਾ ਪੜਦਾ ਸੋਨਾ ਅੱਗ ਵਿਚ ਜਾ ਕੇ ਮਿਲਦੀ ਨੀ ਗੁਰਦਾਸ ਸਿੰਘ ਬਾਈ ਬੰਦਾ ਬੰਦਾ ਉਧਰ ਸਰਵਿਸ ਕਰਨ ਲਈ ਮੁੰਡਾ ਤਿਆਰ ਬਸ ਤਿਆਰ ਹੈ, ਨੰਬਰ ਲਾਸਟ ਚੈਨਲ ਦੀ ਟੀਮ ਦਾ ਨੰਬਰ ਲਾਸਟ ਆ ਗਿਆ ਬਾਬਿਆ, ਉਹ ਪੜ ਜੋ ਪੜ ਜੋ ਉਧਰ। ਲਓ ਜੀ ਵੀਰੇ ਜਿੱਤ ਚੁੱਕਿਆ ਚੈਨਲ ਦੀ ਟੀਮ ਜੀ,
ਚੜਿਆ ਜਿੱਤਗੀ ਬਈ ਧਾੜੀ ਮਾਰੋ ਯਾਰ ਮੁੰਡਿਆਂ ਦੇ ਲਈ ਚੜਿਆ ਜਿੱਤਗੀ ਅਰਸ ਵੀਰੇ ਹੁਣ ਸੱਤੇ ਨਾਲ ਹੋਣਾ ਵੀਰੇ ਚੌਂਟੀ ਟੱਕਰ ਸੱਤੇ ਨਾਲ ਹੋਣੀਆਂ ਵੀਰੇ ਰੈਕੋਰਡ ਦੇ ਚੈਣੇਵਾਲ ਦਾ ਦੂਜਾ ਸੈਮੀਫਾਈਨਲ ਦਿਖਾਉਂਦੇ ਕਿਉਂਕਿ ਵਾਲੀਬਾਲ ਦੀ ਖੇਡ ਖੇਡਣ ਲਈ ਬਹੁਤ ਸਟੈਮਿਨਾ ਚਾਹੀਦਾ ਹੈ ਐਂਡ ਮੇਰੇ ਮਿੱਤਰ ਓਏ ਰਵੀ ਪੈਸੇ ਲੈ ਜਾਵੇ ਰਵੀ ਰਵੀ ਪੈਸੇ ਲੈ ਜਾਵੇ ਆਪਦੇ ਰਵੀ ਬਹਾਦਰਗੜ ਜੀ ਰਵੀ ਜੀ ਹਾਂਜੀ ਕੈਸ਼ੀਅਰ ਕੋਲ ਮਾਇਆ ਲੈ ਜੀ ਇੱਕ ਮਿੰਟ ਖੜ ਜਾ ਪੁੱਛੀ ਕਿੰਨਾ ਟਾਈਮ ਹੈ